ਉਹ ਰਾਈジング ਪੰਜਾਬ ਤੇ ਆਪਾਂ ਜਿਹਦਾ ਇਹ ਆਪਣਾ ਸਭ ਤੋਂ ਪਹਿਲਾ ਪ੍ਰੋਜੈਕਟ ਆ ਅਸੀਂ ਕਰ ਰਹੇ ਆ ਇਹਦੇ ਵਿੱਚ ਅਸੀਂ ਵੈਬ ਐਪ ਡਵੈਲਪ ਕੀਤੀ ਆ ਉਹਦੇ ਵਿੱਚ ਹੈਗਾ ਆ ਕਿ ਕਹਿੰਦੇ ਉਹ ਵੀ ਜਦੋਂ ਕੰਮ ਕਰੀਦਾ ਹੁੰਦਾ ਰੂਹ ਨਾਲ ਕਰੀਦਾ ਹੁੰਦਾ ਨਾ ਆਊਟਕਮ ਨਾ ਦੇਖੋ ਤੁਸੀਂ ਵੀ ਕੀ ਨਿਕਲਣੀ ਆ ਜਿਹੜੀ ਕੰਮ ਦੇ ਵਿੱਚ ਤੁਸੀਂ ਰੂਹ ਲਾਤੀ ਜਿਹਦੀ ਤੁਹਾਡੀ ਨੀਤ ਚੰਗੀ ਆ ਉਸ ਕੰਮ ਦੇ ਵਿੱਚ ਉਹ ਵਧੀਆ ਹੀ ਹੋਊਗਾ ਭਾਗੇ ਲੱਗਣਗੇ ਜੇ ਅੱਜ ਜਿੰਨਾ ਟਾਈਮ ਆਪਾਂ ਕਿਸੇ ਚੀਜ਼ ਨਾਲ ਹੇਟ ਕਰਦੇ ਨਾ ਆਪਾਂ ਉਹ ਚੀਜ਼ ਨਹੀਂ ਸਿੱਖ ਸਕਦੇ ਪੈਸੇ ਨੂੰ ਜਿੰਨਾ ਟਾਈਮ ਆਪਾਂ ਸੋਚ ਲਿਆ ਵੀ 네ਗੇਟਿਵ ਆ ਕਿ ਅਮੀਰ ਤਾਂ ਦੋ ਨੰਬਰ ਦਾ ਕੰਮ ਕਰਕੇ ਪੈਸੇ ਕਮਾਉਂਦੇ ਆ ਤੁਸੀਂ ਕਦੇ ਅਮੀਰ ਬਣ ਨਹੀਂ ਸਕਦੇ ਬਣੇ ਸਕਦੇ ਹਨਾ ਬਾਕੀ ਚੀਜ਼ਾਂ ਵਿੱਚ ਆਪਾਂ ਸਾਈਕਲ ਤੋਂ ਲੈ ਕੇ ਜਹਾਜ਼ ਤੱਕ ਆ ਗਏ ਹੋਏ ਆ ਹਨਾ ਪਰ ਸਕੂਲਾਂ ਦੇ ਵਿੱਚ ਜਾਂ ਐਜੂਕੇਸ਼ਨ ਉਹਦੇ ਵਿੱਚ ਕੋਈ ਚੇਂਜ ਨਹੀਂ ਆਈ ਸੀ ਕਾਫੀ ਟਾਈਮ ਤੋਂ ਆ ਰਹੇ ਆ ਕਿ 10 ਚੀਜ਼ਾਂ ਜਿਹੜੀਆਂ ਸਕੂਲ ਤੁਹਾਨੂੰ ਨਹੀਂ ਸਿਖਾਏ ਸਕੂਲ ਨੇ ਤੁਹਾਨੂੰ ਨਹੀਂ ਸਿਖਾਈਆਂ ਹਾਂਜੀ ਹਨਾ ਤੁਹਾਨੂੰ ਸਕੂਲ ਤੋਂ ਬਾਹਰ ਨਿਕਲ ਕੇ ਆਪ ਸਿੱਖਣੀਆਂ ਪੈਣਗੀਆਂ ਉਹ ਚ ਜਦਾਂ ਅਸੀਂ ਕਹਾਂ ਮੈਂ ਇਦਾਂ ਕਹੂੰਗਾ ਕਿ ਤੁਸੀਂ ਆਪਣੀ ਆਪ ਡਿਸਾਈਡ ਕਰੋ ਤੁਹਾਨੂੰ ਕੋਈ ਹੋਰ ਬੰਦਾ ਨਹੀਂ ਦੱਸ ਸਕਦਾ ਕਿ ਤੁਹਾਡੇ ਲਈ ਆ ਸਹੀ ਆ ਸਭ ਤੋਂ ਜ਼ਿਆਦਾ ਤੁਸੀਂ ਆਪਣੇ ਬਾਰੇ ਜਾਣਦੇ ਹੋ ਵੀ ਉਹ ਸਾਰੇ ਇੰਨੇ ਸੌਫਟ ਕਿਉਂ ਆਏ ਨੇ ਬੰਦੇ ਜਿਹੜੇ ਅੱਜ ਕੱਲ ਦੇ ਜੇ ਕਹ ਲਓ ਕੱਲ ਨੂੰ ਜੰਗ ਲੱਗਦੀ ਆ ਤੇ ਜ਼ਿਆਦਾਤਰ ਸਾਰਿਆਂ ਨੇ ਅੰਦਰਾਂ ਚ ਵੜ ਜਾਣਾ ਜੀ ਸੱਸੀ ਕਾਲ ਜੀ ਸਾਰਿਆਂ ਨੂੰ ਪੋਡਕਾਸਟ ਵਿੱਚ ਸਾਰਿਆਂ ਦਾ ਸਵਾਗਤ ਹੈ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਪੋਡਕਾਸਟ ਲੈ ਕੇ ਆਏ ਆਂ ਹੋਰ ਇੱਕ ਨਵੇਂ ਗੈਸਟ ਆਪਣੇ ਨਾਲ ਹੋਣਗੇ ਬਾਈ ਜਸਮੀਤ ਸਿੰਘ ਹਣੀ ਬਾਈ ਹੁਣਾਂ ਦਾ ਇੰਸਟਾਗ੍ਰam ਤੇ ਪੇਜ ਆ ਰਾਈジング ਪੰਜਾਬ ਤੇ ਬਾਈ ਹੁਣਾਂ ਨੇ ਇੱਕ ਵੈਬ ਐਪ ਵੀ ਡਿਵੈਲਪ ਕੀਤੀ ਆ ਉਹਦੇ ਬਾਰੇ ਵੀ ਗੱਲਾਂ ਬਾਤਾਂ ਹੋਣਗੀਆਂ ਬਾਈ ਦੇ ਇੰਸਟਾਗ੍ਰam ਦਾ ਲਿੰਕ ਡਿਸਕ੍ਰਿਪਸ਼ਨ ਚ ਪਾ ਕੇ ਪਾ ਦੂੰਗਾ ਮੈਂ ਜਾ ਕੇ ਚੈੱਕ ਜਰੂਰ ਕਰਿਓ ਬਾਈ ਦੀਆਂ ਬਹੁਤ ਇਨਫੋਰਮੇਟਿਵ ਵੀਡੀਓ ਹੁੰਦੀਆਂ ਆਓ ਕਰਦੇ ਆਂ ਬਾਈ ਦਾ ਸਵਾਗਤ ਤੇ ਕਰਦੇ ਆਂ ਗੱਲਾਂ ਬਾਤਾਂ ਦਾ سلسلہ ਸ਼ੁਰੂ ਬਾਈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਫਤਿਹ ਹੋ ਸੁਣਾ ਵੀਰੇ ਕਿਪਾਈ ਤੀ ਦੱਸ ਵਧੀਆ ਵਧੀਆ ਹੋ ਸੁਣਾਓ ਲਾਈਫ ਕਿਵੇਂ ਚੱਲਦੀ ਆ ਸਭ ਵਧੀਆ ਕਿਰਪਾ ਮਹਾਰਾਜ ਦੀ ਹਾਂ ਠੀਕ ਆ ਠੀਕ ਆ ਠੰਡ ਲੇਟ ਹੋਣੀ ਸ਼ੁਰੂ ਹੋਈ ਆ ਠੀਕ ਨੇ ਸੀ ਹਾਂਜੀ ਯਾ ਯਾ ਪਾ ਪਿਛਲੇ ਸਾਲਾਂ ਦੇ ਵਿੱਚ ਇਹ ਆਪਾਂ ਕੰਪੇਅਰ ਕਰੀਏ ਹਮ ਹਣਾ ਇੱਥੇ ਇੰਡੀਆ ਜ ਆਪਣੇ ਨਾਲੋਂ ਮੈਨਲਾ ਦਾ ਜ਼ਿਆਦਾ ਠੰਡ ਪੈਂਦੀ ਆ ਇਸ ਸਾਲ ਹਾਂਜੀ ਯਾ ਮੈਨੂੰ ਚੇਤਾ ਮੈਂ 18 ਵਿੱਚ ਆਇਆ ਸੀਗਾ ਉਦੋਂ ਦਸੰਬਰ ਦੇ ਵਿੱਚ ਸੀਗਾ ਤੇ ਜਦੋਂ 에어ਪੋਰਟ ਤੋਂ ਨਿਕਲੇ ਸੀਗੇ ਤੇ ਉਸ ਲੱਗੀ ਬੁੱਲਾ ਠੰਡਾ ਯਾਰਾ ਹਵਾ ਦਾ ਲੱਗਿਆ ਉਸ ਸੁਣੋ ਪਈ ਹੋਈ ਸੀਗੀ ਤੇ ਉਦੋਂ ਪਤਾ ਲੱਗਿਆ ਸੀ ਕੈਨੇਡਾ ਆ ਗਿਆ ਯਾ ਯਾ ਕੈਨੇਡਾ ਦਾ ਹੁਣ ਉਦਾਂ ਕੈਨੇਡਾ ਨੂੰ ਲੈ ਕੇ ਨਾ ਲੋਕਾਂ ਦੀ ਸੋਚ ਵੀ ਬਦਲ ਰਹੀ ਆ ਹਨਾ ਆ ਮੈਨੂੰ ਲੱਗਦਾ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਇੱਕ ਰਿਪੋਰਟ ਆਈ ਸੀ ਪੇ 40% ਨਾ ਘੱਟ ਵੀਜ਼ੇ ਲੱਗੇ ਸਟੂਡੈਂਟਾਂ ਦਾ ਹਨਾ ਹੂੰ ਸਟੂਡੈਂਟ ਵੀਜ਼ੇ ਘੱਟ ਲੱਗੇ ਆ ਕੀ ਲੱਗਦਾ ਵੀ ਲੋਕਾਂ ਦੀ ਸਾਈਕੀ ਬਦਲ ਰਹੀ ਆ ਕੈਨੇਡਾ ਨੂੰ ਲੈ ਕੇ ਰੀਸੈਂਟ ਜਿਹੜੇ ਸਿਚੁਏਸ਼ਨ ਬਣੀਆਂ ਕਮਾਂਕਾਰਾਂ ਦੀ ਕਹਿ ਲਓ ਜਾਂ ਹੋਰ ਇਕਨੋਮੀ ਲਈ ਕਹਿ ਲਓ ਹਨਾ ਫਰਕ ਤਾਂ ਪੈਂਦਾ ਹੁਣ ਦੇਖੋ ਨਾ ਜਿੱਦਾਂ ਜੇ ਕਿ ਆਪਾਂ 4-5 ਸਾਲ ਪਹਿਲਾਂ ਦੀ ਗੱਲ ਕਰੀਏ ਹੂੰ ਆਪਾਂ ਕਦੇ ਸੁਣਿਆ ਨਹੀਂ ਸੀਗਾ ਕਿ ਵਾਪਸ ਲੋਕੀ ਜਾ ਰਹੇ ਆ ਜਾਂ ਇਸ ਲੈਵਲ ਦੇ ਉੱਪਰ ਜਾਇਨਾ ਬੰਦਾ ਹਾਲ ਹੋਇਆ ਹੋਊਗਾ ਕਿ ਫੀਸਾਂ ਨਹੀਂ ਨਿਕਲਦੀਆਂ ਜਾਂ ਹੋਮਲੈਸ ਹੋ ਰਹੇ ਆ ਸਟੂਡੈਂਟਾਂ ਨਾ ਹੁਣ ਇਹੋ ਜਿਹੀਆਂ ਖਬਰਾਂ ਜਦੋਂ ਸਾਹਮਣੇ ਆਉਂਦੀਆਂ ਤਾਂ ਕਿਤੇ ਨਾ ਕਿਤੇ ਜਿਹੜੇ ਉਧਰ ਪੇਰੈਂਟਸ ਹੁੰਦੇ ਆ ਜਾਂ ਫਿਰ ਈਵਨ ਜਿਹੜੇ ਸਟੂਡੈਂਟ ਆ ਉਹ ਕਨਸਿਡਰ ਕਰਦੇ ਆ ਆਪਣੇ ਰੀਸ ਕਨਸਿਡਰੇਟਰ ਕਿ ਵਾਕਈ ਕੀ ਬਰਥ ਥੱਟ ਹੈਗਾ ਹੁਣ ਦੁਬਾਰਾ ਵੀ ਕੈਨੇਡਾ ਦੇ ਵਿੱਚ ਜਾਣਾ ਤੇ ਉਹਦਾ ਵੀ ਅਸਰ ਪੈਂਦਾ ਬਾਕੀ ਇਮੀਗ੍ਰੇਸ਼ਨ ਵਾਲੇ ਵੀ ਹੁਣ ਥੋੜਾ ਜਿਦਾਂ ਸਖਤਾਈ ਹੋ ਰਹੀ ਆ ਉਹ ਜਿਦਾਂ ਜੀਆਈਸੀ ਦੀ ਡਬਲ ਕਰਤੀ ਹੋਈ ਆ ਤਾਂ ਕਰਕੇ ਵੀ ਉਹਦਾ ਵੀ ਫਾਈਨੈਂਸ਼ਲ ਦਾ ਬਹੁਤ ਫਰਕ ਪੈਂਦਾ ਫਰਕ ਪੈਂਦਾ ਹਾਂ ਪਰ ਉਦਾਂ ਵੀ ਮੈਨੂੰ ਲੱਗਦਾ ਵੀ ਲੋਕਾਂ ਨੂੰ ਥੋੜੀ ਸਮਝ ਵੀ ਆ ਰਹੀ ਆ ਨਾ ਹੁਣ ਜਿਵੇਂ ਹੁਣ ਕੋਈ ਆਮ ਸਟੂਡੈਂਟ ਨੇ ਇੱਥੇ ਆਉਣਾ ਹੋਵੇ ਲਾਈਫ ਈਜ਼ੀ ਤਾਂ ਨਹੀਂ ਹੈਗੀ ਫਾਈਨੈਂਸ਼ੀਅਲੀ ਬੰਦਾ ਕੋਈ ਅਡਜਸਟ ਬੰਦਾ ਕਰ ਲੈਂਦਾ ਪੈਸੇ ਲੈ ਦੇ ਕੇ ਫੜ ਲੈਂਦਾ ਪਰ ਜਿਹੜਾ ਮੈਂਟਲੀ ਬੰਦਾ ਤੰਗ ਹੁੰਦਾ ਜੀ ਹਨਾ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਪੇਰੈਂਟਸ ਆ ਜਿਹੜੇ ਹੁਣ ਸਮਝਣ ਲੱਗੇ ਆ ਥੋੜਾ ਦੇਰ ਹੋ ਗਈ ਆ ਪਰ ਚਲੋ ਸਮਝੇ ਤਾਂ ਵਧੀਆ ਹੀ ਗੱਲ ਆ ਹਨਾ ਜੀ ਜੀ ਜਾਂ ਉਹੀ ਸਹੀ ਕੀ ਹੌਲੀ ਹੌਲੀ ਚੇਂਜ ਹੋਣੀ ਹੈ ਨਾ ਜਾਂ ਰਿਵਰਸ ਮਾਈਗ੍ਰੇਸ਼ਨ ਦੀ ਆਪਾਂ ਅਸੀਂ ਪਹਿਲੇ ਵੀ ਪੋਡਕਾਸਟ ਕੀਤੇ ਬਥੇ ਨਾ ਤੇ ਉਹ ਹੌਲੀ ਹੌਲੀ ਚੇਂਜ ਹੋਊਗਾ ਜੀ 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 ਯਾ ਯਾ ਹੋਰ ਬਾਈ ਤੁਸੀਂ ਪਹਿਲੇ ਤਾਂ ਤੁਹਾਡੇ ਆਉਣ ਦਾ ਆਪਾਂ ਨਾ ਜੋ ਮੇਨ ਸੀਗਾ ਵੈਬ ਐਪ ਹੈ ਨਾ ਜੀ ਉਹ ਡਿਵੈਲਪ ਕਰਨ ਦਾ ਦੱਸੋ ਵੀ ਉਹ ਕੀ ਆ ਤੇ ਹੈ ਕੀ ਆ ਅਸਲ ਦੇ ਵਿੱਚ ਵੈਬ ਐਪ ਉਹ ਹਾਂਜੀ ਸੋ ਰਾਈਜ਼ਿੰਗ ਪੰਜਾਬ ਤੇ ਆਪਾਂ ਜਿਹਦਾ ਇਹ ਆਪਣਾ ਸਭ ਤੋਂ ਪਹਿਲਾ ਪ੍ਰੋਜੈਕਟ ਆ ਅਸੀਂ ਕਰ ਰਹੇ ਆ ਇਹਦੇ ਵਿੱਚ ਅਸੀਂ ਵੈਬ ਐਪ ਡਿਵੈਲਪ ਕੀਤੀ ਆ ਉਹਦੇ ਵਿੱਚ ਹੈਗਾ ਆ ਕਿ ਅ ਜਦੋਂ ਆਪਾਂ ਮੰਨ ਲਓ ਜਦੋਂ ਮੈਂ ਤੁਹਾਨੂੰ ਥੋੜੀ ਸਟੋਰੀ ਆਪਾਂ ਕਰ ਰਹੇ ਹਾਂ ਹਾਂ ਜੀ ਕਿ ਜਦੋਂ ਆਪਾਂ ਕਾਲਜ ਵਿੱਚ ਟਾਈਮ ਵਿੱਚ ਹੁੰਦੇ ਹਨਾ ਹਾਂ ਤੇ ਐਗਜ਼ਾਮ ਆਪਣੇ ਚੱਲਦੇ ਹੁੰਦੇ ਆ ਆਪਾਂ ਪੂਰਾ ਸਾਲ ਪੜਿਆ ਹੁੰਦਾ ਜੋ ਵੀ ਕਲਾਸ ਦੇ ਵਿੱਚ ਫਿਰ ਆਪਾਂ ਅਸੀਂ ਕੀ ਕਰਦੇ ਹੁੰਦੇ ਗਰੁੱਪ ਦੇ ਵਿੱਚ ਇਕੱਠੇ ਹੋ ਕੇ ਬਹਿਣਾ ਮੁੰਡਿਆਂ ਨੇ ਸਵੇਰੇ ਐਗਜ਼ਾਮ ਵਾਲੇ ਦਿਨ ਤੇ ਇੱਕ ਦੂਜੇ ਨੂੰ ਐਕਸਪਲੇਨ ਕਰਨੇ ਟੌਪਿਕ ਕਿ ਆ ਪੇਪਰ ਚੋਣਾ ਇਹਨੂੰ ਇਦਾਂ ਆ ਆ ਚੀਜ਼ ਆ ਹੁਣ ਕਈ ਚੀਜ਼ਾਂ ਜਿਹੜੀਆਂ ਆਪਾਂ ਨੂੰ ਉਦੋਂ ਨਹੀਂ ਵੀ ਕਲਾਸ ਵਿੱਚ ਸਿੱਖੀਆਂ ਸੀਗੀਆਂ ਉਦੋਂ ਅੱਧੇ ਘੰਟੇ ਦੇ ਵਿੱਚ ਹੀ ਉਹ ਜਦੋਂ ਜਦੋਂ ਨਾਲ ਦੇ ਦੋਸਤ ਨੇ ਐਕਸਪਲੇਨ ਕਰਨੀ ਉਹ ਚੀਜ਼ ਸਮਝ ਲੱਗ ਜਾਣੀ ਹਾਂ ਨਾ ਤੇ ਸੇਮ ਚੀਜ਼ ਉਹ ਅਸੀਂ ਹੁਣ ਕਿਤਾਬਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਕਿ ਜਿਹੜੀਆਂ ਇੰਗਲਿਸ਼ ਦੀਆਂ ਕਿਤਾਬਾਂ ਆ ਖਾਸ ਕਰਕੇ ਜਿਹੜਾ ਇੱਥੇ ਦਾ ਟ੍ਰੈਂਡ ਚੱਲ ਰਿਹਾ ਆ ਇੰਟਰਨੈਸ਼ਨਲ ਜਿਹੜੀਆਂ ਬੈਸਟ ਸੇਲਿੰਗ ਬੁੱਕਸ ਹੈਗੀਆਂ ਆ ਉਹਨਾਂ ਵਿੱਚ ਜਿਹੜਾ ਜਿਹੜੀ ਇਨਫੋਰਮੇਸ਼ਨ ਆ ਜਿਹੜੀ ਖਜ਼ਾਨਾ ਪਿਆ ਆ ਉਹ ਆਪਣਾ ਪੰਜਾਬੀ ਲਿਟਰੇਚਰ ਵਿੱਚ ਹੈ ਨਹੀਂਗਾ ਤੁਹਾਨੂੰ ਮਿਲਣਾ ਨਹੀਂ ਬਿਜ਼ਨਸ ਡਿਵੈਲਪਮੈਂਟ ਕਿੱਦਾਂ ਕਰਨੀ ਆ ਹਨਾ ਫਾਈਨੈਂਸ ਤੁਸੀਂ ਆਪਣੇ ਪੈਸੇ ਕਿੱਦਾਂ ਮੈਨੇਜ ਕਰਨੇ ਆ ਇਹ ਚੀਜ਼ਾਂ ਦੀ ਆਪਾਂ ਨੂੰ ਐਜ਼ ਅ ਪੰਜਾਬ ਦੇ ਵਿੱਚ ਜੋ ਪਿੰਡੂ ਕਲਚਰ ਜਾਂ ਫਿਰ ਆਪਣਾ ਖੇਤੀਬਾੜੀ ਜਾਂ ਉਹ ਚੀਜ਼ਾਂ ਆਰਟਸ ਦੇ ਵਿੱਚ ਸਾਰੀਆਂ ਚੀਜ਼ਾਂ ਆਪਾਂ ਤਰੱਕੀ ਕੀਤੀ ਉਹ ਚੀਜ਼ਾਂ ਦੀ ਆਪਾਂ ਲੋੜ ਨਹੀਂ ਪਈ ਕਦੇ ਹਨਾ ਤਾਂ ਕਰਕੇ ਉਹ ਪੰਜਾਬੀ ਦੇ ਵਿੱਚ ਉਹੋ ਜਿਹਾ ਕੰਟੈਂਟ ਵੀ ਨਹੀਂ ਕ੍ਰੀਏਟ ਹੋਇਆ ਹਨਾ ਉਥਰਾਂ ਨੇ ਉਹ ਚੀਜ਼ਾਂ ਤੇ ਫੋਕਸ ਨਹੀਂ ਕੀਤਾ ਹੂੰ ਤੇ ਹੁਣ ਜਦੋਂ ਆਪਾਂ ਇੱਧਰ ਬਾਹਰਲੇ ਮੁਲਕਾਂ ਦੇ ਵਿੱਚ ਆਉਨੇ ਆ ਫਿਰ ਆਪਾਂ ਚੀਜ਼ਾਂ ਉਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਹੂੰ ਹਨਾ ਕਿ ਆਪਾਂ ਨੂੰ ਸਮਝ ਨਹੀਂ ਹੁੰਦੀ ਕਿ ਆਪਾਂ ਇਕਨੋਮੀ ਕਿੱਦਾਂ ਕੰਮ ਕਰਦੀ ਹੈ ਹਾਂਜੀ ਹਨਾ ਜਿੰਨਾ ਟਾਈਮ ਤੁਹਾਨੂੰ ਇਹ ਚੀਜ਼ਾਂ ਦੀ ਪਤਾ ਨਹੀਂਗਾ ਤੁਸੀਂ ਕਹਿ ਲਓ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਉਹ ਵੀ ਖਾਸ ਕਰਕੇ ਅੱਜ ਦੇ ਟਾਈਮ 'ਚ ਜਿੱਥੇ ਇੰਨਾ ਕੰਪੀਟੀਟਿਵ ਹੋ ਗਿਆ ਹੋਇਆ ਹਨਾ ਤੇ ਉਹ ਉਹ ਚੀਜ਼ ਆਪਾਂ ਨੂੰ ਲੈਕ ਕਰ ਰਹੇ ਹੁੰਦੇ ਆ ਉਹਨੂੰ ਗੈਪ ਜਿਹੜਾ ਉਹ ਫਿਲ ਕਰਨ ਲਈ ਕਹ ਲੋ ਹੁਣ ਜਿਹੜਾ ਮੇਨ ਸਭ ਤੋਂ ਵਧੀਆ ਸੋਰਸ ਹੈਗਾ ਉਹ ਕਿਤਾਬਾਂ ਆ ਹਾਂ ਨਾ ਸਭ ਤੋਂ ਡੀਟੇਲਡ ਵਿੱਚ ਜੇ ਤੁਸੀਂ ਜਾਣਕਾਰੀ ਕਿਤੋਂ ਲੈ ਸਕਦੇ ਹੋ ਕਿਤਾਬਾਂ ਦੇ ਥਰੂ ਲੈ ਸਕਦੇ ਆ ਉਹ ਜਿਹੜੀਆਂ ਕਿਤਾਬਾਂ ਲਿਖੀਆਂ ਹੁੰਦੀਆਂ ਉਹ ਐਕਸਪਰਟ ਨੇ ਲਿਖੀਆਂ ਹੁੰਦੀਆਂ ਹਾਂ ਨਾ ਜੇ ਕੋਈ ਬਿਜ਼ਨਸ ਦੀ ਕਿਤਾਬ ਲਿਖ ਰਿਹਾ ਤਾਂ ਉਹ ਬੰਦੇ ਨੇ 20 30 ਸਾਲ ਕੋਈ ਬਿਜ਼ਨਸ ਡਵੈਲਪ ਕੀਤਾ ਹੋਊਗਾ ਤਾਂ ਉਹ ਫਿਰ ਬਾਅਦ ਵਿੱਚ ਕਿਤਾਬ ਲਿਖਦਾ ਆਪਣਾ ਐਕਸਪੀਰੀਅੰਸ ਲਿਖਦਾ ਹਾਂਜੀ ਹਨਾ ਤੇ ਸਕੂਲਾਂ ਦੇ ਵਿੱਚ ਇਹ ਚੀਜ਼ਾਂ ਆਪਾਂ ਨੂੰ ਨਹੀਂ ਮਿਲਦੀਆਂ। ਹਮਮ ਸਕੂਲ ਵਿੱਚ ਤੁਹਾਨੂੰ ਕਿ ਸਿਖਾਇਆ ਨਹੀਂ ਜਾਂਦਾ ਹਨਾ ਕਿ ਤੁਸੀਂ ਮਾਰਕੀਟਿੰਗ ਕਿੱਦਾਂ ਕਰਨੀ ਆ ਜਾਂ ਫਿਰ ਸਪੈਸੀਫਿਕਲੀ ਇੰਟਰਪ੍ਰੈਨੋਰਸ਼ਿਪ ਕਿ ਤੁਸੀਂ ਆਪਣਾ ਸਟਾਰਟਅੱਪ ਕਿੱਦਾਂ ਕਰਨਾ ਉਹ ਚੀਜ਼ਾਂ ਹਮਮ ਹਨਾ ਅ ਫਿਰ ਜਦੋਂ ਆਪਾਂ ਦੇ ਕੋਲ ਉਹ ਚੀਜ਼ਾਂ ਦਾ ਐਕਸੈਸ ਹੀ ਨਹੀਂ ਹੈਗਾ ਫੇ ਆਪਾਂ ਉਹਨਾਂ ਨੂੰ ਆਪਸ਼ਨ ਕੰਸਿਡਰ ਹੀ ਨਹੀਂ ਕਰਦੇ ਹਨਾ ਆਪਾਂ ਨੂੰ ਲੱਗਦਾ ਕਿ ਉਹ ਚੀਜ਼ਾਂ ਐਗਜ਼ਿਸਟ ਨਹੀਂ ਕਰਦੀਆਂ ਪਾਥ ਹੈ ਹੀ ਨਹੀਂਗਾ ਰਸਤਾ ਹੈ ਹੀ ਨਹੀਂ ਹਨਾ ਸੋ ਅਵੇਅਰਨੈਸ ਪਹਿਲੀ ਗੱਲ ਅਵੇਅਰਨੈਸ ਹੋਣੀ ਚਾਹੀਦੀ ਤੁਹਾਡੇ ਕੋਲ ਆਪਸ਼ਨ ਸਾਰੇ ਅਵੇਲੇਬਲ ਹੋਣੇ ਚਾਹੀਦੇ ਆ ਹਮ ਕਿ ਆ ਮੰਨ ਲਓ ਹੁਣ ਜੇ ਮੈਂ ਆ ਆਪਾਂ ਗੱਲ ਕਰਦੇ ਆ ਕਿ ਕਿਸੇ ਗੇਮ ਦੀ ਗੱਲ ਕਰਦੇ ਬਾਸਕਟਬਾਲ ਆ ਮੰਨ ਲਓ ਇੱਥੇ ਬਾਸਕਟਬਾਲ ਚੱਲਦੀ ਹੈ ਨਾ ਹਾਂਜੀ ਪੰਜਾਬ ਦੇ ਵਿੱਚ ਆਪਣੇ ਬਾਸਕਟਬਾਲ ਦਾ ਇੰਨਾ ਹੈ ਨਹੀਂ ਕਰੇ ਤਾਂ ਨਹੀਂ ਬਿਲਕੁਲ ਹੈ ਨਾ ਹੁਣ ਆਪਾਂ ਜੇ ਕਹੀਏ ਕਿ ਪੰਜਾਬ ਦੇ ਵਿੱਚੋਂ ਨਵਾਂ ਅਗਲਾ ਉਹ ਕੋਈ ਬਾਸਕਟਬਾਲ ਦਾ ਇੰਟਰਨੈਸ਼ਨਲ ਪਲੇਅਰ ਨਿਕਲੇ ਹੋਗਾ ਉਹ ਇਨੀ ਪੋਸਿਬਿਲਟੀ ਨਹੀਂ ਹੈਗੀ ਹਾਂ ਨਾ ਕਿਉਂਕਿ ਉੱਥੇ ਐਕਸੈਸ ਹੀ ਨਹੀਂ ਹੈਗਾ ਚੀਜ਼ ਦਾ ਉਸੇ ਤਰੀਕੇ ਨਾਲ ਜੇ ਹੁਣ ਗਈ ਹੈ ਕਿ ਅਗਲਾ ਲੌਨ ਮਸਕ ਪੰਜਾਬ ਚ ਹੋਊਗਾ ਉਹ ਕਿਦਾਂ ਹੋਊਗਾ ਜੇ ਉਹਦੇ ਕੋਲ ਕਿਤਾਬਾਂ ਦਾ ਜਾਂ ਉਹ ਨੌਲੇਜ ਦਾ ਐਕਸੈਸ ਹੋਊਗਾ ਫੇਰ ਹੀ ਹੋ ਸਕਦਾ ਹੈ ਨਾ ਹੁਣ ਆਪਾਂ ਨੂੰ ਪਤਾ ਹੀ ਨਹੀਂਗਾ ਕਿ ਅ ਤੁਮਾਲੋ ਸਪੇਸ ਸਪੇਸਸ਼ਿਪ ਦਾ ਜਾਂ ਲੌਨ ਮਸਕ ਦੀ ਉਹ ਚੀਜ਼ ਹੈ ਨਾ ਕਿ ਉਹ ਆਪਣਾ ਰਾਕਟ ਸਾਇੰਸ ਦਾ ਵਿੱਚ ਹਾਂਜੀ ਹੁਣ ਤੁਸੀਂ ਉਹ ਜੇ ਖਿੱਤੇ ਦੇ ਵਿੱਚ ਕੋਈ ਡਿਸਕਵਰੀ ਕਰਨੀ ਆ ਜਾਂ ਉਹ ਖਿੱਤੇ ਦੇ ਵਿੱਚ ਤੁਸੀਂ ਖੋਜ ਕਰਨੀ ਆ ਜਾਂ ਉੱਥੇ ਦੇ ਮਤਲਬ ਐਕਸਪਰਟ ਪੈਦਾ ਕਰਨੇ ਆ ਉਹਦਾ ਐਕਸੈਸ ਪਹਿਲਾਂ ਤੁਹਾਨੂੰ ਲਿਆਉਣਾ ਪੈਣਾ ਹੈ ਹਨਾ ਹੁਣ ਮਨ ਆਪਣੇ ਤਾਂ ਸਾਰਾ ਉਹੀ ਆ ਕੇ ਲਾਈਕ ਮਕੈਨੀਕਲ ਇੰਜੀਨੀਅਰ ਇਲੈਕਟ੍ਰੀਕਲ ਇੰਜੀਨੀਅਰ ਫਿਊਲ ਇੰਜੀਨੀਅਰ ਹਾਂ ਬਸ ਉੱਥੇ ਤੋਂ ਜਿਹੜੀ ਹੁਣ ਕਹਿ ਲਓ ਮਸ਼ੀਨਰੀ ਜਿੱਦਾਂ ਹੀ ਲੱਗੀ ਆ ਉਹੀ ਰੁੱਖ ਉਹੀ ਫਾਲ ਨਿਕਲਦੇ ਨਾ ਹਾਂ ਤੇ ਜਿਹੜੀਆਂ ਕਿਤਾਬਾਂ ਹੁੰਦੀਆਂ ਇਹ ਤੁਹਾਨੂੰ ਐਕਸੈਸ ਦੇ ਦਿੰਦੀਆਂ ਲਾਈਕ ਤੁਸੀਂ ਕੋਈ ਵੀ ਚੀਜ਼ ਚੂਸ ਕਰਕੇ ਉਹਦੇ ਵਿੱਚ ਆਪਣੀ ਐਕਸਪਰਟਾਈਜ਼ ਕਰ ਸਕਦੇ ਆ ਹਮ ਹਣਾ ਤੁਸੀਂ ਕਿਸੇ ਵੀ ਲੈਵਲ ਤੇ ਉਹਨੂੰ ਲੈ ਜਾ ਸਕਦੇ ਆ ਹਮ ਸੋ ਇਹ ਜਿਹੜਾ ਤੁਸੀਂ ਲਿਟਰੇਚਰ ਕਹ ਲਓ ਜਾਂ ਕਿਤਾਬਾਂ ਕਹੋ ਇਹ ਸਾਰੀਆਂ ਜਾਨਕਿ ਇਹ ਇੰਗਲਿਸ਼ ਦੀਆਂ ਕਿਤਾਬਾਂ ਹਾਂ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਾਨਕਿ ਆਡੀਓ ਬੁక్స్ ਨਹੀਂ ਹੋਣੀਆਂ ਪੰਜਾਬੀ 'ਚ ਉਹਦਾ ਨਿਚੋੜ ਕੱਢ ਕੇ ਤੁਸੀਂ ਇਦਾਂ ਕਰੋਗੇ ਇਦਾਂ ਇਦਾਂ ਕਹਿ ਰਹੇ ਤੁਸੀਂ ਹਾਂਜੀ ਹੁਣ ਸੌਰੀ ਮੈਂ ਥੋੜਾ ਆਪਣੀ ਗੱਲ ਥੋੜੀ ਲੰਬੀ ਚੱਲ ਗਈ ਹਾਂ ਜੀ ਵਾਪਸ ਰਾਉਂਡ ਅਪ ਕਰਦੇ ਹਾਂ ਤੇ ਜਿਹੜਾ ਸਾਡਾ ਪ੍ਰੋਜੈਕਟ ਆ ਹੁਣ ਅਸੀਂ ਕੀ ਕੀਤਾ ਆ ਕਿ ਇੰਗਲਿਸ਼ ਦੀਆਂ ਕਿਤਾਬਾਂ ਆਪ ਪੜ੍ਹਣ ਦੀਆਂ ਬੋਰਿੰਗ ਲੱਗਦੀਆਂ ਹਾਂਜੀ ਹਾਂਜੀ ਇਹ ਐਸ ਵਿੱਚ ਮੈਨੂੰ ਆਪ ਨੂੰ ਬਹੁਤ ਬੋਰਿੰਗ ਲੱਗਦੀਆਂ ਹਾਂ ਪੜ੍ਹੀ ਵੀ ਨਹੀਂ ਜਾਂਦੀ ਉਹ ਕਿਤਾਬਾਂ ਦਾ ਪਹਿਲਾਂ ਆਪਾਂ ਨੂੰ ਪੰਜਾਬੀ ਕਮਿਊਨਿਟੀ 'ਚ ਉਦੋਂ ਸ਼ੌਕ ਨਹੀਂ ਹੈਗਾ ਹਾਂਜੀ ਹਨਾ ਤੇ ਦੂਸਰਾ ਉਤੋਂ ਇੰਗਲਿਸ਼ ਦੀ ਪੜ੍ਹਨੀ ਹੋਵੇ ਤਾਂ ਫਿਰ ਉਹ ਗਾਣਾ ਬੰਦਾ ਕਿਹੜਾ ਮਸਈਆ 20 ਸਾਲ ਕਾਲਜ ਕਰਕੇ ਜੋ ਫਿਨਿਸ਼ ਹੁੰਦਾ ਬੰਦਾ ਪਹਿਲਾਂ ਕਿਤਾਬਾਂ ਸੁੱਟਦਾ ਫਿਰ ਹਾਂ ਯਾਰ ਕਿਉਂਕਿ ਆਪਾਂ ਹੀਟ ਇੰਨਾ ਕਰ ਲਾ ਪਏ ਆ ਉਹ ਚੀਜ਼ਾਂ ਨੂੰ ਉਹ ਆਪਾਂ ਨੂੰ ਬੋਝ ਦੇ ਤੌਰ ਤੇ ਦਸੀਆਂ ਗਈਆਂ ਸਿੱਖਿਆ ਦੇ ਤੌਰ ਤੇ ਜਿਹਦੇ ਆਪਾਂ ਨੂੰ ਸ਼ੌਂਕ ਨਹੀਂ ਸੀਗਾ ਯਾ ਯਾ ਹਣਾ ਤੇ ਪਰ ਜਿਹੜੀਆਂ ਇਹ ਕਿਤਾਬਾਂ ਹੁੰਦੀਆਂ ਇਹ ਤੁਸੀਂ ਆਪਣੀ ਮਰਜ਼ੀ ਨਾਲ ਚੂਜ਼ ਕਰਨੀ ਹੁੰਦੀਆਂ ਤੁਸੀਂ ਆਪਣੇ ਇੰਟਰਸਟ ਅਕੋਰਡਿੰਗ ਚੂਜ਼ ਕਰ ਸਕਦੇ ਨੇ ਸਬਜੈਕਟ ਹੂੰ ਤੇ ਇੰਗਲਿਸ਼ ਦੀਆਂ ਕਿਤਾਬਾਂ ਨੂੰ ਅਸੀਂ ਫਿਰ ਕੀ ਕੀਤਾ ਕਿ ਲੈਟਸ ਸੇ ਜਿੱਦਾਂ ਹੁਣ ਮੈਂ ਤੁਹਾਨੂੰ ਕੋਈ ਬੁੱਕ ਪੜ੍ਹੀ ਆ ਇੰਗਲਿਸ਼ ਦੀ ਮੈਂ ਤੁਹਾਨੂੰ ਐਕਸਪਲੇਨ ਕਰ ਦਵਾਂ ਸਾਰੀ ਬੁੱਕ ਰਿਵਿਊ ਟਾਈਪ ਹਾਂ ਦੇਣਾ ਹਾਂਜੀ ਮੰਨ ਲਓ ਜੇ ਤੁਸੀਂ ਆਪ ਪੜ੍ਹਨ ਜਾਉਂਦੇ ਤਾਂ ਤੁਹਾਨੂੰ ਬੋਰਿੰਗ ਲੱਗੂਗੀ ਜੇ ਮੈਂ ਇੱਥੇ ਬੈਠ ਕੇ ਹੁਣ ਤੁਹਾਨੂੰ ਚੈਪਟਰ ਬਾ ਚੈਪਟਰ ਪੂਰੀ ਬੁੱਕ ਦੱਸਦਾ ਇੱਚ ਆ ਆਥਰ ਨੇ ਆ ਗੱਲ ਕਹੀ ਆ ਹਨਾ ਕਿ 2 ਘੰਟੇ ਦੇ ਵਿੱਚ ਮੈਂ ਪੂਰੀ ਬੁੱਕ ਐਕਸਪਲੇਨ ਕਰਦਾ ਤੇ ਆਪਾਂ ਉਹੀ ਚੀਜ਼ ਪਲੈਟਫਾਰਮ ਤਿਆਰ ਕੀਤਾ ਕਿ ਕੋਈ ਵੀ ਜਣਾ ਆ ਕੇ ਆਪਣੇ ਤੁਸੀਂ ਟਰੈਵਲ ਕਰਦੇ ਹੋਏ ਆ ਗੱਡੀ ਦੇ ਵਿੱਚ ਤੁਰੇ ਫਿਰਦੇ ਤੁਸੀਂ ਆਡੀਓ ਬੁੱਕ ਪੂਰੀ ਸੁਣ ਸਕਦੇ ਆ ਤੇ ਐਸ ਐਚ ਪੂਰੀ ਆਡੀਓ ਬੁੱਕ ਨਹੀਂ ਹੈਗੀ ਤੇ ਅਸੀਂ ਉਹਨੂੰ ਇੰਗੇਜਿੰਗ ਕਰਕੇ ਤਾਂ ਕਿ ਬੋਰਿੰਗ ਵੀ ਨਾ ਹੋਵੇ ਹਨਾ ਆਡੀਓ ਬੁੱਕ ਦਾ ਹੁੰਦਾ ਕਿ ਬੋਰ ਹੋ ਜਾਂਦਾ ਬੰਦਾ ਤੇ ਉਹਦੀ ਲੈਂਗੁਏਜ ਥੋੜੀ ਨਿਊਜ਼ਪੇਪਰ ਵਾਲੀ ਹੁੰਦੀ ਆ ਨਿਊਜ਼ ਵਾਲੀ ਕਿ ਜਦੋਂ ਇੰਨਾ ਲੱਗਦਾ ਕੋਈ ਖਬਰ ਪੜ੍ਹੀ ਜਾ ਰਿਹਾ ਤੁਹਾਡਾ ਡਿਸਟਰੈਕਟ ਹੋ ਜਾਂਦਾ ਦਿਮਾਗ ਬਹੁਤ ਛੀਤੀ ਹਾਂਜੀ ਤੇ ਅਟੈਂਸ਼ਨ ਸਪੈਨ ਆਪਣਾ ਉਹਦੀ ਬਹੁਤ ਘਟਿਆ ਹੋਇਆ ਅੱਜਕੱਲ ਤਾਂ ਕਰਕੇ ਅਸੀਂ ਉਹਨੂੰ ਇੰਗੇਜਿੰਗ ਬਣਾਇਆ ਹੋਇਆ ਸਟੋਰੀ ਟੈਲਿੰਗ ਦੇ ਨਾਲ ਤਾਂ ਕਿ ਰੈਲੇਵੈਂਟ ਐਗਜ਼ਾਮਪਲਾਂ ਦੇ ਨਾਲ ਕੋਈ ਵੀ ਜਣਾ ਆਪਣਾ ਜਿਹੜੀ ਮੇਨ ਉਤ ਨੋ ਲੈ ਜਾ ਉਹਨੂੰ ਆਪਾਂ ਗ੍ਰੈਪਸ ਕਰ ਸਕੀ ਆ। ਹੂੰ। ਉਹ ਇਹ ਨਾ ਮੈਂ ਕਹਿੰਦਾ ਹੁੰਦਾ ਵੀ ਉਹਦਾਂ ਜੇ ਕੋਈ ਆਪਾਂ ਕੋਈ ਇਤਿਹਾਸਿਕ ਕਿਤਾਬ ਨਹੀਂ ਹੋਵੇ। ਹੂੰ। ਹਨਾ ਆਪਾਂ ਨੂੰ ਹੁੰਦਾ ਯਾਰ ਨਹੀਂ ਹਨਾ ਉਹ ਕਿੱਥੇ ਹੈ ਨਾ ਪਰ ਉਹਦਾਂ ਜੇ ਕੋਈ ਆਪਾਂ ਨੂੰ ਐਜ਼ ਅ ਸਟੋਰੀ ਐਜ਼ ਇੱਕ ਕਥਾ ਜਾਂ ਉਵੇਂ ਸੁਣਾਵੇ ਉਹ ਆਪਾਂ ਨੂੰ ਵਧੀਆ ਲੱਗਦੀ ਆ ਸੁਣ ਵੀ ਲਈਦੇ ਆ ਆਪਾਂ ਹਨਾ। ਜੀ ਜੀ ਕਿੰਨਾ YouTube ਦੇ ਕੰਟੈਂਟ ਪਿਆ ਅਸਲ ਦੇ ਵਿੱਚ ਉਹ ਆਇਆ ਤਾਂ ਕਿਤੇ ਆਪਣੇ ਉਹਨਾਂ ਦੇ ਵਿੱਚ ਇਤਿਹਾਸਿਕ ਕਿਤਾਬਾਂ ਦੇ ਵਿੱਚੋਂ ਹੀ ਆ ਪਰ ਇਤਿਹਾਸਿਕ ਕਿਤਾਬਾਂ ਆਪਾਂ ਕਿਤੇ ਨਾ ਕਿਤੇ ਨਹੀਂ ਪੜਦੇ ਪਰ ਕਥਾਵਾਂ ਹਣਾ ਕੋਈ ਪ੍ਰਚਾਰਕ ਆਪਾਂ ਨੂੰ ਕਵੇ ਬੋਲ ਕੇ ਦੱਸੇ ਉਹ ਉਹ ਆਪਾਂ ਨੂੰ ਆ ਜਾਂਦੀਆਂ। ਜੋ ਜਿਹੜਾ ਤੁਹਾਡਾ ਇਨੀਸ਼ੀਏਟਿਵ ਹੈ ਵੀ ਹਨਾ ਵਧੀਆ ਆ। ਸੋ ਇਹਦੇ ਵਿੱਚ ਕੋਈ ਤੁਸੀਂ ਸੋਚਿਆ ਵੀ ਇਦਾਂ ਦੀਆਂ ਹੀ ਜੋ ਫਾਈਨੈਂਸ਼ੀਅਲੀ ਕਿਤਾਬਾਂ ਹੋਣਗੀਆਂ ਜਾਂ ਪਰਸਨਲ ਡਿਵੈਲਪਮੈਂਟ ਦੀਆਂ ਕੋਈ ਕਿੱਦਾਂ ਦੀਆਂ ਹੋਣੀਆਂ ਕਿਤਾਬਾਂ? ਹਾਂਜੀ ਸਟਾਰਟਿੰਗ ਦੇ ਵਿੱਚ ਅਸੀਂ ਉਹ ਨੀਸ਼ ਲੈ ਕੇ ਚੱਲ ਰਹੇ ਹਾਂ ਕਿ ਜਿਹੜੀ ਸੈਲਫ ਇੰਪਰੂਵਮੈਂਟ ਜਿੰਨੀਆਂ ਆਪਣੀਆਂ ਸੌਫਟ ਸਕਿੱਲ ਹੁੰਦੀਆਂ ਕਮਿਊਨੀਕੇਸ਼ਨ ਹੋ ਗਈ, ਮਾਰਕੀਟਿੰਗ, 네ਗੋਸ਼ੀਏਸ਼ਨ ਹਨਾ ਜਿਹੜੀਆਂ ਚੀਜ਼ਾਂ ਆਪਾਂ ਬਹੁਤ ਜਿਆਦਾ ਜ਼ਰੂਰੀ ਹੁੰਦੀਆਂ ਤੇ ਆਪਣੀ ਸਕੂਲ ਦੇ ਵਿੱਚ ਆਪਾਂ ਲੈ ਕਰ ਰਹੇ ਆ ਆਪਣੇ ਕੋਲ ਨਹੀਂ ਅਵੇਲੇਬਲ ਸੋਰਸ ਉਹ ਵਾਲੀਆਂ ਕਿਤਾਬਾਂ ਆਪਾਂ ਫੋਕਸ ਕਰ ਰਹੇ ਮਾਰਕੀਟਿੰਗ ਐਂਟਰਪ੍ਰੀਨਿਓਰਸ਼ਿਪ ਬਿਜ਼ਨਸ ਦੀਆਂ ਉਹ ਸਾਰੀਆਂ ਹੈਗੀਆਂ ਤੇ ਥੋੜੀਆਂ ਜਨਰਲ ਰਿਲੇਸ਼ਨਸ਼ਿਪ ਤੇ ਵੀ ਹੈਗੀਆਂ ਦੋ ਤਿੰਨ ਕਿਤਾਬਾਂ ਜਿਹੜੀਆਂ ਬਹੁਤ ਵਧੀਆ ਹੈਗੀਆਂ ਸੋ ਵੀ ਗਾਈਡੈਂਸ ਕਿਤਨਾ ਕਿਤੇ ਕਹ ਲੋ ਕਿ ਨੀਡੀਡ ਬਹੁਤ ਅੱਜ ਦੇ ਟਾਈਮ 'ਚ ਸੋ ਆਪਾਂ ਮੇਨ ਮੇਨ ਉਹ ਨੀਸ਼ ਦੇ ਵਿੱਚ ਲੈ ਕੇ ਆਪਾਂ ਜਿਹੜੀਆਂ ਕਿਤਾਬਾਂ ਉਹਦੇ ਵਿੱਚ ਕਰ ਰਹੇ ਆ ਓਕੇ ਜਿਵੇਂ ਹੁਣ ਤੁਸੀਂ ਦੱਸਿਆ ਨਾ ਕਿਤਾਬ ਪੜਨੀ ਹੋਏ ਅਸਲ ਦੇ ਵਿੱਚ ਤੁਸੀਂ ਕਿਤਾਬਾਂ ਪੜੀਆਂ ਵੀ ਬਹੁਤ ਹੋਣਗੀਆਂ ਹਨਾ ਕਿਵੇਂ ਤੁਹਾਡੀ ਟੀਮ ਹੈ ਕਿਉਂ ਇੱਕ ਕਿਤਾਬ ਪੜਨ ਨੂੰ ਤਾਂ ਬਹੁਤ ਟਾਈਮ ਲੱਗਦਾ ਫੋਰ ਐਗਜ਼ਾਮਪਲ ਉਹ ਮੈਨੂੰ ਲੱਗਾ 48 ਆਫ ਲਾ ਪਾਵਰ ਪਈ ਹੈ ਨਾ ਉਹ ਵੀ ਸ਼ਾਇਦ ਤੁਸੀਂ ਕਰੋਗੇ ਕਬਰ ਹਨਾ ਉਹ ਹਾਲੇ ਨਹੀਂ ਹਾਂਜੀ ਸਟੱਡੀ ਵਿੱਚ ਅਜੇ ਨਹੀਂ ਕੀਤੀ ਪਰ ਏਦਾਂ ਹੈਗਾ ਜਿਹੜੇ ਭੈਂਜੀ ਆ ਉਹ ਸੀ ਜਿਹੜਾ ਦੋ ਜਣੇ ਉਹ ਕਰਦੇ ਪਏ ਆ ਤੇ ਉਹ ਜਿਹੜੇ ਭੈਂਜੀ ਆ ਉਹਨਾਂ ਦਾ YouTube ਚੈਨਲ ਸੀਗਾ ਉਹ ਪਹਿਲਾਂ ਬੁੱਕ ਸਮਰੀਸ ਬਣਾਉਂਦੇ ਸੀਗੇ ਓਕੇ ਤੇ ਉਹਨਾਂ ਨਾਲ ਕਲੈਬ ਅਸੀਂ ਕੀਤਾ ਇਕੱਠਿਆਂ ਨੇ ਉਹ ਪ੍ਰੋਜੈਕਟ ਤੇ ਜਿਹੜਾ ਹੁਣ ਵੌਇਸ ਦਾ ਕੰਮ ਆ ਸਾਰਾ ਉਹ ਕਰਦੇ ਪਏ ਆ ਓਕੇ ਸੋ ਕੰਟੈਂਟ ਦੇ ਵਿੱਚ ਕਿਉਂਕਿ ਉਹਨਾਂ ਦੀ ਪਹਿਲਾਂ ਦੀ ਬਹੁਤ ਚਿਰਾਂ ਦੀ ਖੋਜ ਹੈ ਚੀਜ਼ ਤੇ ਉਹਨਾਂ ਨੇ ਕਿਤਾਬਾਂ ਪੜ੍ਹੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਸਿੱਖਿਆ ਸੀ ਤੇ ਉਹ ਫਿਰ ਈਜ਼ੀ ਹੋ ਜਾਂਦਾ ਹੈ ਨਾ ਚੈਪਟਰ ਬਾ ਚੈਪਟਰ ਪਹਿਲਾਂ ਹੁਣ ਅਸੀਂ ਫਿਰ ਉਹਨਾਂ ਬੁਲਟ ਪੁਆਇੰਟ ਉਹਨੂੰ ਸਮਰਾਈਜ਼ ਕਰ ਲੈਣਾ ਸੋ ਟਾਈਮ ਬਹੁਤ ਲੱਗਾ ਤੇ ਪਰ ਹੁਣ ਫਾਈਨਲੀ ਕਲੋਕੇ ਅਸੀਂ ਆ ਗਏ ਹੁਏ ਆ ਇੱਥੇ ਜਿੱਦਾਂ ਕਿ ਤਿਆਰ ਹੋ ਗਿਆ ਹੁਣ ਸਾਡਾ ਬਹੁਤ ਸੂਨ ਅਸੀਂ ਰਿਲੀਜ਼ ਕਰ ਰਹੇ ਹਾਂ ਉਹ ਕਦੋਂ ਦਾ ਟਾਰਗੇਟ ਹੈ ਬਈ ਕਦੋਂ ਹੋ ਜਾਊਗਾ ਲਾਂਚ ਅ ਕੋਸ਼ਿਸ਼ ਆ ਕੇ ਜਿੱਦਾਂ ਇਸੇ ਮੰਥ ਦੇ ਵਿੱਚ ਜਨਵਰੀ 2024 ਦੇ ਵਿੱਚ ਹੀ ਅਸੀਂ ਇਹਨੂੰ ਲਾਂਚ ਕਰ ਦੇਣਾ ਤੇ ਅਗਰ ਕੋਈ ਨਵੀਂ ਪ੍ਰੋਬਲਮ ਹੋਦੀ ਲਾਈਕ ਮੈਕਸਿਮ ਫਰਵਰੀ ਤੱਕ ਹੋ ਜਾਊਗਾ ਜਨਵਰੀ ਫਰਵਰੀ ਇਹਦਾ ਇਹ ਸਿਰ ਦੋ ਮਹੀਨਿਆਂ ਦੇ ਵਿੱਚ ਆਪਾਂ ਲਾਂਚ ਕਰ ਦੇਣਾ ਅਨੇ ਨੇ ਟਾਈਮ ਦੀ ਸਮੇਂ ਦੀ ਲੋਡ ਵੀ ਆ ਨਾ ਹੋਰ ਕੋਈ ਕੰਟੈਂਟ ਹੋਵੇ ਜਾ ਸੋਸ਼ਲ ਮੀਡੀਆ ਤੁਹਾਨੂੰ ਪਤਾ ਹੀ ਹੈ ਕਿ ਹੋ ਜਾ ਤੁਰਿਆ ਫਿਰਦਾ ਕੰਟੈਂਟ ਹਨਾ ਉਹ ਤਾਂ ਸਾਰੇ ਚੱਲੀ ਜਾਂਦਾ ਚੱਲੀ ਜਾਂਦਾ ਚੱਲੀ ਵੀ ਜਾਂਦਾ ਐਂਟਰਟੇਨਿੰਗ ਕੰਟੈਂਟ ਹਨਾ ਪਰ ਜਿਹੜੀ ਅਸਲ ਆਪਣੀ ਰੂਹ ਦੀ ਖਰਾਕ ਹੁੰਦੀ ਆ ਹਨਾ ਜਿਨੇ ਆਪਾਂ ਨੂੰ ਕੋਈ ਜ਼ਿੰਦਗੀ ਜੱਗੇ ਜਾ ਕੇ ਕੋਈ ਕੰਮ ਦੇਣਾ ਹਨਾ ਉਹ ਤਾਂ ਕਿਤਾਬਾਂ ਹੀ ਆ ਉਹ ਤੁਸੀਂ ਹੁਣ ਪੜ ਲਓ ਹਨਾ ਪੜਨੀਆਂ ਪੈਣੀਆਂ ਹੀ ਆ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਉਹ ਜਿਆ ਲਿਟਰੇਚਰ ਸਾਨੂੰ ਆਪਣੇ ਦਿਮਾਗ ਦੇ ਵਿੱਚ ਪਾਉਣਾ ਹੀ ਪੈਣਾ ਹੈ ਜੇ ਤੁਸੀਂ ਪਰਸਨਲੀ ਇਹ ਦੇਖਣਾ ਜਾਨਣਾ ਚਾਹੁੰਦੇ ਆ ਬਿਜ਼ਨਸ ਦੇ ਵਿੱਚ ਹੋ ਗਿਆ ਹਨਾ ਜਾਂ ਆਪਣੀ ਲਾਈਫ ਦੇ ਵਿੱਚ ਹੋ ਗਿਆ ਰਿਲੇਸ਼ਨਸ਼ਿਪ ਦੇ ਵਿੱਚ ਵੀ ਹੋਈਆਂ ਹਨਾ ਇਹ ਤਾਂ ਹੈ ਨਹੀਂ ਵੀ ਉਹ ਸੋਸ਼ਲ ਮੀਡੀਆ ਦੇ ਤੁਸੀਂ ਐਡਵਾਈਸ ਤੋਂ ਤੁਸੀਂ ਹੈ ਨਾ ਆਪਣੇ ਰਿਲੇਸ਼ਨ ਚ ਵਧੀਆ ਬਣਾ ਲੂਗੇ ਤੇ ਇੱਥੇ ਨਾ ਕਿਤੇ ਤਾਂ ਸਾਨੂੰ ਉਹ ਵਧੀਆ ਚੀਜ਼ਾਂ ਸੁਣਨੀਆਂ ਪੈਣੀਆਂ ਨੇ ਜੀ ਜੀ ਹੈ ਨਾ ਤੇ ਤੁਹਾਡਾ ਇਹ ਇਨੀਸ਼ੀਏਟਿਵ ਹੈ ਨਾ ਵਧੀਆ ਗੱਲ ਹੈ ਕੱਲੀਆਂ ਕਿਤਾਬਾਂ ਹੀ ਹੋਣਗੀਆਂ ਜਾਂ ਕਹਾਣੀਆਂ ਟਾਈਪ ਵੀ ਹੋਣਗੀਆਂ ਜਿਵੇਂ ਕਹਾਣੀਆਂ ਕਹਿ ਲਓ ਜਾਂ ਕਥਾ ਹੋਵੇ ਕਹਿ ਲਓ ਜਾਂ ਧਾਰਮਿਕ ਉਹਦੇ ਲਈ ਅਸੀਂ ਉਹ ਚੀਜ਼ ਤੇ ਹਾਲੇ ਫੋਕਸ ਨਹੀਂ ਕਰ ਰਹੇ ਉਹਦੇ ਲਈ ਆਲਰੇਡੀ ਮਾਰਕੀਟ ਚ ਅਵੇਲੇਬਲ ਹੈਗੀ ਹੈ ਕੈਪ ਬਹੁਤ ਸੋਹਣੀ ਪੰਜਾਬੀ ਵਿਰਾਸਤ ਹਾਂਜੀ ਹਾਂਜੀ ਹੈਗੀ ਆ ਮੇਰੇ ਕੋਲ ਮੈਂ ਭਰਿਆ ਹਾਂ ਹਾਂਜੀ ਉਹ ਵੀ ਮੇਰੇ ਕੋਲ ਵੀ ਆਡੀਓ ਬੁੱਕ ਹੈਗੀ ਆ ਉਹ ਆਡੀਓ ਐਪ ਹੈਗੀ ਆ ਸੋ ਉਹਨਾਂ ਨੇ ਉਹ ਪੰਜਾਬੀ ਦੀਆਂ ਕਿਤਾਬਾਂ ਆਲਰੇਡੀ ਕਵਰ ਕੀਤੀਆਂ ਲਗਭਗ ਸਾਰੀਆਂ ਹੀ ਉਹਨਾਂ ਕੋਲ ਮੌਜੂਦ ਹੈਗੇ 500 ਤੋਂ ਵੱਧ ਹੂੰ ਤੇ ਪਰ ਇੰਗਲਿਸ਼ ਵਾਲੀਆਂ ਕਿਤਾਬਾਂ ਇਹ ਇਹ ਇਹਨਾਂ ਦੀ ਨੀਡ ਹੈਗੀ ਆ ਇਹ ਮਤਲਬ ਕਿ ਅਵੇਲੇਬਲ ਨਹੀਂ ਹੈਗੀਆਂ ਸੈਕਿੰਡ ਜੇ ਹੈਗੀਆਂ ਆ ਤੇ ਆਪਣੇ ਪੰਜਾਬੀ ਆਥਰਾਂ ਨੇ ਇਹਨਾਂ ਨੂੰ ਉਹ ਕੀਤਾ ਟਰਾਂਸਲੇਟ ਹੂੰ ਜਿਹੜਾ ਪੰਜਾਬੀ ਵਰਜ਼ਨ ਜੇ ਤੁਸੀਂ ਸੇਮ ਇੰਗਲਿਸ਼ ਕਿਤਾਬ ਦਾ ਪੜੋਗੇ ਤਾਨੂੰ ਉੱਚ ਟੋਟਲ ਜੀ ਡਿਫਰੈਂਟ ਸਟੋਰੀ ਦੇਖਣ ਨੂੰ ਮਿਲਨੀ ਆ ਕਿਉਂਕਿ ਹੁਣ ਜਿਹੜਾ ਆਥਰ ਸੀਗਾ ਉਹ ਆਥਰ ਪੰਜਾਬ ਦੇ ਵਿੱਚ ਆ ਹਨਾ ਉਹਨੇ ਆਪਣੇ ਹਿਸਾਬ ਨਾਲ ਉਹਨੂੰ ਐਕਸਪੀਰੀਅੰਸ ਹੋਇਆ ਉਹਨੂੰ ਪਤਾ ਨਹੀਂਗਾ ਉਹਨੇ ਉਹ ਚੀਜ਼ਾਂ ਦੇਖੀਆਂ ਨਹੀਂ ਉਹਨੇ ਇਧਰਲੀ ਇਕਨੋਮੀ ਨਹੀਂ ਦੇਖੀ ਜਾਂ ਸਿਸਟਮ ਉਹਨੂੰ ਨਹੀਂ ਸਮਝ ਲੱਗਦਾ ਉਹਨੇ ਆਪਣੇ ਹਿਸਾਬ ਨਾਲ ਉਹਨੂੰ ਕਰਤਾ ਕਨਵਰਟ ਹਨਾ ਤੇ ਬਟ ਉਹ ਕਾਫੀ ਚੀਜ਼ਾਂ ਉੱਚ ਤੁਸੀਂ ਲੈਕ ਕਰਦੇ ਲੈਕ ਹੁੰਦੀਆਂ ਤੁਸੀਂ ਦੇਖੋਗੇ ਜੋ ਜੋ ਤੁਸੀਂ ਸੁਣੋਗੇ ਤਾਂ ਤੁਹਾਡਾ ਇੰਟਰਸਟ ਵੀ ਨਹੀਂ ਬਣਨਾ ਇੱਕ ਤਾਂ ਦੂਜਾ ਪੰਜਾਬੀ ਦੇ ਵਿੱਚ ਥੋੜੇ ਜਿਹੇ ਸ਼ਬਦ ਹੁੰਦੇ ਆ ਆਪਣੀ ਜਿਹੜੀ ਨਵੀਂ ਪੀੜ੍ਹੀ ਆ ਆਪਾਂ ਆਪਣੀ ਵਿਆਕਰਣ ਇਨੀ ਜ਼ਿਆਦਾ ਹਾਈ ਲੈਵਲ ਨਹੀਂ ਹੁੰਦੀ ਹਮ ਹੈਨਾ ਆਪਾਂ ਨੂੰ ਸਮਝ ਨਹੀਂ ਲੱਗਦਾ ਉਹ ਜਿਹੜੇ ਸ਼ਬਦ ਆ ਤਾਂ ਕਰਕੇ ਫਿਰ ਉਹ ਥੋੜੀ ਪ੍ਰੋਬਲਮ ਆਉਂਦੀ ਆ ਅਸੀਂ ਇਹਦੇ ਵਿੱਚ ਟਰਾਈ ਕੀਤਾ ਕਿ ਜਿਦਾਂ ਐਜ਼ ਅ ਪਰਸਨ ਆਪਾਂ ਗੱਲ ਕਰ ਰਹੇ ਹਾਂ ਹੁਣ ਹੈਨਾ ਕਿ ਯੰਗ ਜਨਰੇਸ਼ਨ ਹੁਣ ਜੀ ਤੁਹਾਡੀ ਹਮ ਉਮਰ ਦਾ ਕੋਈ انسان ਤੁਹਾਨੂੰ ਕੋਈ ਗੱਲ ਕਰੇ ਹਨ ਤੁਸੀਂ ਜ਼ਿਆਦਾ ਕਨੈਕਟ ਕਰੋਗੇ ਉਹਨੇ ਐਕਸਪਲੇਨ ਵੀ ਉਸੇ ਤਰੀਕੇ ਨਾਲ ਨਹੀਂ ਵਿੱਚ ਇੰਗਲਿਸ਼ ਦੇ ਵਰਡ ਅਹੀ ਇੰਗਲਿਸ਼ ਦੇ ਵਿੱਚ ਹੀ ਬੋਲੇਆ ਹਨਾ ਤੁਹਾਨੂੰ ਸਮਝ ਨਹੀਂ ਅੰਡਰਸਟੈਂਡਿੰਗ ਈਜ਼ੀ ਹੋ ਜਾਂਦੀ ਆ ਉਹੀ ਤੁਹਾਨੂੰ ਕੋਈ 40 ਸਾਲ ਦਾ ਵਿਅਕਤੀ ਪੜ੍ਹ ਕੇ ਸੁਣਾ ਰਿਹਾ ਤੁਹਾਡਾ ਇੰਟਰਸਟ ਨਹੀਂ ਬਣਨਾ ਹਨਾ ਉਹ ਬੋਰਿੰਗ ਚੀਜ਼ ਹੋ ਜਾਂਦੀ ਕਹਾਣੀਆਂ ਦੇ ਵਿੱਚ ਚੱਲ ਜਾਂਦਾ ਪਰ ਇਹੋ ਜਿਹੀਆਂ ਕਿਤਾਬਾਂ ਦੇ ਵਿੱਚ ਜੇ ਟੈਕਨੀਕਲ ਇਨਫੋਰਮੇਸ਼ਨ ਹੁੰਦੀ ਜਿੱਥੇ ਉੱਥੇ ਤੁਹਾਡੀ ਫੋਕਸ ਬਹੁਤ ਜ਼ਰੂਰੀ ਆ ਉਹ ਉਹਨਾ ਗਾਤ ਐਮਪਲੈਂਟੈਂਡ ਨਾ ਹੁਣ ਇਹ I think big and become rich or grow big ਇਦਾਂ ਦੀ ਕੁਛ ਆ ਹਾਂ ਉਹਦੀ ਪੰਜਾਬੀ ਚ ਤਰਜਮਾ ਹੋਇਆ ਵੱਡੀ ਸੋਚ ਦਾ ਵੱਡਾ ਜਾਦੂ ਹਾਂਜੀ ਹਨਾ ਉਹ ਤੁਸੀਂ ਦੋ ਕਿਤਾਬਾਂ ਇਦਾਂ ਪਹਿਲੇ ਪਹਿਲੇ ਪੇਜ ਪੜ੍ਹੂਗੇ ਤੁਹਾਨੂੰ ਪਤਾ ਲੱਗ ਜਾਊਗਾ ਉਹ ਇੱਕ ਇੰਗਲਿਸ਼ ਵਾਲੀ ਚ ਕੁਝ ਹੋਰ ਕਿਹੋ ਗੱਲ ਹੋ ਰਹੀ ਆ ਪੰਜਾਬੀ ਵਾਲੀ ਚ ਉਹ ਗੱਲ ਹਨਾ ਉਨੀ ਤੇ ਚੱਕ ਕੇ ਉਹੀ ਕਰਤੀ ਹਨਾ ਹਾਂਜੀ ਤੇ ਉਹ ਗੱਲ ਬਣ ਨਹੀਂ ਰਹੀ ਜਾਨੀ ਕਿ ਜੋ ਉਹ ਆਥਰ ਦਾ ਇੰਗਲਿਸ਼ ਵਾਲੇ ਦਾ ਕਹਿਣ ਦਾ ਮਤਲਬ ਸੀਗਾ ਉਹ ਪੰਜਾਬੀ ਦੇ ਵਿੱਚ ਉਹ ਫੀਲ ਨਹੀਂ ਆ ਰਹੀ ਸੀ ਉਹ ਮੈਂ ਪੜੇ ਇੱਕ ਦੋ ਪੇਜ ਪੜੇ ਕੰਪੇਅਰ ਹੀ ਕਰ ਰਿਹਾ ਸੀ ਮੈਂ ਵੀ ਕਿਉਂ ਮੈਨੂੰ ਵੀ ਕਦੇ ਸ਼ੌਂਕ ਜਾ ਪੈ ਜਾਂਦਾ ਫੇ ਦੇਖਾਂ ਹਨਾ ਵੀ ਕੀ ਹੈ ਨਾ ਬੁੱਕ ਸਟੋਰ ਤੇ ਖੜਾ ਜੀ ਤੇ ਮੈਂ ਦੇਖਿਆ ਮੈਂ ਕਿਹਾ ਯਾਰ ਨਹੀਂ ਇਹ ਤਾਂ ਗੱਲ ਬਣ ਨਹੀਂ ਰਹੀ ਹਨਾ ਹਾਂਜੀ ਤੇ ਜਾਂ ਫਿਰ ਕੋਸ਼ਿਸ਼ ਜਿਹੜੇ ਤੁਸੀਂ ਹੁਣ ਕਰ ਰਹੇ ਹੋ ਜੋ ਕੰਮ ਫੇ ਸਮਰਾਈਜ਼ ਕਰਨਾ ਉਹ ਜ਼ਿਆਦਾ ਬੈਟਰ ਆ ਹਾਂ ਹਨਾ ਉੱਥੇ ਦੀਆਂ ਤੁਸੀਂ ਐਗਜ਼ਾਮਪਲਾਂ ਲੈ ਕੇ ਉਹਨੂੰ ਬੁੱਕ ਨੂੰ ਸਮਰਾਇਜ਼ ਕਰਨਾ ਠੀਕ ਆ ਪਰ ਮੈਨੂੰ ਕਦੇ ਨਾ ਕਦੇ ਲੱਗਦਾ ਹੁੰਦਾ ਟਰਾਂਸਲੇਟ ਕਰਨਾ ਜਾਂ ਉਹ ਵਾਲੀਆਂ ਐਗਜ਼ਾਮਪਲਾਂ ਬਾਹਰ ਵਾਲੀਆਂ ਨੂੰ ਪੰਜਾਬ ਦੇ ਉੱਤੇ ਲਾ ਕੇ ਉਹ ਕਿਤੇ ਨਾ ਕਿਤੇ ਫਿਰ ਬੁੱਕ ਦਾ ਜਿਹੜਾ ਮਤਲਬ ਹੁੰਦਾ ਆਥਰ ਦਾ ਕਹਿਣ ਦਾ ਉਹ ਕਦੇ ਨਾ ਕਿਤੇ ਨਿਕਲ ਜਾਂਦਾ ਆ ਹਾਂਜੀ ਦੇਖਿਓ ਤੁਸੀਂ ਪੜਿਓ ਵੱਡੀ ਸੋਚਦਾ ਵੱਡਾ ਜਾਦੂ ਤੇ ਇੱਕ ਕਿਤਾਬ ਵਿੱਚ ਤੁਸੀਂ ਮੈਚ ਕਰਕੇ ਦੋ ਤਿੰਨਾਂ ਪੇਜਾਂ ਸਾਨੂੰ ਪਤਾ ਲੱਗ ਜਾਣਾ ਵੀ ਗੱਲ ਕਿੱਧਰ ਨੂੰ ਜਾ ਰਹੀ ਆ ਅਸੀਂ ਕੀਤਾ ਸੀ ਦਾ ਸਿਕਰਟ ਦਾ ਦੇਖਿਆ ਸੀਗਾ ਅੱਛਾ ਜੀ ਟੋਟਲੀ ਡਿਫਰੈਂਟ ਸਟੋਰੀ ਮਤਲਬ ਹਾਂ ਉਹ ਮੈਨੂੰ ਪਈ ਆ ਮੈਨੂੰ ਪੰਜਾਬੀ ਚ ਪਈ ਆ ਅੱਛਾ ਜੀ ਤੇ ਪਹਿਲੇ ਮੈਂ ਇੰਗਲਿਸ਼ ਚ ਪੜ੍ਹੀ ਸੀਗੀ ਤੇ ਮੈਂ ਬੁੱਕ ਸਟੋਰ ਤੇ ਗਿਆ ਤੇ ਉਹ ਕਹਿੰਦਾ ਪੰਜਾਬੀ ਚ ਆਵੇ ਮੈਂ ਕਿਹਾ ਚਲ ਪੰਜਾਬੀ ਚ ਪੜ੍ਹ ਲੈਂਦੇ ਉਹ ਤਾਂ ਬ੍ਰਮਾਂਡ ਦੇ ਵਿੱਚ ਭਿਕ ਦੇ ਤੁਸੀਂ ਆ ਕਾਲੇ ਕਰ ਕਰਛਿਤ ਇਦਾਂ ਉਹ ਸਮਝ ਨਹੀਂ ਲੱਗਦੀ ਤਿੰਨ ਵਾਰੀ ਪੜ੍ਹਨੀ ਪੈਂਦੀ ਲੈਣ ਉਹ ਹਾਂਜੀ ਹਾਂਜੀ ਯਾ ਯਾ ਤੁਸੀਂ ਕੁਝ ਕਹਿ ਰਹੇ ਸੀ ਮੈਂ ਵਿੱਚ ਤੁਹਾਨੂੰ ਟੋਕਦਾ ਸਾਰੀ ਨਹੀਂ ਕੋਈ ਗੱਲ ਨਹੀਂ ਬਾਕੀ ਹੁਣ ਕੁਝ ਵਰਡ ਵੀ ਇਦਾਂ ਦੇ ਹੁੰਦੇ ਨਾ ਮੰਨ ਲਓ ਮੈਨੀਫੈਸਟ ਕਰਨਾ ਜਾਂ ਇੰਗਲਿਸ਼ ਦੇ ਔਰ ਜਦੋਂ ਇੰਗਲਿਸ਼ ਦੇ ਸ਼ਬਦ ਬਾਰੇ ਵਰਤਨੇ ਪੰਜਾਬੀ ਚ ਉਹਨਾਂ ਦਾ ਵਿਆਕਰਣ ਹੁੰਦੀ ਨਹੀਂ ਆਪਣੇ ਕੋਲ ਜਾਂ ਸ਼ਬਦ ਅਰਥ ਆਪਣੇ ਕੋਲ ਮੌਜੂਦ ਹੀ ਨਹੀਂ ਹੁੰਦੇ ਸੋ ਲੇਖਕ ਆਪਣੇ ਹਿਸਾਬ ਨਾਲ ਜੋ ਉਹਨੂੰ ਰੈਲੇਵੈਂਟ ਲੱਗਦਾ ਉਹ ਲਿਖ ਦਿੰਦਾ ਸੋ ਹਰ ਕੋਈ ਪੜਨ ਵਾਲਾ ਉਹ ਆਪਣੇ ਹਿਸਾਬ ਨਾਲ ਉਹਨੂੰ ਉਹਦਾ मीनिंग ਲੈ ਲੈਂਦਾ ਹਾਂ ਸੋ ਉਹ ਵੀ ਕਹਿ ਲੋ ਕਿ ਦੋ ਲੈਵਲ ਦੇ ਉੱਤੇ ਉਹਦੀ ਚੇਂਜਿੰਗ ਹੁੰਦੀ ਹੈ ਕਨਫਲੈਕਟ ਹੋ ਜਾਂਦਾ ਨਾ ਜਾਂ ਇਹ ਤਾਂ ਗੱਲ ਹੈ ਸੋ ਇਹ ਜਿਹੜਾ ਪਲੇਟਫਾਰਮ ਹੈ ਇਹ ਜੀ ਇਹ ਤੁਸੀਂ ਡਵੈਲਪ ਹੋ ਗਿਆ ਜਾਂ ਅੰਡਰ ਪ੍ਰੋਸੈਸ ਹੈ ਜਾਂ ਕਿਵੇਂ ਤੁਸੀਂ ਆਪ ਕਰ ਰਹੇ ਆ ਜਾਂ ਟੈਕਨੀਕਲ ਟੀਮਾਂ ਤੁਹਾਡੀਆਂ ਸਾਡੀ ਪ੍ਰੋਪਰ ਟੀਮ ਹੈਗੀ ਆ ਉਦਾਂ ਤੇ ਬਾਕੀ ਮੇਰਾ ਆਈਟੀ ਦਾ ਬੈਕਗਰਾਉਂਡ ਸਟੱਡੀ ਦਾ ਸਾਰਾ ਸੋ ਮੈਜੋਰਟੀ ਵਿੱਚ ਮੈਂ ਹੀ ਸਾਰਾ ਓਵਰਟੇਕ ਉਹਨੂੰ ਓਪਰੇਟਿਵ ਕਰ ਰਿਹਾ ਆ ਸਾਰਾ ਆਪ ਕਰਦੇ ਪਏ ਚੇਂਜਸ ਤੇ ਆਲਮੋਸਟ ਡਨ ਆ ਕਾਈਂਡ ਆਫ ਕਲੋਜ਼ ਦਾ ਫਾਈਨਲ ਟੱਚਸ ਆ ਹੁਣ ਥੋੜਾ ਆਪਾਂ ਜਦਾਂ ਟੈਸਟ ਪ੍ਰੋਪਰ ਕਰਕੇ ਤੇ ਤਾਂ ਕਿ ਕੋਈ ਵੀ ਜਦੋਂ ਆਪਾਂ ਲਾਂਚ ਕਰੀਏ ਤਾਂ ਐਜ਼ ਅ ਯੂਜ਼ਰ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਉਹਦੇ ਵਿੱਚ ਪਾ ਦੇ ਤਾਂ ਕਰਕੇ ਉਹ ਹੁਣ ਜਦ ਫਾਈਨਲ ਵਰਕ ਕੀ ਚੱਲ ਰਿਹਾ ਹੂੰ ਚ ਚਲੋ ਇਹ ਤਾਂ ਵੈਬ ਐਪ ਦਾ ਹੋ ਗਿਆ ਨਾ ਜੇ ਇੰਸਟਾਗ੍ਰam ਤੁਹਾਡਾ ਬੜਾ ਇੰਟਰਸਟਿੰਗ ਯਾ ਰਾਈジング ਪੰਜਾਬ ਹਨਾ ਬੜਾ ਘੈਂਟ ਕੰਟੈਂਟ ਮੈਨੂੰ ਤਾਂ ਲੱਗਦਾ ਆ ਉਹਦੇ ਵਿੱਚ ਕੀ ਮੋਟੀਵੇਸ਼ਨ ਸੀ ਵੀ ਇਦਾਂ ਦਾ ਕੁਝ ਕੀਤਾ ਜਾਵੇ ਇੰਸਟਾਗ੍ਰam ਦੇ ਉੱਤੇ ਨਾ ਇਹ ਸਾਰਾ ਆਪਣਾ ਇਕੱਠਾ ਹੀ ਪਲੈਨਿੰਗ ਸੀ ਅੱਛਾ ਕਿ ਵੈਬ ਐਪ ਅਸੀਂ ਪਹਿਲਾਂ ਡਿਵੈਲਪ ਕਰਨੀ ਸ਼ੁਰੂ ਕੀਤੀ ਨਾਲ ਨਾਲ ਸਾਡਾ ਪਲਾਨ ਸੀਗਾ ਪ੍ਰੋਪਰ ਕਿ ਅਸੀਂ ਉਹਨੂੰ ਫਿਰ ਪ੍ਰਮੋਟ ਕਿੱਦਾਂ ਕਰਨਾ ਸੋ ਉਹਦੇ ਲਈ ਅਸੀਂ ਕੰਟੈਂਟ ਰਾਈਟ ਕਰਨਾ ਨਾਲ ਨਾਲ ਸ਼ੁਰੂ ਕਰਤਾ ਸੀਗਾ ਸੋ ਅਪ੍ਰੈਲ ਦੇ ਵਿੱਚ ਅਸੀਂ ਇੱਥੇ ਐਕਟਿਵਲੀ ਕੰਮ ਕਰਨਾ ਸ਼ੁਰੂ ਕੀਤਾ ਅਪ੍ਰੈਲ 2023 ਤੇ ਉਦੋਂ ਤੋਂ ਲੈ ਕੇ ਨਾਲ ਨਾਲ ਜਦਿਆਂ ਅਸੀਂ ਸਕ੍ਰਿਪਟਾਂ ਵੀ ਤਿਆਰ ਕਰਦੇ ਰਹੇ ਤੇ ਫਿਰ ਕੰਟੈਂਟ ਪ੍ਰਿਪੇਅਰ ਕਰਕੇ ਅਸੀਂ ਅਕਤੂਬਰ 23 ਨੂੰ ਆਈ ਥਿੰਕ ਪਹਿਲੀ ਰੀਲ ਪਾਈ ਆਪਣੀ ਤੇ ਉਦੋਂ ਤੋਂ ਵੀਡੀਓ ਪੋਸਟ ਕਰਨੀ ਸ਼ੁਰੂ ਕੀਤੀਆਂ ਸੀ ਓਕੇ ਤੇ ਵਿਦਨ ਫਰਸਟ ਮੰਥ ਜਦੋਂ ਅਕਤੂਬਰ 23 ਤੋਂ ਅਕਤੂਬਰ ਨੂੰ ਨਵੰਬਰ 23 ਤੱਕ ਸਾਡੇ 5 5 ਲੱਖ ਤੋਂ ਜ਼ਿਆਦਾ ਲੋਕਾਂ ਨੇ ਸਾਡੀ ਵੀਡੀਓ ਦੇਖ ਲਈ ਸੀ ਸਾਰਾ ਆਰਗੇਨਿਕ ਜਿਦਾ ਹੂੰ ਹੂੰ ਤੇ ਬਹੁਤ ਬਹੁਤ ਪਿਆਰ ਕੀਤਾ ਸਾਰਿਆਂ ਨੇ ਇਦਾਂ ਐਕਸਪੈਕਟੇਸ਼ਨ ਤੋਂ ਬਰਬ ਸੀਗਾ ਸਾਡਾ ਸਾਨੂੰ ਪਤਾ ਨਹੀਂ ਸੀਗਾ ਕਿ ਲੱਗੇ ਸੋਚਿਆ ਵੀ ਨਹੀਂ ਸੀਗਾ ਇੰਨਾ ਜ਼ਿਆਦਾ ਲੋਕ ਹੀ ਪਸੰਦ ਕਰਨਗੇ ਨਹੀਂ ਨਹੀਂ ਉਹ ਪਤਾ ਮੇਰੀ ਹੈ ਨਾ ਮੰਮੀ ਕਹਿੰਦੀ ਹੁੰਦੀ ਘਰ ਦੇ ਵੀ ਕਹਿੰਦੇ ਹੁੰਦੇ ਵੀ ਜਦੋਂ ਕੰਮ ਕਰੀਦਾ ਹੁੰਦਾ ਰੂਹ ਨਾ ਕਰੀਦਾ ਹੁੰਦਾ ਨਾ ਆਊਟਕਮ ਨਾ ਦੇਖੋ ਤੁਸੀਂ ਵੀ ਕੀ ਨਿਕਲਣੀ ਆ ਜਿਹੜੀ ਕੰਮ ਦੇ ਵਿੱਚ ਤੁਸੀਂ ਰੂਹ ਲਾਤੀ ਜਿਹਦੀ ਤੁਹਾਡੀ ਨੀਤ ਚੰਗੀ ਆ ਉਸ ਕੰਮ ਦੇ ਵਿੱਚ ਉਹ ਵਧੀਆ ਹੀ ਹੋਊਗਾ ਭਾਗੇ ਲੱਗਣਗੇ ਜੇ ਅੱਜ ਦੇਰ ਜ਼ਰੂਰ ਲੱਗ ਜੂਗੀ ਹੈ ਨਾ ਰੱਬ ਅਰਦਾਸ ਸੁਣਨ ਦੇ ਵਿੱਚ ਦੇਰ ਜਰੂਰ ਲੱਗ ਸਕਦਾ ਪਰ ਜਦੋਂ ਫਿਰ ਸੁਣਦਾ ਫਿਰ ਤੁਹਾਡੀ ਹੋਣਾ ਬਦਲ ਵੀ ਦਿੰਦਾ ਕਾਇਆ ਪਲਟ ਵੀ ਦਿੰਦਾ ਹੈ ਨਾ ਸੋ ਜਿਹੜਿਆ ਕੰਮ ਆਵਾ ਨੀਂਦ ਨਾ ਵਧੀਆ ਉਹ ਰੱਖ ਕੇ ਹੈ ਨਾ ਵਧੀਆ ਕੰਮ ਕਰੋ ਉੱਤੇ ਹੌਲੀ 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 ਉਹ ਕਿਤੇ ਨਾ ਕਿਤੇ ਚੱਲਦਾ ਹੀ ਆ ਹਾਂਜੀ 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 ਤੇ ਇੰਸਟਾਗ੍ਰam ਦੀ ਫੇ ਉਹਦੇ ਵਿੱਚ ਤੁਸੀਂ ਹੀ ਹੁੰਦੇ ਆ ਤੇ ਨਾਲ ਸਾਡੀ ਉਹ ਵੀ ਸੇਮ ਟੀਮ ਹੀ ਆ ਜਿਹੜੀ ਕੰਮ ਕਰਦੀ ਆ ਹਾਂਜੀ ਉਹ ਭੈਣ ਜੀ ਵੀ ਵੀਡੀਓਸ ਚ ਹੁੰਦੇ ਆ ਉਹ ਉਹੀ ਮੇਨ ਆਡੀਓ ਦਾ ਕਰਦੇ ਪਏ ਆ ਉਹਨਾਂ ਦੀ ਸਪੈਸ਼ਲਾਈਜੇਸ਼ਨ ਹੈਗੀ ਆ ਮੈਂ ਮੈਨੂੰ ਮੈਂ ਸਭ ਨੂੰ ਬੋਲਣਾ ਚੰਨਾ ਵਧੀਆ ਨਹੀਂ ਹੈਗਾ ਅੱਛਾ ਅੱਛਾ ਤੇ ਪਰ ਉਹ ਉਹਨਾਂ ਨੂੰ ਤਰੀਕਾ ਹੈਗਾ ਉਹਨਾਂ ਨੂੰ ਕਹਿ ਲੋ ਕਿ ਉਹਦੀ ਉਹਨਾਂ ਦੀ ਸਕਿੱਲ ਹੈਗੀ ਇਹ ਚੀਜ਼ ਵਿੱਚ ਤੇ ਉਹਦਾ ਵੀ ਮੇਰੇ ਨਾਲ ਸੀਨੀਅਰ ਆ ਤੇ ਉਹਨੇ ਮਾਸਟਰਸ ਦੀ ਸਟੱਡੀ ਕੀਤੀ ਆ ਤੇ ਉਹ ਤਾਂ ਕਰਕੇ ਵੀ ਥੋੜਾ ਉਹ ਵੀ ਐਕਸਪੀਰੀਅੰਸ ਹੁੰਦਾ ਐਕਸਟਰਾ ਤੇ ਉਹ ਤਾਂ ਕਰਕੇ ਉਹ ਵਾਲਾ ਉਹ ਕੰਮ ਕਰ ਰਿਹਾ ਸੋ ਅਸੀਂ ਟਰਾਈ ਕੀਤਾ ਕਿ ਹਰ ਕੰਮ ਐਕਸਪਰਟ ਤੋਂ ਕਰਾਇਆ ਜਾਵੇ ਲਾਈਕ ਜੇ ਮੈਂ ਇੱਕ ਚੀਜ਼ ਦਾ ਐਕਸਪਰਟ ਆ ਮੈਂ ਸਿਰਫ ਉਹੀ ਕੰਮ ਕਰੂੰਗਾ ਹਨਾ ਤੇ ਜਿਹੜੀ ਚੀਜ਼ ਵਿੱਚ ਮੇਰੀ ਮਹਾਰਤ ਨਹੀਂ ਹੈਗੀ ਸੋ ਅਸੀਂ ਉਹ ਉਹ ਵਾਲਾ ਕਹਿ ਲੋ ਕਿ ਉਹ ਟੀਮ ਮੈਂਬਰ ਵੱਖਰਾ ਲੱਭ ਕੇ ਉਹ ਕੰਮ ਉਹ ਤੋਂ ਕਰਾਇਆ ਤਾਂ ਕਿ ਬੈਸਟ ਚੀਜ਼ ਆਪਣੀ ਕਹਿ ਲੋ ਆਊਟ கிரேਟ ਹੋਵੇ ਹੂੰ ਨਹੀਂ ਚਲੋ ਪਰ ਅੱਜ ਕੱਲ ਜਦੋਂ ਹੁਣ ਕੰਟੈਂਟ ਸੋਸ਼ਲ ਮੀਡੀਆ ਦੇ ਆਪਾਂ ਦੇਖ ਲਈ ਹੈ ਨਾ ਹਾਂਜੀ ਤੇ ਦੋ ਤਿੰਨ ਤਰ੍ਹਾਂ ਦੇ ਚੱਲਦਾ ਜਿਆਦਾ ਫਨੀ ਹੋਵੇ ਹੈ ਨਾ ਤੇ ਜਾਂ ਫਿਰ ਐਜੂਕੇਸ਼ਨਲ ਹੋਵੇ ਹੈ ਨਾ ਹੂੰ ਹੁਣ ਜੇ ਆਪਾਂ ਐਜੂਕੇਸ਼ਨਲ ਕੰਟੈਂਟ ਤੇ ਆਈਏ ਜਾਂ ਓਵਰਆਲ ਐਜੂਕੇਸ਼ਨ ਤੇ ਆਈਏ ਜੀ ਉਹ ਵੀ ਬਹੁਤ ਬਦਲ ਗਈ ਹੈ ਪੁਰਾਣੇ ਟਾਈਮਾਂ ਤੋਂ ਹਿਸਾਬ ਨਾਲ ਜੀ ਆਪਾਂ ਦੇਖੀਏ ਅੱਜ ਕਿਹੋ ਜਿਹਾ ਕੰਟੈਂਟ ਲੋਕ ਦੇਖਣਾ ਪਸੰਦ ਕਰਦੇ ਐਜੂਕੇਸ਼ਨਲ ਕੰਟੈਂਟ ਸਪੈਸ਼ਲੀ ਜੇ ਆਪਾਂ ਜੀ ਐਜੂਕੇਸ਼ਨਲ ਕੰਟੈਂਟ ਤੇ ਗੱਲ ਕਰੀਏ ਹਾਂਜੀ ਹਨਾ ਐਜੂਕੇਸ਼ਨ ਸਿਸਟਮ ਤੇ ਕੀ ਸਾਡਾ ਵਿਚਾਰਿਆ ਜਿਹੜੇ ਅੱਜ ਕੱਲ ਐਜੂਕੇਸ਼ਨ ਸਿਸਟਮ ਆ ਅ ਪਹਿਲਾਂ ਆਪਾਂ ਇਸੇ ਟੌਪਿਕ ਤੇ ਮੈਂ ਤੁਹਾਡੇ ਨਾਲ ਕਰ ਲੈਣਾ ਜਿੱਦਾਂ ਤੁਸੀਂ ਕੀਤਾ ਕੰਟੈਂਟ ਦੀ ਗੱਲ ਕੀਤੀ ਹੈ ਨਾ ਐਜੂਕੇਸ਼ਨਲ ਮੈਂ ਇਹਨੂੰ ਬਹੁਤ ਵੱਡਾ ਕ੍ਰਾਂਤੀ ਸਮਝਦਾ ਇਹ ਚੀਜ਼ ਨੂੰ ਹੁਣ ਜੇ ਆਪਾਂ ਕਹੀਏ ਨਾ 100 ਸਾਲ ਪਹਿਲਾਂ ਸਕੂਲਾਂ ਦੀ ਹਾਲਾਤ ਸੇਮ ਹੁੰਦੀ ਸੀ ਹੂੰ ਉਹਦੇ ਇੱਕ ਟੀਚਰ ਪੜਾਉਂਦਾ ਹੁੰਦਾ ਸੀਗਾ ਬੈਂਚ ਲੱਗੇ ਹੁੰਦੇ ਸੀਗੇ ਸਟੂਡੈਂਟ ਸੀਗੇ ਹਾਂਜੀ ਬਾਕੀ ਚੀਜ਼ਾਂ ਵਿੱਚ ਆਪਾਂ ਸਾਈਕਲ ਤੋਂ ਲੈ ਕੇ ਜਹਾਜ਼ ਤੱਕ ਆ ਗਏ ਹੋਏ ਆ ਹਨਾ ਸਾਰੀਆਂ ਤਕਨੀਕਾਂ ਆਪਾਂ ਵਰਤ ਲਈਆਂ ਪਰ ਸਕੂਲਾਂ ਦੇ ਵਿੱਚ ਜਾਂ ਐਜੂਕੇਸ਼ਨ ਉਹਦੇ ਵਿੱਚ ਕੋਈ ਚੇਂਜ ਨਹੀਂ ਆਈ ਸੀ ਕਾਫੀ ਟਾਈਮ ਤੋਂ ਹੂੰ ਉਹ ਹੁਣ ਜੋ ਕਹਿ ਲੋ ਆ 19 ਦੇ ਵਿੱਚ ਜੋ ਕੋਵਿਡ ਦਾ ਟਾਈਮ ਆਉਂਦਾ ਆ ਇੱਕਦਮ ਸਾਰਿਆਂ ਨੂੰ ਆਪਸ਼ਨ ਉੱਤੇ ਕਰਨਾ ਪੈਂਦਾ ਆਨਲਾਈਨ ਤੇ ਸਵਿਚ ਇਸ ਤੋਂ ਬਾਅਦ ਇੱਕ ਇੱਕਦਮ ਬੂਮ ਆਉਂਦਾ ਆ ਹਨਾ ਉਹ ਸਾਰੇ ਜਿਨ੍ਹਾਂ ਨੇ ਕਦੇ ਮਤਲਬ ਕਾਲਜ ਜਾਂ ਸਕੂਲਾਂ ਵਾਲਿਆਂ ਨੇ ਇਹ ਆਪਸ਼ਨ ਕੰਸੀਡਰ ਨਹੀਂ ਕੀਤਾ ਸੀਗਾ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਇਫੈਕਟਿਵ ਨਹੀਂ ਹੋਊਗਾ ਆਨਲਾਈਨ ਸਟੱਡੀ ਦਾ ਹਨਾ ਉਹ ਆਪਸ਼ਨ ਉੱਪਰ ਕੇ ਆਇਆ ਉਹਦੇ ਵਿੱਚ ਹੁਣ ਜਦਾਂ ਹੁਣ ਤੁਸੀਂ ਆਨਲਾਈਨ ਹੀ ਮੈਜੋਰਟੀ ਵਿੱਚ ਜਦੋਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਤੋਂ ਵੀ ਤੁਸੀਂ ਆਨਲਾਈਨ ਕੋਰਸ ਕਰ ਸਕਦੇ ਆਂ ਹਾਂਜੀ ਹਨਾ ਇੱਥੇ ਵੀ ਆਪਣੇ ਕਾਲਜਾਂ ਦੇ ਵਿੱਚ ਆਨਲਾਈਨ ਸਬਜੈਕਟ ਹੁੰਦੇ ਆ ਤੁਸੀਂ ਆਨਲਾਈਨ ਆਪਣਾ ਅਟੈਂਡ ਕਰਨਾ ਹਨਾ ਤੇ ਇਦੇ ਨਾਲ ਇੱਕ ਹੋਰ ਚੀਜ਼ ਹੋਈ ਆ ਕਿ ਐਕ্সেਸਿਬਿਲਟੀ ਬਹੁਤ ਵੱਧ ਗਈ ਹੈ ਹਾਂਜੀ ਹੈਨਾ ਜੇ ਕੋਈ ਐਕਸਪਰਟ ਆ ਕੋਈ ਫੀਲਡ ਦਾ ਮੰਨ ਲਓ ਮੈਂ ਹੈਨਾ ਐਜ਼ ਅ ਟੀਚਰ ਜੇ ਮੈਂ ਸਕੂਲ ਦੇ ਵਿੱਚ ਪੜਾਉਂਦਾ ਮੇਰੇ ਕੋਲ ਐਕਸੈਸ ਮੈਂ 60 ਬੱਚੇ ਪੜਾ ਸਕਦਾ ਇੱਕ ਟਾਈਮ ਤੇ ਹੈਨਾ ਜਿੰਨੇ ਕਲਾਸ ਦੇ ਵਿੱਚ ਆ ਤੇ ਇੱਕ ਦਿਨ ਵਿੱਚ ਮੈਂ 6 ਕਲਾਸਾਂ ਲਾ ਸਕਦਾ ਮੈਕਸਿਮਮ ਹੂੰ ਮੇਰੇ ਕੋਲ ਲਿਮਿਟੇਸ਼ਨ ਆ ਜੇ ਹੁਣ ਆਨਲਾਈਨ ਐਜੂਕੇਸ਼ਨ ਦੇ ਵਿੱਚ ਉਹ ਜੇ ਟੀਚਰ YouTube ਦੇ ਉੱਪਰ ਜਾਂ ਫਿਰ ਆਪਣਾ ਕੋਰਸ ਕ੍ਰੀਏਟ ਕਰਕੇ ਕਰੇ ਤੇ ਉਹ ਬੈਸਟ ਨੋਲਿਜ ਮਲਟੀਪਲ ਸਟੂਡੈਂਟਸ ਤੱਕ ਕਰ ਸਕਦਾ ਉਹ ਤੇ ਕੋਈ ਲਿਮਟ ਨਹੀਂ ਤੁਸੀਂ ਪੰਜਾਬ ਵਿੱਚ ਬੈਠੇ ਹਾਰਵਰਡ ਦੇ ਟੀਚਰ ਤੋਂ ਸਿੱਖ ਸਕਦੇ ਹਾਂ ਨਾ ਤੇ ਉਹ ਬਹੁਤ ਸਸਤਾ ਵੀ ਹੋ ਜਾਂਦਾ ਹਮ ਉਹ ਚ ਪ੍ਰਾਈਜ਼ਿੰਗ ਦਾ ਬਹੁਤ ਬਹੁਤ ਘੱਟ ਪੈ ਜਾਂਦਾ ਹੈ ਨਾ ਐਜ਼ ਅ ਟੀਚਰ ਤੁਸੀਂ ਪੈਸੇ ਉਨੇ ਹੀ ਬਣਾ ਰਹੇ ਆ ਪਰ ਜਿਹੜੇ ਸਟੂਡੈਂਟ ਆ ਉਹ ਸੇਮ ਚੀਜ਼ ਨੂੰ ਕਹ ਲਓ ਕਿ ਬਹੁਤ ਘੱਟ ਪੈਸੇ ਸਪੈਂਡ ਕਰਕੇ ਸੇਮ ਨੋਲਿਜ ਲੈ ਸਕਦੇ ਮੈਂ ਹਾਂ ਰੀਸੈਂਟਲੀ ਦੇਖ ਰਿਹਾ ਸੀ ਬਾਈ ਜੂਸ ਦੀ ਹਨਾ ਕਿ ਸੋ ਬੈਂਕਰਪਟ ਹੋਣ ਨੂੰ ਫਿਰਦੇ ਨਾ ਉਹ ਜੀ ਜੀ ਤੇ ਉਹਨਾਂ ਨੇ ਦਿਖਾ ਰਹੇ ਸੀ ਕਿ ਕੋਵਿਡ ਦੇ ਵਿੱਚ ਕਿਵੇਂ ਇੱਕਦਮ ਬਿਲੀਅਨ ਹਨਾ ਪਤ ਨਹੀਂ 8-9 ਬਿਲੀਅਨ ਦਾ ਡਾਲਰ ਦੀ ਉਹ ਕੰਪਨੀ ਬਣ ਗਈ ਕੋਵਿਡ ਦੇ ਵਿੱਚ ਵਿੱਚ ਆਨਲਾਈਨ ਐਜੂਕੇਸ਼ਨ ਤੇ ਹਨਾ ਜੀ ਜੀ ਚਲੋ ਕਿਤੇ ਮਿਸਮੈਨੇਜ ਹੋਈ ਉਹਨਾਂ ਦੀ ਹਨਾ ਚਲੋ ਹੁਣ ਬੈਂਕਰਪਟ ਹੋਣ ਨੂੰ ਫਿਰਦੇ ਪਰ ਜੋ ਜਾਨੀ ਕਿ ਰੈਵੋਲੂਸ਼ਨ ਆ ਰਿਹਾ ਹੈ ਐਜੂਕੇਸ਼ਨ ਤੇ ਟੈਕਨੋਲੋਜੀ ਦਾ ਮਿਕਸ ਆਪ ਹਨਾ ਹਮੇਸ਼ਾ ਕਰੀ ਵੀ ਗੱਲ ਕਰਦਾ ਹੁੰਦਾ ਵੀ ਜਿਹੜੀ ਸਕੂਲੀ ਵਿਦਿਆ ਹੈ ਨਾ ਉਹ ਤੁਹਾਨੂੰ ਜਾਨੀ ਕਿ ਇੰਨਾ ਕਾਬਲ ਬਣਾ ਦੂੰਗੀ ਤੁਸੀਂ ਮਾੜਾ ਮੋਟਾ ਜੇ ਬੋਲ ਬਣੀ ਤੁਹਾਡੀ ਠੀਕ ਕਰਦੀ ਹੈ ਨਾ ਬਾਕੀ ਮੈਨੂੰ ਲੱਗਦਾ ਹੁੰਦਾ ਕੋਈ ਬੜੀ ਕਿਤੇ ਕੰਮ ਕੁਮਦੀ ਨਹੀਂ ਹੈਗੀ ਜੋ ਮੈਂ ਜਾਨੀ ਕਿ ਮੇਰੀ ਜਾਨੀ ਕਿ ਸੋਚ ਆ ਹਾਂਜੀ ਹਨਾ ਮੈਨੂੰ ਲੱਗਦਾ ਹੁੰਦਾ ਪਲੱਸ 2 ਤੱਕ ਬੰਦਾ ਪੜਿਆ ਹੋਵੇ ਦੇ ਸਟ ਹਨਾ ਬਾਅਦ ਚੋਂ ਬੰਦੇ ਦੇ ਡਿਪੈਂਡ ਕਰਦਾ ਸਕਿੱਲ ਕੀ ਆ ਬੰਦੇ ਦੀ ਹਨਾ ਹਾਂਜੀ ਹਨਾ ਉਹ ਸਕਿੱਲ ਤੁਸੀਂ ਕਿਤੇ ਵੀ ਆਨਲਾਈਨ ਸਿੱਖ ਸਕਦੇ ਆ ਹਨਾ ਹੁਣ ਇਹੋ ਜੇ ਤੁਸੀਂ ਵੀ ਤੁਸੀਂ ਵੀ ਦੇਖਿਓ ਨੇ ਇੰਨੇ ਕਿੰਨੇ ਕਿ ਕ੍ਰिएਟਰ ਆ ਜਿਹੜੇ ਪੜੇ ਸੀਗੇ ਪਹਿਲੇ ਡਿਗਰੀਆਂ ਕੀਤੀਆਂ ਬਾਅਦ ਚ ਉਹ ਹਨਾ ਕੰਟੈਂਟ ਕ੍ਰिएशन ਤੇ ਆ ਕੇ business ਆਪਣਾ ਉਹ ਨਹੀਂ ਕੰਟੈਂਟ ਕ੍ਰिएशन ਤੇ ਸਾਰਾ ਖੜਾ ਕੀਤਾ ਹੈ ਜੀ ਜੀ ਦਰੂਪਲਾ ਦਰੂਬਰ ਆਠੀ ਲਾਲੋ ਹਨਾ ਹਾਂਜੀ ਪੜਿਆ ਲਿਖਿਆ ਬਥੇਰਾ ਉਹ ਐਂਡ ਦੇ ਆ ਕੇ ਕੀ ਕੰਟੈਂਟ ਕ੍ਰੀਏਟ ਹੀ ਕਰ ਰਹੇ ਹੋ ਜੀ ਜੀ ਬਿਲਕੁਲ ਹਨਾ ਆਮੀ ਐਜੂਕੇਸ਼ਨਲ ਕੰਟੈਂਟ ਹੈ ਯਾਨੀ ਕਿ ਐਜੂਕੇਸ਼ਨ ਉਹਦਾ ਡਿਲੀਵਰ ਕਰਨ ਦਾ ਤੇ ਉਹਦੇ ਤੇ ਸਾਰਾ ਪੈਸਾ ਬਣਾ ਰਿਹਾ ਹੈ ਹੂੰ ਉਹ ਦੱਸੋ ਇਹ ਜਿਹੇ ਮੈਂ ਸਿਸਟਮ ਤੇ ਗੱਲ ਕਰ ਰਿਹਾ ਤੁਸੀਂ ਐਜੂਕੇਸ਼ਨ ਸਿਸਟਮ ਦੇ ਪੁਰਾਣਾ ਨਵਾਂ ਉਹ ਬੜੀ ਮੈਂ ਤਾਂ ਪੋਡਕਾਸਟ ਸੁਣਿਆ ਸੀ ਜੀ ਜੀ ਜਿਹਾਰੂ ਪੋਡਕਾਸਟ ਤੇ ਤੇ ਉਹਦੇ ਬਾਰੇ ਗੱਲ ਕਰਦੇ ਮੈਂ ਕਹਿੰਨਾ ਹਾਂਜੀ ਐਜੂਕੇਸ਼ਨ ਦੇ ਅਸੀਂ ਹੁਣ ਜਦਾਂ ਉੱਤੇ ਜਿਹੜਾ ਸੋਸ਼ਲ ਮੀਡੀਆ ਤੇ ਵੀ ਅਸੀਂ ਇੱਕ ਪੂਰੀ ਸੀਰੀਜ਼ ਬਣਾ ਰਹੇ ਹਾਂ ਕਿ 10 ਚੀਜ਼ਾਂ ਜਿਹੜੀਆਂ ਸਕੂਲ ਤੁਹਾਨੂੰ ਨਹੀਂ ਸਿਖਾਏ ਸਕੂਲ ਨੇ ਤੁਹਾਨੂੰ ਨਹੀਂ ਸਿਖਾਈਆਂ ਹਾਂਜੀ ਹਨਾ ਤੁਹਾਨੂੰ ਸਕੂਲ ਤੋਂ ਬਾਹਰ ਨਿਕਲ ਕੇ ਆਪ ਸਿੱਖਣੀਆਂ ਪੈਣਗੀਆਂ ਹੂੰ ਹੂੰ ਉਹ ਚ ਜਦਾਂ ਅਸੀਂ ਕਵਰ ਕੀਤਾ ਸੀ ਇੱਕ ਇੱਕ ਪਾਰਟ ਪੂਰਾ ਜਦਾਂ ਆ ਫਾਈਨੈਂਸ਼ੀਅਲ ਐਜੂਕੇਸ਼ਨ ਨਹੀਂ ਹੁੰਦੀ ਹੈ ਨਾ ਦੂਸਰਾ ਫਿਰ ਅ ਕਿ ਤੁਹਾਨੂੰ ਟੀਮ ਵਰਕ ਨਹੀਂ ਕਰਨਾ ਆਉਂਦਾ ਸੋ ਬਹੁਤ ਚੀਜ਼ਾਂ ਲੈਕ ਕਰਦੇ ਆਪਾਂ ਸਕੂਲ ਦੇ ਵਿੱਚ ਜਿਹੜੀਆਂ ਰੀਅਲ ਲਾਈਫ ਦੇ ਵਿੱਚ ਆਪਣੀਆਂ ਜ਼ਰੂਰ ਜ਼ਰੂਰੀ ਸਕਿਲਸ ਹੁੰਦੀਆਂ ਨਾ ਆਪਾਂ ਸਕੂਲ ਦੇ ਵਿੱਚ ਆਪੋਜ਼ਿਟ ਪੜਾਈਆਂ ਜਾਂਦੀਆਂ ਇੱਕ ਤਾਂ ਹੁੰਦਾ ਨਾ ਕਿ ਆਪਾਂ ਨੂੰ ਪੜਾਈਆਂ ਨਹੀਂ ਉਹ ਉਹ ਤਾਂ ਉਹਦਾ ਕਹਿ ਲਓ ਆਪਾਂ ਫਿਰ ਸਿੱਖ ਸਕਦੇ ਆ ਜੇ ਤੁਹਾਨੂੰ ਗਲਤ ਸਿਖਾਤੀਆਂ ਫਿਰ ਤੁਹਾਨੂੰ ਉਹ ਪਹਿਲਾਂ ਵਾਲੀਆਂ ਭੁੱਲਣੀਆਂ ਪੈਣੀਆਂ ਉਹ ਜ਼ਿਆਦਾ ਨੁਕਸਾਨਦਾਇਕ ਆ ਹਮ ਹਣਾ ਰੋਂਗ ਤੁਹਾਨੂੰ ਇਨਫੋਰਮੇਸ਼ਨ ਤੁਹਾਨੂੰ ਰਿਟਾਰਡਾ ਕੇ ਪਕਾ ਦਿੱਤੀ ਹਮ ਤੇ ਬਾਅਦ ਵਿੱਚ ਤੁਹਾਨੂੰ ਉਤੋਂ ਆਪਾਂ ਕਹਿ ਲਓ ਕਿ ਚੇਂਜ ਕਰਨਾ ਬੜਾ ਮੁਸ਼ਕਲ ਹੁੰਦਾ ਆ ਹਣਾ ਤੁਸੀਂ ਆਪਾਂ ਦੇਖਿਆ ਹੋਣਾ ਕਿ ਬੱਚੇ ਘਰੇ ਆ ਕੇ ਆਪਣੇ ਪੇਰੈਂਟਸ ਨਾਲ ਲੜਨ ਲੱਪ ਜਾਂਦੇ ਆ ਕਿ ਆ ਚੀਜ਼ ਜਿੱਦਾਂ ਹੁੰਦੀ ਆ ਮੈਨੂੰ ਸਕੂਲ ਚ ਟੀਚਰ ਨੇ ਇਦਾਂ ਦਸੀ ਆ ਦੱਸਿਆ ਹਾਂਜੀ ਹਣਾ ਵੀ ਤੁਸੀਂ ਗਲਤ ਆ ਹਮ ਕਿ ਭਾਵੇਂ ਉਹ ਭਾਵੇਂ ਗਲਤ ਹੋਵੇ ਹਮ ਸੋ ਜਿਹੜੀ ਸਕੂਲ ਦੇ ਵਿੱਚ ਬਹੁਤ ਮੇਰੇ ਹਿਸਾਬ ਨਾਲ ਜ਼ਰੂਰੀ ਆ ਕਿ ਜਿਹੜੀ ਰਾਈਟ ਇਨਫੋਰਮੇਸ਼ਨ ਪੜਾਈ ਜਾਵੇ ਹਮ ਤੇ ਇਹਨੂੰ ਟਾਈਮ ਲੱਗੂਗਾ ਮੇਰੇ ਹਿਸਾਬ ਨਾਲ ਜਿਸ ਤਰ੍ਹਾਂ ਨਾਲ ਜਿੱਦਾਂ ਸਕੂਲ ਦਾ ਜੋ ਸਿਸਟਮ ਚੱਲਦਾ ਬਹੁਤ ਸਲੋ ਆ ਕਿ ਜੇ ਅੱਜ ਜਿਹੜਾ ਸੌਫਟਵੇਅਰ ਸਿਖਾ ਰਹੇ ਆ ਸਕੂਲਾਂ ਦੇ ਵਿੱਚ ਹਨਾ ਉਹ 2016 ਵਾਲਾ ਵਰਜਨ ਚੱਲ ਰਿਹਾ ਹੁੰਦਾ ਤੇ ਅਸਲ ਦੇ ਵਿੱਚ ਜਿੱਦਾਂ ਜੋ ਬਾਹਰ ਕੰਮ ਦੇ ਵਿੱਚ ਦੇਖੀਏ ਜਾਂ ਰੀਅਲ ਲਾਈਫ ਦੇ ਵਿੱਚ ਉਹ ਸੇਮ ਸੌਫਟਵੇਅਰ ਦਾ 2024 ਵਰਜਨ ਨੂੰ ਕੁਝ ਹੋਰ ਹੁੰਦਾ ਹੈ ਹਨਾ ਜੇ ਤੁਸੀਂ ਮੰਨ ਲਓ ਜੇ ਕ੍ਰੀਏਟਿਵ ਇੰਡਸਟਰੀ ਦੀ ਗੱਲ ਕਰੀਏ ਵੀਡੀਓ ਐਡੀਟਿੰਗ ਜਾਂ ਕੋਈ ਕੋਰਲ ਡਰਾ ਹੋ ਗਿਆ ਜਾਂ ਫੋਟੋਸ਼ਾਪ ਇਹ ਸਾਰੀਆਂ ਤੁਸੀਂ ਜਦੋਂ ਬੁੱਕਸ ਦੇ ਥਰੂ ਜਾਂਨੇ ਜਾਂ ਕਾਲਜ ਥਰੂ ਸਟੱਡੀ ਕਰਦੇ ਆ ਉੱਚ ਦਾ ਨੋ ਟੀਚ ਕਰਨਾ ਉਹਨਾਂ ਦੇ 2016 ਵਾਲਾ ਵਰਜ਼ਨ ਉੱਤੇ ਵਰਕ ਕਰੋ ਮਨੂੰ ਨਵੇਂ ਵਰਜ਼ਨ ਦੇ ਵਿੱਚ ਕਈ ਚੀਜ਼ਾਂ ਚੇਂਜ ਹੋ ਗਈਆਂ ਜੇ ਤੁਸੀਂ ਰੀਅਲ ਵਿੱਚ ਜੋ ਕੰਮ ਕਰਨਾ ਤੁਹਾਨੂੰ ਪਤਾ ਨਹੀਂ ਲੱਗਣਾ ਪਤਾ ਨਹੀਂ ਲੱਗਣਾ ਹੈਨਾ ਬਹੁਤ ਸਲੋ ਆ ਟ੍ਰਾਂਜ਼ੀਸ਼ਨ ਅਪ ਟੂ ਡੇਟ ਇਨਫੋਰਮੇਸ਼ਨ ਆਉਂਦੀ ਨਹੀਂ ਪਹਿਲੀ ਗੱਲ ਤੇ ਦੂਜਾ ਜਿਹੜਾ ਸਕੂਲ ਆ ਜਿਆਦਾਤਰ ਉਹ ਇਧਰਲਾ ਜਿਹੜਾ ਬਾਹਰਲਾ ਸਿਸਟਮ ਆ ਉਹਦੇ ਵਿੱਚ ਇਦਾਂ ਹੈਗਾ ਕਿ ਗਵਰਨਮੈਂਟ ਸਕੂਲ ਨੂੰ ਜ਼ਿਆਦਾ ਚੱਲਦਾ ਹਾਂ ਹੈਨਾ ਪ੍ਰਾਈਵੇਟ ਪ੍ਰਾਈਵੇਟ ਸਕੂਲ ਜਿਹੜੇ ਹੁੰਦੇ ਆ ਉਹ ਹਮੇਸ਼ਾ ਵੱਧ ਡਿਲੀਵਰ ਕਰਨ ਦੀ ਕੋਸ਼ਿਸ਼ ਕਰੋਗੇ ਸੇਮ ਚੀਜ਼ ਜਿੱਦਾਂ ਆਪਾਂ ਪ੍ਰਾਈਵੇਟ ਹਸਪੀਟਲ ਦੇਖ ਲਈਏ ਜੇ ਉਹ ਕਿਸੇ ਵੀ ਲੈਵਲ ਤੱਕ ਜਾਊਗੇ ਬਾਰੋਂ ਵੀ ਡਾਕਟਰ ਸੱਦੂਗੇ ਪੇਸ਼ੈਂਟ ਨੂੰ ਬਚਾਉਣ ਲਈ ਗਵਰਨਮੈਂਟ ਹਸਪਤਾਲਾਂ ਜਾਂ ਜਿਹੜੀਆਂ ਫ੍ਰੀ ਸਰਵਿਸਿਸ ਆ ਜਾਂਦਾ ਇੱਥੇ ਮੈਡੀਕਲ ਸਿਸਟਮ ਹਾਲਤ ਆਪਾਂ ਦੇਖੀ ਆ ਹਨ ਹਾਂਜੀ ਹਾਂਜੀ ਕਿ ਉਹ ਕੇਅਰ ਨਹੀਂ ਕਰਦੇ ਕਿਉਂਕਿ ਉਹਨਾਂ ਕੋਲ ਪੇਸ਼ੈਂਟ ਹੀ ਨੇ ਜ਼ਿਆਦਾ ਆ ਹਨਾ ਤੇ ਪ੍ਰਾਈਵੇਟ ਵਾਲਿਆਂ ਨੂੰ ਕਿਉਂਕਿ ਉਹਨਾਂ ਨੂੰ ਉਹਨਾਂ ਜ਼ਿਆਦਾ ਵਧੀਆ ਸਰਵਿਸ ਡਿਲੀਵਰ ਕਰਨੀ ਉਹ ਤਾਂ ਕਿ ਉਹ ਕੰਪੀਟ ਕਰ ਸਕਣ ਹਨਾ ਘੱਟ ਤੋਂ ਘੱਟ ਪ੍ਰਾਈਸ ਦੇ ਵੀ ਜਾਂ ਉਹ ਚੀਜ਼ਾਂ ਤੇ ਕੰਪੀਟ ਕਰਕੇ ਤੁਹਾਨੂੰ ਵਧੀਆ ਚੀਜ਼ ਡਿਲੀਵਰ ਕਰਨ ਉਹ ਉੱਥੇ ਟਰਾਂਜ਼ਿਸ਼ਨ ਹੋ ਸਕਦੀ ਹੈ ਉਹ ਵੀ ਅਅਵੇਰਨੈਸ ਬਹੁਤ ਜ਼ਰੂਰੀ ਆ ਹਨਾ ਆਪਾਂ ਜੋ ਚੀਜ਼ ਮੰਗਦੇ ਆ ਆਪਾਂ ਉਹ ਚੀਜ਼ ਮਿਲਦੀ ਆ ਹੂੰ ਜੇ ਪੇਰੈਂਟਸ ਨੂੰ ਹੀ ਨਹੀਂ ਪਤਾ ਕਿ ਆ ਚੀਜ਼ ਗਲਤ ਆ ਉਹ ਜਾ ਕੇ ਸਕੂਲ ਵਾਲਿਆਂ ਨੂੰ ਕਹੂਗਾ ਹੀ ਨਹੀਂ ਕਿ ਆ ਚੇਂਜ ਕਰੋ ਹਨਾ ਤੇ ਉਹਨਾਂ ਨੇ ਕਰਨੀ ਨਹੀਂ ਯਾ ਉਹ ਲੋੜ ਹੀ ਨਹੀਂ ਹਨਾ ਕਰਨ ਦੀ ਜੀ ਹੁਣ ਮੈਂ ਉਹਦੀ ਗੱਲ ਕਰਦਾ ਹੁਣ ਨਾ ਇੱਕ ਟੀਚਰ ਸੀਗਾ ਨਿਊਯਾਰਕ ਦੇ ਵਿੱਚ ਹਾਂਜੀ ਉਹਨੇ ਤਕਰੀਬਨ ਜਿੰਦਾ 20 ਸਾਲ ਆਪਣੀ ਉਥੇ ਸਟੱਡੀ ਅ ਵਿਚ ਉਹਨੇ ਕੰਮ ਕੀਤਾ ਐ ਐਜੂਕੇਸ਼ਨ ਸਿਸਟਮ ਵਿੱਚ ਹਮ ਤੇ ਉਹ ਉਹਨੇ ਕਿਤਾਬ ਲਿਖੀ ਡੰਬਿੰਗ ਇਸ ਡਾਊਨ ਹਮ ਉਹਦੇ ਵਿੱਚ ਉਹਨੇ ਸਾਰੇ ਪੁਆਇੰਟ ਡਿਸਕਸ ਕੀਤੇ ਆ ਕਿ ਜਿਹੜੇ ਸਕੂਲਾਂ ਦੇ ਵਿੱਚ ਪੜਾਉਣ ਲਈ ਜਿਹੜੇ ਤਰੀਕੇ ਵਰਤੇ ਜਾਂਦੇ ਆ ਅੱਜ ਕੱਲ ਹਮ ਆਫੀਸ਼ਲੀ ਆ 20 20 ਸਾਲਾਂ ਚ ਉਹਨੇ ਕੈਰੀਅਰ ਚ ਜਿੰਨੇ ਵੀ ਨੋਟਿਸ ਕੀਤੇ ਹਾਂਜੀ ਕਿ ਜਿਹੜੇ ਕੁਦਰਤੀ ਨਹੀਂ ਹੈਗੇ ਮੰਨ ਲਓ ਕਿ ਹਿਊਮਨ ਨੇਚਰ ਦੇ ਹਿਸਾਬ ਨਾਲ ਆਪਾਂ ਨੂੰ ਉਹਦਾ ਨਹੀਂ ਸਿਖਾਇਆ ਜਾਣਾ ਚਾਹੀਦਾ ਕਿ ਜਿੱਦਾਂ ਉਹ ਸਿਖਾਉਂਦੇ ਆ ਆਪਾਂ ਵਿੱਚੋਂ ਇੱਕ ਐਗਜ਼ਾਮਪਲ ਲੈ ਲੈਂਦੇ ਇੱਕ ਹਮ ਉਹ ਕਹਿੰਦਾ ਕਿ ਆਪਣਾ ਜਿਹੜਾ ਲਰਨਿੰਗ ਫਲੋ ਹੁੰਦਾ ਆ ਬੱਚੇ ਦਾ ਹਮ ਐਜੇ ਜੋ ਇਨਸਾਨੀ ਬੱਚਾ ਹੁੰਦਾ ਹਿਊਮਨ ਆਪਾਂ ਆਪਾਂ ਸਿੱਖਣ ਦੇ ਲਈ ਆਪਾਂ ਫਲੋ ਦੇ ਵਿੱਚ ਚੱਲਦੇ ਆ ਹਾਂਜੀ ਹਨਾ ਕਿ ਬੱਚਾ ਇੱਕ ਤਿਤਲੀ ਉੱਡਦੀ ਦੇਖ ਰਿਹਾ ਆ ਹਮ ਉਹਦਾ ਤਿਤਲੀਆਂ ਬਾਰੇ ਜਾਣਨ ਵਿੱਚ ਰੁਚੀ ਹੋ ਗਈ ਹਮ ਹਨਾ ਉਹ ਤਿਤਲੀਆਂ ਬਾਰੇ ਸਾਰਾ ਕੁਝ ਪੜ੍ਹਨਾ ਚਾਹੁੰਦਾ ਫਿਰ ਉਹ ਤਿਤਲੀ ਜਾ ਕੇ ਇੱਕ ਪਲਾਂਟ ਤੇ ਬੈਠ ਗਈ ਹਨਾ ਉਹਦਾ ਪਲਾਂਟਸ ਵੱਲ ਧਿਆਨ ਹੋ ਗਿਆ ਯਾ ਹਨਾ ਫਿਰ ਉਹ ਪਲਾਂਟਸ ਬਾਰੇ ਜਾਣਨਾ ਚਾਹੁੰਦਾ ਆ ਹਮ ਤੇ ਸਕੂਲਾਂ ਵਿੱਚ ਵੀ ਜਦੋਂ ਆਪਾਂ ਦੇਖੀਦਾ ਬੱਚੇ ਆਲੇ-ਦੁਆਲੇ ਦੇਖਣਦੇ ਹੁੰਦੇ ਆ ਕਦੇ ਬਾਹਰ ਕੁਝ ਆ ਗਿਆ ਉਧਰ ਨੂੰ ਧਿਆਨ ਚਲ ਜਾਣਾ ਉਹਨਾਂ ਦਾ ਹਨਾ ਹੂੰ ਹੂੰ ਤੇ ਆਪਣਾ ਮਾਈਂਡ ਜਿਹੜਾ ਹੁੰਦਾ ਆ ਉਹ ਉਸ ਤਰੀਕੇ ਨਾਲ ਪ੍ਰੋਗਰਾਮ ਹੁੰਦਾ ਆ ਕਿ ਫ੍ਰੀ ਫਲੋ ਵਿੱਚ ਚੱਲਦਾ ਹੁੰਦਾ ਕਿ ਜਿਹੜੀ ਚੀਜ਼ ਆਪਾਂ ਜਦੋਂ ਸਿੱਖਣੀ ਚਾਹੁੰਦੇ ਆ ਆਪਾਂ ਝੱਟ ਸਿੱਖ ਲਾਂਗੇ ਹੂੰ ਤੇ ਪਰ ਸਕੂਲ ਦਾ ਜਿਹੜਾ ਸਿਸਟਮ ਆ ਉਹ ਤੁਹਾਨੂੰ ਸਟ੍ਰਿਕਟ ਕਰਦਾ ਆ ਲਿਮਟ ਕਰਦਾ ਜਾਂ ਫੋਰ ਐਗਜ਼ਾਮਪਲ ਜੇ ਆਪਣੇ ਇੰਦਾ ਕਲਾਸ ਵਿੱਚ ਕੋਈ ਕਹਾਣੀ ਚੱਲ ਰਹੀ ਆ ਹਣਾ ਕਹਾਣੀ ਦਾ ਚੱਲ ਰਿਹਾ ਅ ਅੱਧਾ ਘੰਟਾ ਪੂਰਾ ਹੋ ਗਿਆ ਜਾਂ ਲੈਕਚਰ ਪੂਰਾ ਹੋ ਗਿਆ ਉਹਨਾਂ ਨੇ ਬੈਲ ਵਾਰ ਦੇਣੀ ਆ ਤੁਸੀਂ ਉੱਥੇ ਛੱਡ ਦਿਓ ਡਸਨਟ ਮੈਟਰ ਕਿ ਤੁਹਾਡਾ ਕਿੰਨੀ ਰੁਚੀ ਆ ਤੁਸੀਂ ਕਿੰਨੀ ਮਤਲਬ ਸ਼ਿੱਦਤ ਨਾਲ ਤੁਸੀਂ ਉਹਨੂੰ ਸਿੱਖਣਾ ਚਾਹੁੰਦੇ ਆ ਹਣਾ ਤੁਹਾਡਾ ਇਨਵੋਲ ਹੋਇਆ ਪਰ ਉਹਨਾਂ ਬੈਲ ਮਾਰਤੀ ਆ ਇੱਥੇ ਬ੍ਰੇਕ ਤੁਹਾਡਾ ਸਟਰਕਚਰ ਬ੍ਰੇਕ ਕਰਤਾ ਉਹ ਤੇ ਉਹ बार-बार रिपीट ਜਦੋਂ ਕੀਤਾ ਜਾਂਦਾ ਆ ਹਣਾ ਤੇ ਉਹ ਫੇਰ ਬੱਚਾ ਸਿੱਖ ਨਹੀਂ ਪਾਉਂਦਾ ਚੀਜ਼ ਨੂੰ ਹਮ ਹੁਣ ਉਹ ਜਿਹੜਾ ਟੀਚਰ ਆ ਉਹ ਦੱਸਦਾ ਆ ਆਥਰ ਜਿਹੜਾ ਬੁੱਕ ਦਾ ਕਹਿੰਦਾ ਕਿ ਕੋਈ ਵੀ ਚੀਜ਼ ਸਿੱਖਣ ਲਈ ਤੁਹਾਨੂੰ 100 ਘੰਟੇ ਇੱਕ ਸਬਜੈਕਟ ਦੇ ਚਾਹੀਦੇ ਆ ਬੱਚੇ ਨੂੰ ਸਿਖਾਉਣ ਲਈ ਹਮ 100 ਘੰਟੇ ਵਿੱਚ ਤੁਸੀਂ ਉਹਨੂੰ ਇੰਗਲਿਸ਼ ਦੇ ਵਿੱਚ ਇੰਗਲਿਸ਼ ਲੈਂਗੁਏਜ ਸਿਖਾ ਸਕਦੇ ਆ ਜਾਂ ਮੈਥ ਦੀ ਜਾਂ ਸਾਇੰਸ ਦੀ ਕੋਈ ਵੀ ਚੀਜ਼ ਸਿਖਾਉਣੀ ਆ ਵੀ 100 ਘੰਟੇ ਦੇ ਵਿੱਚ ਕੋਈ ਵੀ ਸਬਜੈਕਟ ਉਹਨੂੰ ਪੜ੍ਹਾ ਸਕਦੇ ਆ ਪਰ ਤੁਸੀਂ ਉਹਨੂੰ ਦੇਣੀ ਉਦੋਂ ਆ ਚੀਜ਼ ਜਦੋਂ ਉਹ ਮੰਗੇ ਜਦੋਂ ਉਹ ਸਿੱਖਣਾ ਚਾਹੁੰਦਾ ਹੋਵੇ ਹਮ ਉਹਨਾਂ ਟਾਈਮ ਉਹਨੂੰ ਫ੍ਰੀ ਤੁਸੀਂ ਉਹਨੂੰ ਐਕਸਪਲੋਰ ਕਰਨ ਦੋ ਓਕੇ ਹੈਨਾ ਅ ਇੱਕ ਚੀਜ਼ ਹੁੰਦੀ ਬਹੁਤ ਮੈਂ ਬੱਧੀ ਮੈਂ ਕਹੂੰਗਾ ਇਹਦੇ ਵਿੱਚ ਲੈ ਕੇ ਆਪਣਾ ਸਕੂਲ ਕਰਦੇ ਆ ਅ ਕਿ ਜਿਹੜਾ ਆਪਣਾ ਸਿੱਖਣ ਦਾ ਤਰੀਕਾ ਹੁੰਦਾ ਨਾ ਹੂੰ ਬਹੁਤ ਡਿਫਰੈਂਟ ਹੈ ਰੀਅਲ ਲਾਈਫ ਦੇ ਵਿੱਚ ਯਾ ਲਾਈਫ ਤੁਹਾਨੂੰ ਪਹਿਲਾਂ ਚੈਲੰਜ ਦਿੰਦੀ ਆ ਹੂੰ ਹੈਨਾ ਤੁਸੀਂ ਉਹਦੇ ਵਿੱਚ ਚੈਲੰਜ ਨੂੰ ਫੇਸ ਕਰਕੇ ਫਿਰ ਸਿੱਖਦੇ ਆ ਆਨਸਰ ਬਾਅਦ ਚ ਮਿਲਦਾ ਹੂੰ ਸਕੂਲ ਦੇ ਵਿੱਚ ਤੁਹਾਨੂੰ ਆਨਸਰ ਪਹਿਲਾਂ ਦਿੱਤਾ ਜਾਂਦਾ ਤੁਸੀਂ ਆਨਸਰ ਪੜ੍ਹੋ ਇਹ ਆਨਸਰ ਆ ਫਿਰ ਤੁਸੀਂ ਜਾ ਕੇ ਕੁਐਸਚਨ ਨੂੰ ਅਟੈਂਡ ਕਰਨਾ ਅਟੈਂਡ ਕਰਨਾ ਯਾਰ ਹੈਨਾ ਤੇ ਜਦੋਂ ਆਪਾਂ ਆਪਣਾ ਕਹਿ ਲਓ ਬਿਹੇਵੀਅਰ ਉਦਾਂ ਦਾ ਬਣ ਗਿਆ ਕਿ ਆਪਾਂ ਆਨਸਰ ਓਰੀਐਂਟਡ ਕਿ ਆਪਾਂ ਆਨਸਰ ਸਾਨੂੰ ਬਣਾਇਆ ਬਣਾਇਆ ਚਾਹੀਦਾ ਹਮ ਆਪਾਂ ਆਪਣੇ ਆਪ ਵਿੱਚ ਆਨਸਰ ਨਹੀਂ ਕ੍ਰੀਏਟ ਕਰ ਸਕਦੇ ਹੈ ਹੈਨਾ ਸੋਲੂਸ਼ਨ ਜਿਹਦਾ ਸਕੂਲ ਨੇ ਤੁਹਾਨੂੰ ਸਿਖਾਤਾ ਵੀ ਇਹਦਾ ਆਨਸਰ ਇਹ ਆ ਤੁਸੀਂ ਉਸ ਤੋਂ ਬਾਅਦ ਸੋਚਣਾ ਹੀ ਨਹੀਂ ਕਿ ਇਹਦਾ ਆਨਸਰ ਹੋਰ ਵੀ ਹੋ ਸਕਦਾ ਕੋਈ ਇਹਦਾ ਇੱਕ ਪ੍ਰੋਬਲਮ ਹੈ ਇਹਦਾ ਸੋਲੂਸ਼ਨ ਇਹ ਆ ਇਹ ਤਾਂ ਬਿਨਾ ਵੀ ਸੋਲੂਸ਼ਨ ਹੋ ਜਾਦਾ ਮਲਟੀਪਲ ਸੋਲੂਸ਼ਨ ਹੁੰਦੇ ਆ ਨਾ ਇੱਕ ਪ੍ਰੋਬਲਮ ਜਿਹੇ ਬਣਾਉਂਦੇ ਵੇ ਆ ਪਰ ਸਕੂਲ ਦੇ ਵਿੱਚ ਤੁਹਾਨੂੰ ਇਕੋ ਸੋਲੂਸ਼ਨ ਦੇਣਾ ਤੇ ਉੱਤੇ ਤੁਹਾਨੂੰ ਕਹਿਣਾ ਕਿ ਇਹਦਾ ਇਹ ਸੋਲੂਸ਼ਨ ਆ ਇੱਥੇ ਵਰਕ ਕਰੋ ਹਨਾ ਹਾਂ ਤੁਸੀਂ ਲਿਮਟ ਹੋ ਗਏ ਜਦੋਂ ਰੀਅਲ ਲਾਈਫ 'ਚ ਤੁਸੀਂ ਅੱਗੇ ਜਾਓਗੇ ਤੁਸੀਂ ਹਾਲੇ ਦੁਆਲੇ ਦੇਖਣਾ ਆਂਸਰ ਲੱਭਣਾ ਮੈਨੂੰ ਕੋਈ ਕੋਈ ਦੱਸ ਦੇਵੇ ਹਮ ਹੈਨਾ ਫਿਰ ਆਪਾਂ ਮਨੀ ਦਾ ਜੋ ਪੈਸੇ ਦਾ ਪਰ ਆਪ ਨੂੰ ਜਮਾਈ ਨੌਲੇਜ ਨਹੀਂ ਹੁੰਦੀ ਆਪਾਂ ਬਾਹਰ ਨਿਕਲ ਕੇ ਫਿਰ ਦੇ ਦਿੰਦੇ ਵੀ ਇੱਕਦਮ ਸਾਨੂੰ ਪੈਸੇ ਕਿਤੇ ਮਿਲ ਜਾਣੇ ਕੁਇਕ ਮਨੀ ਵਾਲੀ ਸਕੀਮ ਮਿਲ ਜਵੇ ਹਨਾ ਮਲਟੀ ਲੈਵਲ ਮਾਰਕੀਟਿੰਗ ਚ ਫਸ ਜਾਂਦੇ ਜਾਂ ਫਿਰ ਸਕੈਮ ਹੋ ਜਾਂਦੇ ਆਪਣੇ ਨਾਲ ਕਿਉਂਕਿ ਆਪਾਂ ਇਹ ਰਾਤੋਂ ਰਾਤ ਅਮੀਰ ਬਣਨਾ ਚਾਹੁੰਦੇ ਹੁੰਨੇ ਕਪਣ ਦੱਸਿਆ ਹੀ ਨਹੀਂ ਪੈਸੇ ਕਿਦਾਂ ਵਰਕ ਕਰਦੇ ਆ ਕਿਦਾਂ ਕਮਾਈ ਹੁੰਦੀ ਕਿਦਾਂ ਇਕਨੋਮੀ ਹੁੰਦੀ ਹੈ ਹਨਾ ਕਿ ਤੁਸੀਂ ਸਰਵਿਸ ਡਿਲੀਵਰ ਕਰਨੀ ਆ ਬਿਜ਼ਨਸ ਦਾ ਕੰਮ ਹੁੰਦਾ ਉਸ ਸਰਵਿਸ ਆਪਾਂ ਸੋਲੂਸ਼ਨ ਬਣਾਉਣੇ ਨਹੀਂ ਦੱਸਿਆ ਹੁੰਦਾ ਉਹੀ ਆ ਨਾ ਮੈਂ ਇੱਕ ਇੱਕ ਵਾਰੀ ਬੈਠੇ ਪਲਵਿੰਦਰ ਬਾਈ ਮੈਨੂੰ ਲੱਗਦਾ ਮੈਂ ਚੇਤੇ ਆ ਕੇ ਗੱਲ ਤੇ ਬਾਈ ਕਰ ਰਿਹਾ ਸੀ ਵੀ ਸਕੂਲ ਦਾ ਆਪਾਂ ਨੂੰ ਇੱਕ ਤਰ੍ਹਾਂ ਨਾਲ ਕੰਡੀਸ਼ਨਿੰਗ ਹੀ ਕਰਦੇ ਆ ਹਨਾ ਆਪਾਂ ਨੂੰ ਇਹ ਕਾਰਪੋਰੇਟ ਕਰਨਾ ਨਹੀਂ ਸਿਖਾਉਂਦੇ ਵੀ ਤੁਸੀਂ ਪੁੱਤ ਇਦਾਂ ਨਹੀਂ ਦੋ ਜਣੇ ਬਹਿ ਕੇ ਕੋਈ ਨਾ ਕੋਈ ਪ੍ਰੋਬਲਮ ਨਹੀਂ ਸਾਡੀ ਸੋਲਵ ਹੋ ਰਹੀ ਕੋਈ ਨਾ ਦੋ ਚਾਰ ਜਾਨੇ ਬਹਿ ਕੇ ਮੱਥਮ ਮੱਥਾ ਮਾਰੋ ਕਰੋ ਨਹੀਂ ਇੰਨੇ ਸਟ੍ਰਿਕਟ ਆ ਉਹ ਬੰਦੇ ਨੂੰ ਜੱਜ ਕਰਨ ਲੱਪੰਦੇ ਸਟੂਡੈਂਟ ਨੂੰ ਜਵਾਕਾਂ ਨੂੰ ਵੀ ਨਹੀਂ ਇਹ ਇਹ ਫੇਲੀਅਰ ਆ ਇਹ ਤਾਂ ਹੋਇਆ ਨਹੀਂ ਤੂੰ ਚੱਲ ਪਿੱਛੇ ਬੈ ਜਾ ਕੇ ਬੰਦਾ ਪਿੱਛੇ ਜਾਂਦਾ 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 ਜਿੰਦਗੀ ਜ ਹਨਾ ਉਹ ਜੋ ਦਿਮਾਗ ਦੇ ਵਿੱਚ ਉਹ ਪੈ ਜਾਂਦਾ 10 11 ਸਾਲ ਦੇ ਜਵਾਕ ਦੇ ਵਿੱਚ ਹਨਾ ਇੱਕ ਵਾਰੀ ਉਹਨੂੰ ਕਹਿ ਦਿੱਤਾ ਵੀ ਨਹੀਂ ਤੇਰੇ ਕੋਲ ਇਹ ਹੁੰਦਾ ਨਹੀਂ ਤੂੰ ਢੱਲਣਾ ਆ ਤੂੰ ਨਿੱਲ ਪਾਰਟੀਆਂ ਨੇ ਐਂ ਕਹਿ ਦਿੱਤਾ ਤੇ ਉਹ ਪਿੱਛੇ ਨੂੰ ਹੌਲੀ ਹੌਲੀ ਜਾਂਦਾ ਪਿੱਛੇ ਨੂੰ ਚਲ ਜਾਂਦਾ ਹਨਾ ਹਾਂਜੀ ਪਰ ਇਹ ਇਹ ਜਾਨੀ ਕਿ ਨਹੀਂ ਸਿਖਾਉਂਦੇ ਵੀ ਲਾਈਫ ਦੇ ਵਿੱਚ ਕਿਉਂ ਹਰੇਕ ਬੱਚੇ ਦੀ ਲਰਨਿੰਗ ਸਕਿਲਸ ਅਲੱਗ ਹੁੰਦੀਆਂ ਆ ਨਾ ਇਵੇਂ এডੂਕੇਸ਼ਨ ਦਾ ਮੈਂ ਮੰਨਦਾ ਹੁੰਦਾ ਵੀ ਜਿਹੜੀਆਂ ਚੀਜ਼ਾਂ ਬੰਦਾ ਮੈਂ ਸਿੱਖ ਸਕਦਾ ਆ ਜਾ ਤੁਸੀਂ ਜਿਹੜੀਆਂ ਸਿੱਖ ਸਕਦੇ ਆ ਉਹ ਸ਼ਾਇਦ ਮੈਂ ਨਹੀਂ ਸਿੱਖ ਸਕਦਾ ਹਨਾ ਸ਼ਾਇਦ ਮੈਂ ਉਹ 5 ਸਾਲ ਬਾਅਦ ਸਿੱਖਾਂ ਹਨਾ ਜਿੱਥੇ ਜਾ ਕੇ ਤੁਸੀਂ ਸੋਚਦੇ ਆ ਹਨਾ ਭਾਵਾਂ ਆਪਾ ਗਰੋਨ ਆਪਿਆਂ ਇਵੇਂ ਜੁਆਕਾ ਦਾ ਹੁੰਦਾ ਆ ਜਿਹੜਾ ਬੱਚਾ 10 ਸਾਲ ਦਾ ਕੋਈ ਜੁਆਕ ਸਿੱਖ ਰਿਹਾ ਆ ਕੀ ਬਤਾ ਦੂਜਾ ਬੱਚਾ ਉਹ ਜਾ ਕੇ 15 ਸਾਲ ਤੇ ਸਿੱਖੇ ਉਹ ਉਹਦੀ ਸੋਚ ਉੱਤੇ ਤੱਕ ਨਹੀਂ ਡਿਵੈਲਪ ਹੋਈ ਹਜੇ ਹਨਾ ਕਿ ਸਲੋ ਲਰਨਰ ਹੁੰਦੇ ਆ ਕੋਈ ਕਿਸੇ ਕੁਇਕ ਲਰਨਰ ਹੁੰਦੇ ਆ ਇਹ ਸੈਲਫ ਲਰਨ ਹੁੰਦੇ ਆ ਇੰਟਰਸਟ ਲੱਗ ਹੁੰਦੇ ਜੁਆਕਾਂ ਦਾ ਹਾਂਜੀ ਨਾ ਵੱਡੀ ਗੱਲ ਤੇ ਇੰਟਰਸਟ ਤੇ ਹੁੰਦੀ ਹੈ ਰੁਚੀ ਤੇ ਹੁੰਦੀ ਹੈ ਮੈਨ ਕੋਈ ਵੀ ਮੇਰੇ ਸਾਹਮਣੇ ਨਾਲ ਦਿਮਾਗ ਦੇਖੋ ਸਾਰਿਆਂ ਦਾ ਇਕੁਅਲ ਹੁੰਦਾ ਨਾ ਬ੍ਰੇਨ ਆਪਾਂ ਫੋਕਸ ਕਿਹੜੀ ਚੀਜ਼ ਤੇ ਕਰਦੇ ਆਪਾਂ ਉਹ ਚੀਜ਼ ਸਿੱਖਦੇ ਆ ਹੁਣ ਜਿਹਨੇ ਦਿਮਾਗ ਸਾਰਾ ਖੇਡਾਂ ਦੇ ਦਿਮਾਗ ਵਿੱਚ ਗੇਮ ਹੀ ਚੱਲੀ ਜਾਂਦੀ ਪਈ ਆ ਹਨਾ ਉਹ ਸਪੋਰਟਸ ਦੇ ਵਿੱਚ ਆਪੇ ਵਧਿਆ ਹੋ ਗਿਆ ਨਾ ਉਹਨੇ ਟੈਕਨੀਕ ਲੱਭ ਲੈਣੀ ਉਹਨੇ ਮੈਥਡ ਉਹਨੇ ਪ੍ਰੈਕਟਿਸ ਕਰੀ ਜਾਣੀ ਉਹ ਹੀ ਚੀਜ਼ ਹੂੰ ਦੂਜੇ ਬੰਨੇ ਇੱਕ ਸਟੂਡੈਂਟ ਆ ਜਿਹਦਾ ਧਿਆਨ ਹੀ ਨਹੀਂ ਹੈਗਾ ਉਹ ਸਪੋਰਟਸ ਨਾਲ ਨੂੰ ਹਨਾ ਉਹ ਆਪਣੇ ਹੋਰ ਦੂਜੇ ਸਬਜੈਕਟ ਵਿੱਚ ਆ ਜਾਂ ਹੋਰ ਕਿਸੇ ਐਕਟੀਵਿਟੀ ਡਰਾਇੰਗ ਵਿੱਚ ਆ ਉਹਦੇ ਦਿਮਾਗ 'ਚ ਡਰਾਇੰਗ ਹੀ ਚੱਲੀ ਜਾਂਦੀ ਹੈ ਔਰ ਦਿਨ ਰਾਤ ਡਰਾਇੰਗ ਹੀ ਕਰੀ ਜਾਂਦਾ ਹਮ ਹੈਨਾ ਉਹਨੇ ਉਹ ਡਿਵੈਲਪ ਕਰ ਲੈਣੀ ਸਕਿੱਲ ਦੂਜੇ ਪਾਸੇ ਉਹਨੇ ਆਪਣੀ ਸਕਿੱਲ ਡਿਵੈਲਪ ਕਰ ਲੈਣੀ ਹਮ ਸੋ ਆਪ ਆਪਾਂ ਚਾਹੁੰਦੇ ਆ ਕਿ ਇੱਕ ਸਟਰਕਚਰ ਦੇ ਵਿੱਚ ਫਿਟ ਕਰਨਾ ਹਮ ਕਿ ਆਹ ਹਾ ਹਾ ਚੀਜ਼ਾਂ ਚੈੱਕ ਬਾਕਸ ਹਰੇਕ ਚੀਜ਼ ਵਿੱਚੋਂ ਕੁਆਲੀਫਾਈ ਕਰੇ ਹਮ ਤੇ ਇੱਕ ਦਿਨ ਦੇ ਵਿੱਚ ਤੁਹਾਨੂੰ ਜਿਦਾਂ ਕਹਿ ਲਓ ਕਿ ਅੱਧਾ-ਅੱਧਾ ਘੰਟਾ ਤੁਹਾਨੂੰ ਸਾਰਾ ਕੁਝ ਸਿਖਾਈ ਜਾਂਦੇ ਆ। ਹੂੰ ਇੱਕ ਐਗਜ਼ਾਮਪਲ ਜੀ ਅਸੀਂ ਕੀਤੀ ਸੀ ਡਵਲਪਰ ਕਿ ਜੇ ਤੁਹਾਨੂੰ ਕਹਿ ਲਓ ਕੁਕਿੰਗ ਸਿਖਾਉਣੀ ਆ। ਹਾਂਜੀ। ਅ ਇਦਾਂ ਕਰੋ ਤੁਸੀਂ ਹੈਨਾ ਆਪਾਂ ਦਾਲ ਤੁਹਾਨੂੰ ਮੈਂ ਸਿਖਾਉਣਾ ਕਿ ਰੋਟੀ ਬਣਾਉਣੀ ਤੇ ਦਾਲ ਸਬਜ਼ੀ ਬਣਾਉਣੀ। ਹਾਂਜੀ। ਅੱਜ ਦੇ ਦਿਨ ਪਹਿਲਾਂ ਤੁਸੀਂ ਆਟਾ ਕੱਢਣਾ ਸਿੱਖ ਲਓ। ਦੂਜੇ ਪਾਸੇ ਕੱਲੇ ਗੋਭੀ ਨੂੰ ਛਿੱਲਣਾ ਸਿੱਖ ਲਓ। ਹਾਂ ਹੈਨਾ ਉਹ ਤੁਹਾਡਾ ਬ੍ਰੇਕ ਕਰਤਾ। ਹੂੰ ਇਨਸਟੈਡ ਆਫ ਕਿ ਇੱਕ ਦਿਨ ਪੂਰਾ ਤੁਹਾਨੂੰ ਰੋਟੀ ਬਣਾਉਂ ਚ ਦੱਸਿਆ ਜਾਂਦਾ ਤੇ ਤੁਹਾਡਾ ਤੁਸੀਂ ਸਿੱਖ ਲੈਂਦੇ ਹਾਂਜੀ ਉਹ ਤੁਹਾਨੂੰ ਵੱਖਰਾ ਵੱਖਰਾ ਅੱਛਾ ਅੱਜ ਆਟੇ ਚ ਪਾਣੀ ਪਾ ਦਿਓ ਕੱਲ ਆਟਾ ਕੱਢਿਆ ਸੀ ਉਹ ਚ ਪਾਣੀ ਪਾ ਦਿਓ ਅੱਜ ਹਣਾ ਜੋ ਤੱਕ ਤੁਹਾਡਾ ਉਹ ਐਂਡ ਤੱਕ ਪਾਉਣਾ ਤੁਹਾਨੂੰ ਬਸ ਥੱਲਣਾ ਹੀ ਆ ਜਾਣਾ ਰਹਿ ਜਾਣਾ ਹਾਂ ਆਟਾ ਥੱਲਣਾ ਆ ਜਾਣਾ ਤੇ ਉਹਦੇ ਬਾਅਦ ਜਿਹੜੀ ਸਬਜ਼ੀ ਆ ਉਹਨੂੰ ਕਹਿ ਲੋ ਕਿ ਬਸ ਇਹਨੂੰ ਸੀਟੀ ਲਵਾਉਣੀ ਆ ਸੀਟੀ ਲਵਾਉਣੀ ਆ ਇਹ ਬੜੀ ਘੈਂਟ ਐਗਜ਼ਾਮਪਲ ਦਿੱਤੀ ਦੂਜੇ ਜਿੰਨੇ ਭੁੱਲ ਜਾਂਦੀ ਆ ਆਪਾਂ ਨੂੰ ਹੂੰ ਇਨਸਟੈਡ ਕਿ ਆਪਾਂ ਨੂੰ ਇੱਕ ਚੀਜ਼ ਤੇ ਫੋਕਸ ਕਰਕੇ ਪਹਿਲਾਂ ਉਹ ਉਹ ਚੀਜ਼ ਕਰਕੇ ਫਿਰ ਦੈਨ ਅੱਗੇ ਪ੍ਰਸੀਡ ਕਰਨਾ ਚਾਹੀਦਾ ਉਹ ਹੈ ਨਾ ਮੈਨੂੰ ਲੱਗਦਾ ਹੁੰਦਾ ਆਪਾਂ ਸਾਰੇ ਜਿਵੇਂ ਮੰਨ ਲਓ ਕੋਈ ਸਕੂਲ ਆ ਹਨ ਉਹਦੇ ਇੱਕ ਕਲਾਸ ਦੇ ਵਿੱਚ ਇੱਕ ਮੰਨ ਲਓ 50 ਬੱਚੇ ਆਉਂਦੇ ਆ ਉਹ 50 ਨੂੰ ਇੱਕ ਤਰ੍ਹਾਂ ਦੇ ਬੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹਨਾ ਪਛਾਣਿਆ ਨਹੀਂ ਜਾਂਦੇ ਇਹ ਕੱਲੀ ਇਦਾਂ ਨਹੀਂ ਵੀ ਪਹਿਲੀ ਦੂਜੀ ਕਲਾਸ ਤੇ ਆ ਹਨਾ 10 1 2 ਹਨਾ ਸਿਰਫ ਇੱਕ ਦੂਜੇ ਵਾਲ ਦੇਖ ਕੇ ਫੁਲਾਨੇ ਦਾ ਮੁੰਡਾ ਆਹ ਕਰਦਾ ਤੂੰ ਵੀ ਚਲ ਜਾ ਏਸੇ ਭੇਡ ਜਾਣਨੇ ਆਪਾਂ ਕੈਨੇਡਾ ਨੇ ਪੱਟਦੇ ਸਾਰੇ ਹਨਾ ਜੇ ਆਪਾਂ ਹੁਣ ਆਇਲਸ ਵਾਲੀ ਉਹ ਲਾ ਲਈ ਹੈ ਹਨਾ ਆਇਲਸ ਕਰਕੇ ਹੁਣ ਕਿੰਨੇ ਬੱਚੇ ਜਿਹੜੇ ਵਧੀਆ ਕੰਮ ਕਰ ਸਕਦੇ ਸੀ ਹਨਾ ਇਹ ਪੰਜਾਬ ਦੇ ਵਿੱਚ ਰਹਿ ਕੇ ਹਣਾ ਜੇ ਇੱਥੇ ਆ ਕੇ ਵੀ ਕੋਈ ਸਕਿੱਲ ਸਿੱਖ ਕੇ ਉਹ ਕੁਝ ਕਰ ਸਕਦੇ ਸੀ ਪਰ ਨਹੀਂ ਉਹ ਫਸ ਗਏ ਭੀੜ ਚਾਲ ਚ ਹਨਾ ਆਪਣੀ ਸਕਿੱਲਸ ਨੂੰ ਪਛਾਣਿਆ ਨਹੀਂ ਰੁਚੀ ਕਿਹਦੇ ਵਿੱਚ ਹੈ ਮੇਰੀ ਜਿਵੇਂ ਤੁਸੀਂ ਕੀਤਾ ਇੰਟਰਸਟ ਕਾਦੇ ਵਿੱਚ ਹੈ ਹਨਾ ਉਹ ਕੀਤਾ ਨਹੀਂ ਤੇ ਹੋਰ ਪਾਸੇ ਨੂੰ ਤੁਰ ਪਏ ਜੀ ਜੀ ਹਨਾ ਫਿਰ ਕਿਤੇ ਨਾ ਕਿਤੇ ਤਾਂ ਇਹ ਆਪਣੇ ਐਜੂਕੇਸ਼ਨਲ ਸਿਸਟਮ ਦੀ ਹੀ ਘਾਟ ਹੈ ਵੀ ਜਵਾਕਾਂ ਨੂੰ ਜਾਂ ਹਨਾ ਬੰਦਿਆਂ ਨੂੰ ਇਹ ਨਹੀਂ ਸਿਖਾਉਂਦੇ ਵੀ ਇੰਟਰਸਟ ਆਪਣਾ ਲੱਭਣਾ ਸਿੱਖੋ ਹਨਾ ਇਹ ਵੀ ਸਿਖਾਉਣਾ ਪੈਂਦਾ ਜਵਾਕ ਨੂੰ ਵੀ ਤੇਰਾ ਇੰਟਰਸਟ ਕਾਚਿਆ ਹਨਾ ਹਾਂਜੀ ਹਣਾ ਹੁਣ ਇਹ ਚੀਜ਼ਾਂ ਤੁਹਾਨੂੰ ਕਿਤਾਬਾਂ ਜਿੱਦਾਂ ਹੁਣ ਬੁੱਕ ਹੈਗੀ ਇੱਕ 21 ਗਾਏ ਉਹ ਜਪਨੀਸ ਟੈਕਨੀਕ ਆ ਹਣਾ ਉਹਨਾਂ ਨੇ ਡਿਵੈਲਪ ਕੀਤੀ ਆ ਕਿ ਤੁਹਾਡਾ ਤੁਹਾਨੂੰ ਕਲੈਰਟੀ ਮਿਲਦੀ ਆ ਉਹਦੇ ਵਿੱਚ ਜੇ ਤੁਸੀਂ ਐਕਸਰਸਾਈਜ਼ ਉਹਦੀ ਕਰਦੇ ਆ ਕਿ ਕਿਹੜੀ ਫੀਲਡ ਵਿੱਚ ਤੁਹਾਨੂੰ ਕੰਮ ਕਰਨਾ ਚਾਹੀਦਾ ਕਿ ਜਿਹਦੇ ਤੁਸੀਂ ਖੁਸ਼ ਖੁਸ਼ ਹੋਵੋਗੇ ਅੱਗੇ ਜਾ ਕੇ ਹੂੰ ਹਣਾ ਤੇ ਦੂਸਰੀ ਜਿੱਦਾਂ ਹਾਊ ਟੂ ਫਾਈਂਡ ਪੈਸ਼ਨ ਹੁਣ ਇਹ ਇਹ ਜੀਆਂ ਕਿਤਾਬਾਂ ਆਪਣੇ ਸਕੂਲ ਸਿਲੇਬਸ ਦਾ ਹਿੱਸਾ ਨਹੀਂ ਹੈਗੀਆਂ ਹਣਾ ਪਰਸਨੈਲਿਟੀ ਤੁਹਾਡੀ ਕੀ ਕਿਹੋ ਜੀ ਆ ਤੁਸੀਂ ਉਹਨੂੰ ਆਇਡੈਂਟੀਫਾਈ ਕਰਨਾ ਹਮ ਇੱਕ ਵੈਬਸਾਈਟ ਆ ਬੜੀ ਵਧੀਆ ਸਿਮਰਜੀਤ ਭਾਜੀ ਹੁਣ ਆ ਪੋਡਕਾਸਟ ਤੇ ਵੀ ਅਸੀਂ ਜ਼ਿਕਰ ਕੀਤਾ ਸੀਗਾ 16 ਪਰਸਨੈਲਿਟੀਆਂ ਕਰਕੇ ਉਹਦੇ ਵਿੱਚ ਇੱਕ ਟੈਸਟ ਦਿੰਦੇ ਤੁਹਾਨੂੰ ਪਹਿਲਾਂ ਤੁਸੀਂ ਉਹਦੇ ਆਨਸਰ ਦੇਣੇ ਆ ਓਨੈਸਟਲੀ ਤੇ ਐਂਡ ਤੇ ਤੁਹਾਨੂੰ ਉਹਨਾਂ ਦੱਸ ਦੇਣਗੇ ਤੁਹਾਡੀ ਪਰਸਨੈਲਿਟੀ ਇਸ ਟਾਈਪ ਦੀ ਆ 16 ਪਰਸਨੈਲਿਟੀ ਉਹਨਾਂ ਡਿਵਾਈਡਿੰਗ ਲਿਖ ਲਵਾਂ ਮੈਂ ਵੀ ਕੱਢ ਲੂੰਗਾ 16 ਕੀ ਹੈ 16 ਪਰਸਨੈਲਿਟੀਆਂ ਓਕੇ ਤੇ ਉਹਨਾਂ ਨੇ ਤੁਹਾਨੂੰ ਐਂਡ ਤੇ ਤੁਹਾਡੀ ਪਰਸਨੈਲਿਟੀ ਦੱਸ ਦੇਣੀ ਕਿ ਇੰਨਾ ਜ਼ਿਆਦਾ ਰੈਲੇਵੈਂਟ ਆ ਤੁਸੀਂ ਮੈਜੋਰਟੀ ਚ ਇਹੋ ਜਿਹੇ ਡਿਸੀਜਨ ਲੈਂਦੇ ਆ ਹੂੰ ਸੋ ਉਹ ਕਹਿੰਦੇ ਪੱਥਰ ਤੇ ਲਕੀਰ ਨਹੀਂ ਹੁੰਦੀ ਆਪਾਂ ਸਵਿਚ ਕਰਦੇ ਰਹਿੰਨੇ ਆ ਟਾਈਮ ਬਾਏ ਟਾਈਮ ਟਾਈਮ ਹਾਂਜੀ ਹਾਂਜੀ ਪਰ ਉਹਨਾਂ ਨੇ ਤੁਹਾਨੂੰ ਇੱਕ ਵਾਰੀ ਓਵਰਆਲ ਜਿਹੜਾ ਕਰੰਟ ਸਮਰੀ ਸਮਰੀ ਜੀ ਦੱਸ ਦੇਣੀ ਕਿ ਮੋਟਾ-ਮੋਟਾ ਤੁਹਾਡਾ ਫਿਰ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਤੁਹਾਡੇ ਸ਼ੌਂਕ ਕੀ ਤੁਸੀਂ ਕਿਹੜੀ ਚੀਜ਼ ਵਿੱਚ ਕੰਮ ਕਰ ਸਕਦੇ ਆ ਤੁਹਾਡੀਆਂ ਵੀਕਨੈਸ ਕੀ ਆ ਤੇ ਤੁਹਾਡੀ ਸਟਰੈਂਥ ਕੀ ਹੈਗੀਆਂ ਤੁਸੀਂ ਆਪਣੀ ਸਟਰੈਂਥ ਤੇ ਵੀਕਨੈਸ ਤਾਨੂੰ ਪਤਾ ਹੋਣੀ ਬਹੁਤ ਜ਼ਰੂਰੀ ਆ ਹਣਾ ਫੇਰ ਹੀ ਤੁਸੀਂ ਕਰ ਸਕਦੇ ਜੇ ਤੁਸੀਂ ਕਹੋ ਤਰਾਕ ਤੁਹਾਡੇ ਪਾਣੀ ਦੀਆਂ ਸਕਿੱਲ ਆ ਤੁਹਾਡੇ ਕੋ ਤੈਰੰਦੀਆਂ ਤੁਸੀਂ ਗਰਾਉਂਡ ਤੇ ਦੌੜੀ ਦੌੜ ਲਾਈ ਜਾਂਦੇ ਪਿਆ ਹਵਾ ਚੁੱਡਣਾ ਚਾਹੁੰਦੇ ਆ ਹਣਾ ਤੁਹਾਡੀ ਸਕਿੱਲ ਪਾਣੀ ਵਾਲੀ ਆ ਫੇਰ ਤੁਸੀਂ ਪਾਣੀ 'ਚ ਵਧੀਆ ਪਰਫਾਰਮ ਕਰੋਗੇ ਸੋ ਗਲਤੀ ਇਹੀ ਹੁੰਦੀ ਆ ਕਿ ਆਪਾਂ ਰੋਂਗ ਜਗ੍ਹਾ ਦੇ ਉੱਤੇ ਰੋਂਗ ਪਰਸਨ ਪਹੁੰਚ ਜਾਂਦਾ ਹਣਾ ਉਹ ਹੀ ਆ ਨਾ ਜੇ ਆਪਾਂ ਹੁਣ ਕਰੀਏ ਚੁਆਇਸਸ ਦੀ ਵੀ ਗੱਲ ਕਰੀਏ ਹਣਾ ਜਿਵੇਂ ਹੁਣ ਆ ਜਿੰਨਾ ਮਰਜੀ ਕਿਸੇ ਕੋ ਸੁਣ ਲਈਏ ਭਾਸ਼ਣ ਸੁਣ ਲਈ ਭਾਸ਼ਣ ਨਹੀਂ ਚਲੋ ਹਨਾ ਗਿਆਨ ਕਿਸੇ ਦਾ ਜਿੰਨਾ ਮਰਜੀ ਨਹੀਂ ਆਖਰੀਰ ਚੂਜ਼ ਕਰ ਤੂੰ ਆਜ ਚ ਵਧੀਆ ਪੈਸੇ ਆ ਆਖਰੀਰ ਚੂਜ਼ ਕਰ ਹਨਾ ਜੀ ਤੇ 2023 ਹੁਣ YouTube ਵੀਡੀਓ ਵੀ ਬਹੁਤ ਆਉਣ ਲੱਗੀਆਂ 2024 ਚ ਬਣੋ ਉਮੀਦ 2024 ਚ ਸੁਣੋ ਹਨਾ ਆ ਵਾਲਾ ਹਨਾ ਜੀ ਤੇ ਉਹ ਉਹ ਵੀ ਇਦਾਂ ਹੀ ਆ ਗੱਲ ਹਨਾ ਵੀ ਉਹ ਇਦਾਂ ਇੱਕ ਵੀਡੀਓ ਸਾਰਿਆਂ ਦੇ ਲਾਗੂ ਨਹੀਂ ਹੋ ਸਕਦੀ ਹਨਾ ਜੀ ਜਿਵੇਂ ਹੁਣ ਇਹ ਇੱਕ ਕਿਸੇ ਨੂੰ ਕਹਿ ਦੂੰਗੇ ਤੂੰ ਇੰਜੀਨੀਅਰ ਬਣ ਜਾ ਉਹ ਅੱਗ ਭੇੜ ਚੱਲ ਜੇ ਚੱਲੀ ਸੀ ਸ਼ਾਇਦ ਚਲੋ ਮੈਨੂੰ ਹਨਾ 2013 14 ਦੀਆਂ ਗੱਲਾਂ ਜਦੋਂ ਕਿ ਅਸੀਂ ਕਾਲਜ ਪੜ੍ਹਦੇ ਹੁੰਦੇ ਸੀ ਸਾਰੇ ਇੰਜੀਨੀਅਰ ਸਾਡੀ ਕਲਾਸ ਹਨਾ ਸਾਰੇ ਜਿੰਨਾ ਸਰਕਲ ਸਾਡਾ ਸਾਰਾ ਇੰਜੀਨੀਅਰਿੰਗ ਪੜ੍ਹਨ ਲੱਪਿਆ ਹਨਾ ਜੇ ਐਮਬੀਏ ਵਾਲਾ ਹੋਇਆ ਐਮਬੀਏ ਸਾਰੇ ਐਮਬੀਏ ਕਰਨ ਲੱਪਿਆ ਹਨਾ ਜੀ ਉਸ ਤੋਂ ਬਾਅਦ ਆਇਲਸ ਕਰਨ ਲੱਗੇ ਸਾਰੇ ਆਇਲਸ ਕਰਕੇ ਬਾਹਰ ਬਾਹਰ ਆ ਗਏ ਹਨਾ ਹੂੰ ਤੇ ਉਹ ਕਰੀਅਰ ਚੂਜ਼ ਕਰਨਾ ਵੀ ਇਥੇ ਡਿਪੈਂਡ ਕਰਦਾ ਵੀ ਸਾਡੇ ਪਿੱਛੇ ਪਿਛਲੀ ਐਜੂਕੇਸ਼ਨ ਜੀ ਹਨਾ ਕਿਹੋ ਜਿਹੀ ਹੋਈ ਆ ਜੀ ਜੀ ਤੇ ਜੇ ਆਪਾਂ ਕਰੰਟ ਸਿਚੁਏਸ਼ਨ ਦੀ ਗੱਲ ਕਰੀਏ 2024 ਦੀ ਇਹ ਸਵਾਲ ਮੈਂ ਤੁਹਾਨੂੰ ਵੀ ਪੁੱਛ ਲੰਨਾ ਜੀ ਕਰੀਅਰ ਕਿਹੜੇ ਤੁਹਾਨੂੰ ਕੀ ਲੱਗਦਾ ਅੱਜ ਕੱਲ ਕੈਨੇਡਾ ਦੇ ਵਿੱਚ ਕਿਹੜੇ professions ਕਹ ਲੋ ਜਾਂ ਕਰੀਅਰ ਕਿਹੜੇ ਵਧੀਆ ਹੈ ਜੇ 2024 ਦੀ ਗੱਲ ਕਰੀਏ ਅ ਮੈਂ ਇਦਾਂ ਕਹੂੰਗਾ ਕਿ ਤੁਸੀਂ ਆਪਣੀ ਆਪ ਡਿਸਾਈਡ ਕਰੋ ਤੁਹਾਨੂੰ ਕੋਈ ਹੋਰ ਬੰਦਾ ਨਹੀਂ ਦੱਸ ਸਕਦਾ ਕਿ ਤੁਹਾਡੇ ਲਈ ਆ ਸਹੀ ਆ ਹੂੰ ਸਭ ਤੋਂ ਜ਼ਿਆਦਾ ਤੁਸੀਂ ਆਪਣੇ ਬਾਰੇ ਜਾਣਦੇ ਆ ਹਨਾ ਹੂੰ ਅ ਟਾਈਮ ਦੇਣਾ ਪੈਂਦਾ ਏ ਚੀਜ਼ ਨੂੰ ਜਿਹੜੀ ਪਰਪਸ ਫਾਈਂਡ ਕਰਨਾ ਜਾਂ ਆਪਣਾ ਪੈਸ਼ਨ ਫਾਈਂਡ ਆਊਟ ਕਰਨਾ ਰਾਤੂ ਰਾਤ ਨਹੀਂ ਹੁੰਦੀ ਇਹ ਚੀਜ਼ ਬੜੀ ਸਟ੍ਰੈਸਫੁਲ ਵੀ ਆ ਤਾ ਕਹਿ ਲੋ ਜਾਂ ਟਾਈਮ ਟੇਕਿੰਗ ਚੀਜ਼ ਆ ਹੂੰ ਤੁਸੀਂ ਡਿਫਰੈਂਟ ਡਿਫਰੈਂਟ ਚੀਜ਼ਾਂ ਟਰਾਈ ਕਰੋ ਹੂੰ ਕਿਹੜੀ ਚੀਜ਼ ਵਿੱਚ ਤੁਹਾਡਾ ਅ ਫਲੋ ਜਿਆਦਾ ਆ ਕਿਹੜੀ ਚੀਜ਼ ਵਿੱਚ ਤੁਹਾਨੂੰ ਪਤਾ ਨਹੀਂ ਲੱਗਦਾ ਟਾਈਮ ਦਾ ਹਮ ਹਣਾ ਹੁਣ ਮੈਨੂੰ ਕੋਡਿੰਗ ਦਾ ਬੜਾ ਸ਼ੌਕ ਹੁੰਦਾ ਸੀਗਾ ਆਪਣੇ ਕਾਲਜ ਟਾਈਮ ਅਸੀਂ ਬ੍ਰੇਕ ਜਦੋਂ ਹੋ ਜਾਣੀ ਹੈਨਾ ਰੈਸਸ ਹੋ ਜਾਣੀ ਹੈ ਹਾਫ ਟਾਈਮ ਤੇ ਅਸੀਂ ਉਹਦੇ ਵਿੱਚ ਵੀ ਆਪਣਾ ਕੰਪਿਊਟਰ ਦੇ ਉੱਤੇ ਕੋਡਿੰਗ ਹੀ ਕਰੀ ਜਾਣੀ ਟੀਚਰ ਨੂੰ ਕਹਿਣਾ ਕਿ ਸਾਡਾ ਟੀਚਰ ਬੜਾ ਐਕਸਪਰਟ ਹੁੰਦਾ ਸੀਗਾ ਫੇਵਰਟ ਤੇ ਉਹਨੂੰ ਕਹਿਣਾ ਕਿ ਅਛਾ ਚੈਲੰਜ ਦੇ ਦਿਓ ਸਾਨੂੰ ਉਹਨੇ ਕਿਹਾ ਸਟਾਰ ਐਂ ਕਰ ਦੂ ਇਹਦਾ ਪੁੱਠੇ ਬਣਾ ਦੇ ਇਹਨੂੰ ਇੰਦਾ ਕਰ ਇਹਨੂੰ ਫਲਿੱਪ ਕਰ ਦੇ ਅਤੇ ਉਹ ਪੰਗੇ ਲਈ ਜਾਣੇ ਹਨ ਕਿ ਉਹ ਸ਼ੌਂਕ ਸੀਗਾ ਹੁਣ ਹਰ ਕੋਈ ਉਹ ਚੀਜ਼ ਨਹੀਂ ਕਰ ਸਕਦਾ ਹਾਂ ਜਿਵੇਂ ਉਹ ਫੀਲਡ ਵਿੱਚ ਜਾਵਾਂ ਤੇ ਮੈਂ ਮੰਨ ਲੁ ਇੱਕ ਇੱਕ ਵੱਡੇ ਲੈਵਲ ਤੇ ਵੀ ਉਹ ਕੰਮ ਕਰ ਸਕਦਾ ਕਿਉਂਕਿ ਮੈਨੂੰ ਬੋਰ ਹੀ ਨਹੀਂ ਹੋ ਰਿਹਾ ਹਨਾ ਮੈਂ 16 16 ਘੰਟੇ ਵੀ ਉਹ ਕੰਮ ਕਰ ਸਕਦਾ ਉਹ ਜੇ ਮੈਂ ਕਹਾ ਕਿ ਮੇਰਾ ਭਰਾ ਵੀ ਉਹੀ ਕੰਮ ਕਰੇ ਵੀ ਤੂੰ ਇਹ ਕੰਮ ਕਰ ਆ ਦੇਖ ਇੱਥੇ ਮੈਂ 16 16 ਘੰਟੇ ਕੰਮ ਕਰਕੇ ਇਹਨੇ 1000 ਡਾਲਰ ਬਣਾ ਲਏ ਉਹਦਾ ਰੋਦੀ ਰੁਚੀ ਨਹੀਂ ਹੈਗੀ ਹਨਾ ਉਹ ਕਹਿ ਲਓ ਮੇਰੇ ਆੱਖੇ ਲੱਗ ਕੇ ਜਾਂ ਮੇਰੇ ਮਗਰ ਲੱਗ ਕੇ ਪੈਸੇ ਦੇ ਲਾਲਚ ਚ ਨੂੰ ਉਹ ਕੰਮ ਕਰ ਲੂਗਾ ਸਿੱਖ ਲੂਗਾ ਪਰ ਉਤੋਂ ਨਾ ਟਾਈਮ ਕੰਮ ਨਹੀਂ ਕਰ ਹੋਣਾ ਉਹਨੇ ਬੋਰ ਹੋ ਜਾਣਾ ਉਹਦੇ ਲਈ ਇੱਕ ਦੋ ਘੰਟੇ ਕੱਢਣੇ ਬੜੇ ਔਖੇ ਹੋ ਜਾਣੇ ਹਨਾ ਸੋ ਇਹ ਇੱਕ ਹਰੇਕ ਦੀ ਆਪਣੀ ਮਤਲਬ ਕਿ ਕਹਿ ਲਓ ਖੋਜ ਹੋਣੀ ਚਾਹੀਦੀ ਆਪਣੇ ਆਪ ਦੇ ਲਈ ਕਿ ਅਸੀਂ ਕਿਹੜੀ ਚੀਜ਼ ਵਿੱਚ ਚੰਗੇ ਆ ਕਿਹੜੀ ਚੀਜ਼ ਸਾਨੂੰ ਖੁਸ਼ੀ ਦਿੰਦੀ ਆ ਹਨਾ ਵਰਕ ਜਿਹੜਾ ਆ ਨਾ ਉਹ ਆਪਾਂ ਆਪਣੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਟਾਈਮ ਆਪਾਂ ਵਰਕ ਤੇ ਸਪੈਂਡ ਕਰਦੇ ਆਂ ਹੂੰ ਨੀਂਦ ਤੋਂ ਬਾਅਦ ਨੀਂਦ ਦੇ ਉੱਤੇ ਵਿੱਚ ਤਾਂ ਚਲੋ ਤੁਹਾਡੇ ਉਹ ਹੁੰਦਾ ਨਹੀਂ ਹੈ ਨਾ ਫ੍ਰੀ ਫਲੋਈ ਪਰ ਦਿਨ ਦਾ ਜਿੰਦਾ ਕਹਿ ਲਓ ਜੀ ਆਪਾਂ 16 ਘੰਟੇ ਜਾਗਦੇ ਆਂ ਵਿੱਚੋਂ 8 ਘੰਟੇ ਆਪਣੇ ਵਰਕ ਤੇ ਹੁੰਦੇ ਆ ਬਾਕੀ ਹਰੇਕ ਇੰਨਾ ਟਾਈਮ ਆਪਾਂ ਘਰੇ ਉਦਾਂ ਵੀ ਨਹੀਂ ਹੁੰਦਾ ਸਪੈਂਡ ਕਰਦੇ ਹੂੰ ਨਹੀਂ ਕਰਦੇ ਤੇ ਜੇ ਤੁਹਾਡਾ ਉੱਥੇ ਹੀ ਚੇਤਨੀ ਲੱਗ ਰਿਹਾ ਉਹੀ ਟਾਈਮ ਦੇ ਵਿੱਚ ਮੈਜੋਰਟੀ ਵਾਲਾ ਟਾਈਮ ਦਿੰਦਾ ਤੁਹਾਡਾ ਸਟ्रेसਫੁੱਲ ਆ ਤੁਹਾਡਾ ਉੱਤੇ ਧਿਆਨ ਹੀ ਨਹੀਂਗਾ ਤੁਹਾਨੂੰ ਉਹ ਚੀਜ਼ ਖੁਸ਼ੀ ਨਹੀਂ ਦੇ ਰਹੀ ਫਿਰ ਉਹ ਤੁਹਾਡੀ ਓਵਰਆਲ ਸਾਰੀ ਲਾਈਫ ਮੇਰੇ ਸਾਬ ਨਾਲ ਡਾਊਨ ਹੁੰਦੀ ਆ ਹਮ ਹੈਨਾ ਤੁਸੀਂ ਆਪ ਵੀ ਕਹਿ ਲੋ 네ਗੇਟਿਵ ਹੁੰਨੇ ਆ ਤੇ ਤੁਸੀਂ ਬਾਅਦ ਆਲੇ ਦੁਆਲੇ এনवायरमेंट ਵੀ 네ਗੇਟਿਵ ਕ੍ਰੀਏਟ ਕਰਦੇ ਹਮ ਹਣਾ ਤੁਸੀਂ ਆਪਣੇ ਕੋ-ਵਰਕਰਾਂ ਨਾਲ ਵੀ ਤੁਹਾਡਾ ਬਿਹੇਵियर ਓਦਾਂ ਦਾ ਹੋਣਾ। ਕੋਈ ਕਸਟਮਰ ਨਾਲ ਵੀ ਓਦਾਂ ਦਾ ਟ੍ਰੀਟ ਕਰਨਾ। ਕਿਉਂਕਿ ਤੁਸੀਂ ਆਪ ਸਟ੍ਰੈਸ ਉਹ ਲਿਆਣਾ ਤੁਹਾਨੂੰ ਤੁਹਾਡਾ ਜੀ ਨਹੀਂ ਕਰ ਰਿਹਾ ਕੰਮ ਕਰਨ ਨੂੰ। ਓਦਾਂ ਦੀ ਸੋਚ ਦੇ ਨਾਲ ਹੀ ਤੁਸੀਂ ਘਰੇ ਆਉਣਾ ਬਾਅਦ ਵਿੱਚ ਤੇ ਤੁਹਾਡਾ ਫੈਮਿਲੀ ਸਟਰਕਚਰ ਵੀ ਉਹ ਜਾ ਨੈਗੇਟਿਵ ਵਿੱਚ ਤੁਹਾਡਾ ਹੋਣਾ। ਹਮ ਹਣਾ ਸੋ ਇਹ ਮੇਰੇ ਸਾਹਮਣੇ ਬਹੁਤ ਕ੍ਰੂਸ਼ੀਅਲ ਆ ਕਿ ਤੁਸੀਂ ਆਪਣਾ ਸਭ ਤੋਂ ਜ਼ਿੰਦਗੀ ਦਾ ਅਹਿਮ ਸਮਾਂ ਕਿਹੜੀ ਚੀਜ਼ ਵਿੱਚ ਸਪੈਂਡ ਕਰਨਾ। ਇਹ ਤੁਸੀਂ ਆਪ ਡਿਸਾਈਡ ਕਰੋ। ਹਮ ਇੰਜੋਏ ਕੀ ਕਰਦੇ ਨਾ ਕਰਨਾ। ਹੂੰ ਤਾਂ ਐਕਸੈਸਿਬਿਲਟੀ ਆ ਨਾ ਹੁਣ ਦੇਖੋ ਕੋਈ ਵੀ ਚੀਜ਼ ਤੁਸੀਂ ਆਨਲਾਈਨ ਸਿੱਖ ਸਕਦੇ ਆ ਹੂੰ ਇਲਾਨ ਮਸਕ ਨੇ ਵੀ ਜਿਹੜੀ ਰਾਕਟ ਦੀ ਸਟੱਡੀ ਸੀਗੀ ਕਿਉਂਕਿ ਉਹਨੇ ਜਿਹੜੀ ਖੋਜ ਕੀਤੀ ਆ ਜਿੱਦਾਂ ਮਤਲਬ ਰੀਯੂਜ਼ੇਬਲ ਰਾਕਟ ਉਹ ਪਹਿਲਾਂ ਐਗਜ਼ਿਸਟ ਨਹੀਂ ਕਰਦੀ ਸੀਗੀ ਹਾਂ ਨਾ ਜੇ ਉਹ ਕਿਸੇ ਯੂਨੀਵਰਸਿਟੀ ਜਾਂ ਕਾਲਜ ਥਰੂ ਜਾਂਦਾ ਉਹ ਉਹ ਲੈਵਲ ਤੱਕ ਨਹੀਂ ਪਹੁੰਚ ਸਕਦਾ ਸੀ ਉਹਨੇ ਆਪ ਖੋਜ ਕੀਤੀ ਆਪ ਰਾਕਟਾਂ ਦੀ ਜਦੋਂ ਕਿਤਾਬਾਂ ਪੜ੍ਹ ਕੇ ਆਪ ਸਟੱਡੀ ਕੀਤੀ ਹੂੰ ਸੋ ਸੈਲਫ ਸਟੱਡੀ ਬਹੁਤ ਜ਼ਰੂਰੀ ਆ ਹੂੰ ਕਹਿ ਲੋ ਜਦੋਂ ਤੁਸੀਂ ਆਪਣੀ 10ਵੀਂ 12ਵੀਂ ਕਰ ਲਈ ਹੋਈ ਹੈ ਨਾ ਤੁਸੀਂ ਉਹ ਲੈਵਲ ਤੇ ਹੈਗੇ ਕਿ ਤੁਸੀਂ ਆਪ ਖੋਜ ਕਰ ਸਕਦੇ ਆਪ ਸਟੱਡੀ ਕਰ ਸਕਦੇ ਆ ਹਨਾ ਇੰਟਰਨੈਟ ਭਰਿਆ ਪਿਆ YouTube ਦੇ ਉੱਪਰ ਜੋ ਮਰਜੀ ਤੁਸੀਂ ਸਰਚ ਕਰੋ ਤੁਹਾਨੂੰ ਸਿੱਖਣ ਨੂੰ ਤੁਸੀਂ ਵਧੀਆ ਟੀਚਰ ਵਧੀਆ ਤੋਂ ਵਧੀਆ ਟੀਚਰ ਮਿਲ ਜਾਣੇ ਉੱਤੇ ਹਮਮ پورے ਪੂਰੇ ਕੋਰਸ ਮਿਲ ਜਾਂਦੇ ਨਹੀਂ ਉਹੀ ਐਲਾਨ ਮਸਕ ਦੀ ਤੁਸੀਂ ਬੜੀਆ ਵਧੀਆ ਐਗਜ਼ਾਮਪਲ ਦਿੱਤੀ ਈਵਨ ਉਹਦੇ ਜਵਾਕ ਵੀ ਸੈਲਫ ਸਟੱਡੀ ਕਰਦੇ ਆ ਸਕੂਲ ਹੋਮ ਸਕੂਲਿੰਗ ਕਰਦੇ ਆ ਨਾ ਜੀ ਜੀ ਤੇ ਆਹ ਹਰਫ ਫਾਰਮਰ ਆਪਣੇ ਪੰਜਾਬ ਤੋਂ ਆ ਨਾ ਉਹਨਾਂ ਦੀ ਇੱਕ ਦਿਨ ਵਾਲਾ ਕਲਿੱਪ ਜੀ ਦੇਖ ਰਿਹਾ ਸੀਗਾ ਹਾਂਜੀ ਮੈਂ ਵੀ ਦੇਖਿਆ ਸੀਗਾ ਉਹ ਕਹਿੰਦੇ ਜਵਾਕ ਉਹਨਾਂ ਦੇ ਵੀ ਜਾਨੀ ਕਿ ਹੋਮ ਸਕੂਲਿੰਗ ਕਰਦੇ ਆ ਜੀ ਜੀ ਯਾਨੀ ਕਿ ਸਿੱਖਣ ਦੀ ਹੋਣੀ ਚਾਹੀਦੀ ਆ ਪਰ ਤੁਹਾਨੂੰ ਸਰਟੀਫਿਕੇਟਾਂ ਨੇ ਕੁਝ ਨਹੀਂ ਦੇਣਾ ਕਿਸੇ ਤੋਂ ਵੀ ਸਰਟੀਫਿਕੇਟ ਉਦੋਂ ਵੀ ਆਪਾਂ ਕਹੀਦਾ ਸਰਟੀ ਦੇ ਤੋਂ ਸਰਟੀਫਿਕੇਟ ਲੈਣਾ ਜੀ ਜੀ ਉਹ ਹੀ ਸਕੂਲੀ ਸਰਟੀਫਿਕੇਟ ਨੇ ਤੁਹਾਨੂੰ ਕੁੱਖ ਨਹੀਂ ਦੇਣਾ ਤੁਹਾਡੀ ਆਪਣੀ ਪਹਿਚਾਣ ਬੰਦੇ ਦੀ ਅਲੱਗ ਹਰੇਕ ਦੀ ਅਲੱਗ ਹੈ ਨਾ ਹਾਂਜੀ ਉਹ ਹੋਣੀ ਚਾਹੀਦੀ ਆ ਹਾਂਜੀ ਇੱਕ ਮੈਂ ਪਿਛੇ ਨਿਊਜ਼ ਪੜ੍ਹ ਰਿਹਾ ਸੀਗਾ ਕਿ ਪਤਾ ਨਹੀਂ 45% ਜਿਹੜੀਆਂ ਅਮਰੀਕਨ ਯੂ ਐਸ ਦੀਆਂ ਕੰਪਨੀਆਂ ਆ ਉਹਨਾਂ ਨੇ ਜਿਹੜੀ ਗ੍ਰੈਜੂਏਸ਼ਨ ਆ ਮਿਨੀਮਮ ਜਿਹਦਾ ਜੋਬ ਹਾਇਰਿੰਗ ਦੇ ਲਈ ਮਿਨੀਮਮ ਰਿਕੁਆਇਰਮੈਂਟ ਚੋ ਹਟਾ ਤੀਆ ਕਿ ਤੁਹਾਡੀ ਗ੍ਰੈਜੂਏਸ਼ਨ ਹੋਣੀ ਪਹਿਲਾਂ ਜ਼ਰੂਰੀ ਸੀਗੀ ਹੁਣ ਉਹ ਜ਼ਰੂਰੀ ਨਹੀਂ ਰਹੀਗੀ ਉਹ ਕੰਪਨੀਆਂ ਨੇ ਜਮ੍ਹਾਂ ਹੀ ਹਟਾ ਤੀ ਡਸਨਟ ਮੈਟਰ ਕਿ ਤੁਸੀਂ ਗ੍ਰੈਜੂਏਸ਼ਨ ਕੀਤੀ ਜਾਂ ਨਹੀਂ ਤੁਸੀਂ ਜੇ ਤੁਹਾਨੂੰ ਕੰਮ ਆਉਂਦਾ ਆ ਵਿਲ ਹਾਇਰ ਹੀ ਹਨਾ ਤੇ ਜਾਂ ਉਹ ਉਹ ਚੀਜ਼ ਸਮਝ ਪਾਰੇ ਆ ਉਹ ਚੀਜ਼ਾਂ ਕਿਉਂਕਿ ਜਿੰਨੇ ਆਪ ਸਿੱਖ ਕੇ ਕੋਈ ਚੀਜ਼ ਕਰ ਲਈ ਸਿੱਖ ਲਈ ਹੈ ਨਾ ਉਹ ਬੰਦਾ ਇੱਕ ਲੈਵਲ ਤੇ ਹੋਊਗਾ ਹੂੰ ਜਿਹਨੂੰ ਜਿਹਨੂੰ ਕਿਸੇ ਦੇ ਕਹੇ ਤੇ ਜਾਂ ਫਿਰ ਇਨਫਲੂਐਂਸਰ ਦੇ ਨਾਲ ਉਹ ਚੀਜ਼ ਸਿਖਾਈ ਗਈ ਹੂੰ ਹੈ ਨਾ ਉਹਦਾ ਰੁਚੀ ਵੀ ਨਹੀਂ ਸੀਗੀ ਉਹਨੇ ਡੋਜ਼ਨਟ ਮੈਟਰ ਕਿ ਟੀਚਰ ਕਿੰਨਾ ਵਧੀਆ ਹੈ ਕਿ ਕਿੰਨਾ ਵੱਡਾ ਕਿੰਨਾ ਵੱਡਾ ਯੂਨੀਵਰਸਿਟੀ ਕਿੱਡੀ ਵੱਡੀ ਕਾਲਜ ਹੈ ਨਾ ਤੇ ਉੱਥੇ ਉਹ ਵੀ ਉਹ ਉਸ ਲੈਵਲ ਦੀ ਐਜੂਕੇਸ਼ਨ ਨਹੀਂ ਲੈ ਸਕਦਾ ਹੂੰ ਹੈ ਨਾ ਕਿਉਂਕਿ ਉਹਦਾ ਧਿਆਨ ਹੀ ਨਹੀਂ ਹੈਗਾ ਉਹਨੂੰ ਸ਼ੌਂਕ ਨਹੀਂ ਹੈਗਾ ਉਹਦਾ ਜਿੱਤ ਉਹ ਮਨ ਮਾਰ ਕੇ ਉਹ ਕਰ ਰਿਹਾ ਕੰਮ ਹੂੰ ਉਹ ਇਹਨਾਂ ਦੇ ਸਰਗਰ ਜਾਂ ਪਸੂਚੀਏ ਜਿਹੜੀਆਂ ਵੱਡੀਆਂ-ਵੱਡੀਆਂ ਖੋਜਾਂ ਹੋਈਆਂ ਆ ਮਾਈਕ ਦੀ ਖੋਜ ਹੋਈ ਹੋਊਗੀ ਕੈਮਰੇਆਂ ਦੀ ਹੋਈ ਹੋਊਗੀ ਇਹ ਸਕੂਲਾਂ 'ਚ ਤਾਂ ਨਹੀਂ ਉਹਨੇ ਸਿੱਖੀ ਹੋਣੀ ਹਾਂ ਹੈਨਾ ਜੀ ਬੇਸਿਕ ਉਹਨੇ ਸਿੱਖ ਲਏ ਹੋਣਗੇ ਕਿਵੇਂ ਕੰਮ ਕਰਦੀ ਆ ਫਿਜ਼ਿਕਸ ਕਿਵੇਂ ਕੰਮ ਕਰਦੀ ਆ ਹੈਨਾ ਕਿਵੇਂ ਇਲੈਕਟ੍ਰਿਸਿਟੀ ਕੰਮ ਕਰਦੀ ਆ ਪਰ ਖੋਜ ਤਾਂ ਬੰਦੇ ਦੀ ਆਪਣੀ ਸੀ ਹੂੰ ਹਨ ਆਪਣੇ ਆਪ ਨੂੰ ਉਹਨੇ ਪਛਾਨਿਆ ਤੇ ਉਹਨੇ ਸੋਚਿਆ ਹੋਊਗਾ ਵੀ ਮਾਈਕ ਇਦਾਂ ਬਣ ਸਕਦੀ ਰਿਕਾਰਡ ਹੋ ਸਕਦੀ ਆ ਹੈਨਾ ਜੀ ਜੀ ਸੋ ਹੁਣ ਜਿਹੜਾ ਅਗਲਾ ਟਾਈਮ ਆ ਹੁਣ ਜਦਦਾ ਫਿਊਚਰ ਜੀ ਆਪਾਂ ਕਰੀਏ ਹਨਾ ਇਹ ਏ ਆਈ ਦੇ ਹੀ ਆ ਹਨਾ ਜੀ ਏ ਆਈ ਬਸ ਕਈ ਏ ਆਈ ਕਹਿੰਦੇ ਆ ਕਿ ਆਰਟੀਫੀਸ਼ੀਅਲ ਐਂਡ ਕਈ ਮਸ਼ੀਨ ਲਰਨਿੰਗ ਇੱਕ ਨਵਾਂ ਸ਼ਬਦ ਆਇਆ ਮਸ਼ੀਨ ਲਰਨਿੰਗ ਵੀ ਬੜਾ ਯੂਜ਼ ਹੁੰਦਾ ਐਪਲ ਵਾਲੇ ਜ਼ਿਆਦਾ ਯੂਜ਼ ਕਰਦੇ ਆ ਜੀ ਜੀ ਤੁਸੀਂ ਦੇਖਿਓ ਐਪਲ ਦੀ ਜੇ ਕੋਈ ਹੁੰਦੀ ਆ ਨਾ ਕੋਈ ਉਹ ਏ ਆਈ ਨਹੀਂ ਯੂਜ਼ ਕਰਦੇ ਹਾਂਜੀ ਪੇ ਆਟੋਮੈਟਿਕ ਇੰਟੈਲੀਜੈਂਸ ਹਨਾ ਆਟੋਮੇਟਡ ਜਾਂ ਏ ਆਈ ਉਹ ਨਹੀਂ ਯੂਜ਼ ਕਰਦੇ ਉਹ ਮਸ਼ੀਨ ਲਰਨਿੰਗ ਹਮ ਹਾਂ ਹਨਾ ਉਹ ਮਾਰਕੀਟਿੰਗ ਟੈਕਟਿਕ ਹੈ ਉਹ ਕਹਿੰਦੇ ਕਿ ਜਦਾਂ AI ਨੂੰ ਆਣਾ ਆਪਾਂ ਉਹਦੇ ਨਾਲ ਕਰ ਲਿਆ ਹੋਇਆ ਈਵਿਲ ਟਾਈਪ ਹਾਂ ਨੈਗੇਟਿਵਿਟੀ ਆ ਗਈ ਨੈਗੇਟਿਵ ਹੈ ਨਾ ਕਿ ਇਹਨੇ ਓਵਰਟੇਕ ਕਰ ਲੈਣਾ ਤੁਹਾਨੂੰ ਕੰਟਰੋਲ ਕਰ ਸਕਦੀ ਆ ਆਪਾਂ ਝਿਜਕਣ ਲੱਪੇ ਆ ਉਹ ਚੀਜ਼ ਤੋਂ ਹਨਾ ਕਿ ਇਹ ਹਾਂ ਇਹਨੇ ਸਾਨੂੰ ਐਡਵਾਂਸ ਕਰ ਦੇਣਾ ਸਾਨੂੰ ਕੰਟਰੋਲ ਕਰਨ ਲੱਪੈਣਾ ਤਾਂ ਕਰਕੇ ਉਹਨਾਂ ਨੇ ਉਹ ਵਰਡ ਯੂਜ਼ ਕੀਤਾ ਮਸ਼ੀਨ ਲਰਨਿੰਗ ਕਿ ਸੁਣਨ ਵਾਲੇ ਨੂੰ ਲੱਗੇ ਕਿ ਲਾਈਕ ਮਸ਼ੀਨ ਹੀ ਆ ਕਾਈਂਡ ਆਫ ਮੈਨੂ ਉਹ ਆਪਣੇ ਕੰਟਰੋਲ ਦੇ ਹਿਸਾਬ ਨਾਲ ਚਲਾ ਸਕਦਾ ਚਲਾ ਸਕਦਾ ਹਾਂ ਤੇ ਪਰ ਉਹ ਹੈਗਾ ਕਨਸੈਪਟ ਤਾਂ ਉਹੀ ਆ ਹਾਂ ਤੇ ਉਹ ਹੈਗਾ ਆ ਕਿਤੇ ਨਾ ਕਿਤੇ ਮਤਲਬ ਡਾਰਵੀ ਆ ਲੋਕਾਂ ਨੂੰ ਹਨਾ ਫਿਊਚਰ ਦੇ ਲੈ ਕੇ ਇਵਨ ਨੇ ਲੌਨ ਮਸਕ ਨੇ ਆਪ ਉਹਦੀ ਵੀ ਇੰਟਰਵਿਊ ਵਿੱਚ ਇਹ ਦੱਸਦਾ ਇੱਕ ਕਿ ਕਹਿੰਦਾ ਕਿ ਸਭ ਤੋਂ ਐਟੋਮਿਕ ਬੌਮ ਤੋਂ ਬਾਅਦ ਜਿਹੜੀ ਭਿਆਨਕ ਖੋਜ ਹੋਈ ਆ AI ਦੀ ਹੋਈ ਆ ਹੂੰ ਕਿ ਫਿਊਚਰ 'ਚ ਲੈ ਕੇ ਬਹੁਤ ਹੋ ਸਕਦੀ ਹੈ ਖਤਰਨਾਕ ਹੂੰ ਅ ਜਿਹੜਾ ਚੈਟ ਜੀਪੀਟੀ ਵਾਲਾ ਰੌਲਾ ਜਿਆ ਪਿਆ ਹਟਿਆ ਪਿੱਛੇ ਉਹਨਾਂ ਦੇ ਹਨਾ ਸੀਈਓ ਨੂੰ ਫਾਇਰ ਕਰਤਾ ਉਹ ਕਰਤਾ ਹਨਾ ਉਹ ਬੇਸਿਕਲੀ ਕੋਈ ਇਦਾਂ ਦੀ ਟੈਕਨੋਲੋਜੀ ਆ ਪਤਾ ਨਹੀਂ ਸ਼ਾਇਦ ਤੁਸੀਂ ਜੋ ਦੇਖਿਆ ਹੋਵੇ ਕੇਸ ਉਹਨੂੰ ਫਾਇਰ ਕਰਤਾ ਉਹਨਾਂ ਦੇ ਸੀਈਓ ਨੂੰ ਉਹ ਇਹੋ ਜਿਹਾ ਕੋਈ ਡਿਵੈਲਪ ਕਰ ਰਿਹਾ ਜਿਹੜਾ ਕਿ ਅ ਅਲਗੋਰਿਦਮ ਦੇ ਨਾਲ ਤੁਹਾਡਾ ਬੰਦੇ ਦਾ ਫਿਊਚਰ ਡਿਵੈਲਪ ਫਿਊਚਰ ਪ੍ਰੈਡਿਕਟ ਕਰ ਸਕਦਾ ਹੂੰ ਹੂੰ ਇਹੋ ਜਿਹੀ ਕੋਈ AI ਟੈਕਨੋਲੋਜੀ ਉਹਨੇ ਉਹਨੀ ਕੱਢੀ ਚੈਟ ਜੀਪੀਟੀ ਨੇ ਵੀ ਇਹੋ ਜਿਹੀ ਜੀਪੀਟੀ ਆ ਵੀ ਉਹ ਤੁਹਾਡਾ ਬੰਦੇ ਦਾ ਬੰਦੇ ਦੀ ਬਿਹੇਵੀਅਰ ਦੇਖ ਕੇ ਵੀ ਬੰਦੇ ਦਾ ਬਿਹੇਵੀਅਰ ਅੱਛਾ ਏ ਇਦਾਂ ਦਾ ਬਿਹੇਵੀਅਰ ਇਦਾਂ ਦਾ ਇੰਟਰਸਟ ਏ ਇਹਦੇ ਇਦਾਂ ਦੇ ਹਨਾ ਉਹਦੇ ਅਲਗੋਰਿਦਮ ਦੇ ਨਾਲ ਉਹ ਤੁਹਾਡਾ ਫਿਊਚਰ ਪ੍ਰੈਡਿਕਟ ਕਰ ਸਕਦਾ ਹਾਂਜੀ ਤਾਂ ਕਰਕੇ ਉਹ ਸੀਓ ਜੀ ਆ ਫਾਇਰ ਕਰਤਾ ਉਹ ਨਹੀਂ ਫੇ ਉਹਨੂੰ ਦੁਬਾਰਾ ਰੀ ਹਾਇਰ ਕਰ ਲਿਆ ਟੀਮ ਸਾਰੀ ਛੱਡ ਕੇ ਚਲੀ ਗਈ ਚੈਟ ਜੀ ਪੀ ਟੀ ਦੀ ਫੇ ਵਾਪਸ ਆਏ ਹਨਾ ਜੀ ਜੀ ਤੇ ਉਹ ਫਿਊਚਰ ਜੇ ਦੇਖਿਆ ਜਾਵੇ ਪਰ ਹੈਗਾ ਤਾਂ ਚਲੋ ਆਪਾਂ ਨੂੰ ਮੰਨੀਏ ਪਵਾ ਠਹਿਰ ਕੇ ਮੰਨੀਏ ਪਰ ਹੈਗਾ ਤਾਂ ਏ ਆਈ ਦਾ ਏ ਚ ਨਹੀਂ ਹੈਗਾ ਏ ਹੁਣ ਦੇਖੋ ਨਾ ਜੇ ਹਿਸਾਬ ਨਾਲ ਇਹਦੀ ਐਡਵਾਂਸਮੈਂਟ ਹੋ ਰਹੀ ਆ ਮੈਂ ਆਪਣੀ ਪਰਸਨਲ ਐਗਜ਼ਾਮਪਲ ਆ ਮੇਰੀ ਇੱਕ ਕਿ ਜਦੋਂ ਉਹਨੂੰ ਮੈਂ ਮੈਂ ਟੈਸਟ ਕਰਦਾ ਰਿਹਾ ਮੈਨੂੰ ਬੜਾ ਸ਼ੌਕ ਆ ਹਨਾ ਕਿ ਚੈਟ ਜੀ ਪੀ ਟੀ ਦੇ ਉੱਤੇ ਕੀਤਾ ਸੀਗਾ ਮੈਂ ਪੰਜਾਬੀ ਦੇ ਵਿੱਚ ਉਹਨੂੰ ਲਿਖਣ ਨੂੰ ਕੁਝ ਕਿਹਾ ਸੀਗਾ ਕਿ ਐਸੇ ਲਿਖ ਕੇ ਦੱਸ ਤੇ ਉਹ ਆ ਨਾ ਸਟਰਗਲ ਕਰ ਰਿਹਾ ਪੰਜਾਬੀ ਸਿੱਖਣ ਦੇ ਵਿੱਚ ਉਹਨੂੰ ਆਉਂਦੀ ਨਹੀਂ ਸੀ ਤਿੰਨ ਹਫ਼ਤੇ ਬਾਅਦ ਜਦੋਂ ਮੈਨੂੰ ਦੁਬਾਰਾ ਉੱਥੇ ਮੈਂ ਗਿਆ ਤੇ ਦੁਬਾਰਾ ਮੈਂ ਉਹਨੂੰ ਕੋਈ ਸੇਮ ਕਮਾਂਡ ਦਿੱਤੀ ਉਹਨੇ ਇੰਨਾ ਜ਼ਿਆਦਾ ਉਹਨੇ ਮਤਲਬ ਪੂਰਾ ਐਸੇ ਲਿਖਤਾ ਸੀਗਾ ਤੇ ਪੂਰਾ ਰੀਡੇਬਲ ਸੀਗਾ ਇਦਾਂ ਲੱਗ ਰਿਹਾ ਸੀਗਾ ਕਿਸੇ ਇਨਸਾਨ ਨੇ ਲਿਖਿਆ ਹੂੰ ਤੇ ਉਹ ਦੇਖੋ ਕਿ ਉਹਨੇ ਪੂਰੀ ਲੈਂਗੁਏਜ ਸਿੱਖ ਲਈ ਤਿੰਨਾਂ ਹਫ਼ਤਿਆਂ ਦੇ ਵਿੱਚ ਹੀ ਹੂੰ ਹਨਾ ਉਹ ਉਹਨੂੰ ਜੋ ਆਪਾਂ ਸਵਾਲ ਦੇ ਦੇ ਦਿੰਨੇ ਨਾ ਉਹ ਉਹਦੇ ਤੇ ਖੋਜ ਕਰਕੇ ਉਹਦਾ ਮਾਸਟਰ ਬਣ ਜਾਂਦੀ ਆ ਚੀਜ਼ ਮਤਲਬ ਕਿ ਜਿੰਨਾ ਵੀ ਅਵੇਲੇਬਲ ਹੈਗਾ ਆ ਉਹਦੇ ਰਿਲੇਟਿਡ ਮਟੀਰੀਅਲ ਉਹਨੇ ਸਾਰਾ ਸਟੱਡੀ ਕਰ ਛੱਡਣਾ ਹੂੰ ਤੇ ਉਹ ਦਿਨ ਰਾਤ ਕਰ ਰਿਹਾ ਆ ਤੇ ਵੱਡੇ ਵੱਡੇ ਜਿਦਾਂ ਕਹਿੰਦੇ ਸੁਪਰ ਕੰਪਿਊਟਰ ਉਹਨੂੰ ਪਾਵਰ ਬਿਸ਼ੇਪ ਬੈਕਅਪ ਤੇ ਆਉਦੇ ਕਿ ਜਿਹੜੇ ਉਹਨੂੰ ਫੀਡ ਕਰ ਰਿਹਾ એનર્ਜੀ ਜਿਹੜੀ ਆ ਕਿ ਉਹ 24 ਘੰਟੇ ਲਗਾਤਾਰ ਕੰਮ ਕਰ ਰਿਹਾ ਸਿੱਖ ਰਿਹਾ ਹ ਹ ਸੋ ਬੇਸਿਕਲੀ ਟੈਕਨੋਲੋਜੀ ਇਹੀ ਆ ਜਿਹੜਾ ਸੁਣ ਰਹੇ ਮੈਂ ਦੱਸ ਦਵਾ ਜੇ ਮੰਨ ਲਓ ਤੁਸੀਂ ਉਹ ਚ ਕੋਈ ਪਾਉਣੇ ਆ ਤੇ ਉਹਨੂੰ ਨਹੀਂ ਪਤਾ ਇਦਾਂ ਨਹੀਂ ਵੀ ਪਰ ਕੱਲ ਪਰਸੋਂ ਨੂੰ ਵੀ ਨਹੀਂ ਉਹਨੂੰ ਪਤਾ ਹੋਣਾ ਉਹ ਸਵਾਲ ਜਿਹੜਾ ਤੁਹਾਨੂੰ ਨਹੀਂ ਪਤਾ ਉਹਨੇ ਜਾ ਕੇ ਰਿਸਰਚ ਕਰਕੇ ਅਗਲੀ ਵਾਰ ਜਦ ਪੁੱਛੂਗਾ ਉਹਨੇ ਲੈ ਆਉਣੀ ਆ ਹ ਇਹ ਜੋ ਟੈਕਨੋਲੋਜੀ ਆ ਬੜੀ ਜ਼ਬਰਦਸਤ ਆ ਨਾ ਜੀ ਆਪਣੇ ਆਪ ਵਿੱਚ ਜਦਾ ਸੈਲਫ ਲਰਨਿੰਗ ਟਾਈਪ ਹੋ ਗਿਆ ਹਾਂ ਕਿ ਆਪੇ ਉਹਨੂੰ ਸਬਸਟੀਟ ਕਰਦਾ ਉਹਨੂੰ ਇੰਟਰਨੈਟ ਦਾ ਐਕਸੈਸ ਦੇਤਾ ਨਾ ਹੂੰ ਕਿ ਮੰਨ ਲਓ ਕੋਈ ਬਹੁਤ ਸਮਾਰਟ ਬੱਚਾ ਆ ਉਹਨੂੰ ਇੰਟਰਨੈਟ ਦਾ ਐਕਸੈਸ ਦਿੱਤਾ ਜਿਹੜਾ 24 ਘੰਟੇ ਜਾਗ ਕੇ ਕੰਮ ਕਰ ਸਕਦਾ ਸਿੱਖ ਸਕਦਾ ਉਹਨੇ ਸਾਰੀਆਂ ਕਿਤਾਬਾਂ ਪੜ੍ਹ ਮਾਰੀਆਂ ਹਨਾ ਉਹਨੂੰ ਉਹ ਉਹ ਲੈਵਲ ਤੇ AI ਹੈਗੀ ਆ ਪਰ ਕੁਝ ਚੀਜ਼ਾਂ ਹੁ ਜਦਾ ਇਮੋਸ਼ਨਸ ਜਾਂ ਇਹੋ ਜਿਹੀਆਂ ਚੀਜ਼ਾਂ ਉਹ ਲੈ ਕਰਦਾ ਉਹਨੂੰ ਇਨਾ ਹਿਊਮਨ ਬਿਹੇਵੀਅਰ ਬਹੁਤ ਕੰਪਲੈਕਸ ਹੈ ਹਨਾ ਰੱਬ ਨੇ ਇੱਕ ਬੜੀ ਕਹੋ ਕਿ ਕਮਾਲ ਦੀ ਚੀਜ਼ ਬਣਾਈ ਆ ਇਨਸਾਨ ਤੇ ਉਹਨੂੰ ਸਮਝਣਾ ਇੰਨਾ ਈਜ਼ੀ ਨਹੀਂ ਹੈਗਾ ਸੋ ਕਿਤੇ ਨਾ ਕਿਤੇ ਅਨਪ੍ਰੇਡਿਕਟੇਬਲ ਬਿਹੇਵੀਅਰ ਆਪਾਂ ਕਰਦੇ ਆ ਬਹੁਤ ਚੀਜ਼ਾਂ ਜਿਹੜੀਆਂ ਆਪਣੀਆਂ ਪ੍ਰੇਡਿਕਟ ਨਹੀਂ ਕੀਤੀਆਂ ਜਾ ਸਕਦੀਆਂ ਤੇ ਐਲਗੋਰਿਦਮ ਦੇ ਵਿੱਚ ਕਿਸੇ ਹੱਦ ਤੱਕ ਆਪਾਂ ਕਹੋ ਕਿ ਪ੍ਰੋ ਹੋ ਸਕਦੇ ਆ ਉਹ ਚੀਜ਼ ਨੂੰ ਪਰ ਉਹ ਬਹੁਤ ਬਹੁਤ ਵੀ ਕਰ ਰਿਹਾ ਉਹਨੂੰ ਮੈਨਿਪੂਲੇਟ ਕਰਨਾ ਆ ਗਿਆ ਹੋਇਆ ਹੁਣ ਹੁਣ ਜਿਹੜਾ ਐਡਵਰਟਾਈਜ਼ਮੈਂਟ ਜਾਂ ਕੁਝ ਵੀ ਆ ਨਾ ਆ ਇਵਨ ਜਿੱਦਾਂ ਜਿਹੜਾ VOTING ਵਾਲਾ ਹੁੰਦਾ ਜਾਂ ਨਵਾਂ ਪ੍ਰੈਜ਼ੀਡੈਂਟ ਬਣਨਾ ਹੁੰਦਾ ਕਿਸੇ ਹਾਂਜੀ ਕੰਟਰੀ ਦਾ ਉਹਦੇ ਲਈ ਪ੍ਰੋਪਰ ਕੈਂਪੇਨ ਰਨ ਕੀਤੇ ਜਾਂਦੇ ਆ ਨਾ ਹੂੰ ਹੂੰ ਉਹਨਾਂ ਨੂੰ ਪਤਾ ਹੈ ਉਹ ਹਿਊਮਨ ਸਾਈਕੋਲੋਜੀ ਯੂਜ਼ ਕਰਦੇ ਆ ਕਿ ਇਹੋ ਜਿਹਾ ਕੰਟੈਂਟ ਆਪਾਂ ਜਿੱਦਾਂ ਕਹਿ ਲਓ ਕਿ ਇਹੋ ਜਿਹੀ ਮਾਰਕੀਟਿੰਗ ਕਰਨੀ ਆ ਕਿ ਲੋਕ ਉਹਦੇ ਬਾਰੇ ਨੈਗੇਟਿਵ ਹੋ ਜਾਣੇ ਦੂਜੇ ਪੋਲੀਟਿਸ਼ੀਅਨ ਤੇ ਸਾਰੇ ਇਧਰ ਨੂੰ ਸਵਿਚ ਹੋ ਜੂਗੇ ਇਹਨੂੰ ਜਿਤਾ ਦੇਣਾ ਜਿੱਦਾਂ ਹਾਂਜੀ ਹੈ ਨਾ ਤੇ ਹੁਣ ਦਾ ਪਲਾਨ ਹੀ ਉਹਨਾਂ ਦਾ ਸਾਰਾ ਇਕੱਠਿਆਂ ਦਾ ਤੇ ਉਹ ਉਹ ਕੀ ਤਨਾਗੇ ਤੇ ਉਹ ਇਥੇ ਆ ਕਿ ਆਪਾਂ ਹੀ ਇੰਨੇ ਸਮਝਦਾਰ ਨਹੀਂ ਹੈਗੇ ਆਪਾਂ ਉਹਨਾਂ ਦੀਆਂ ਗੱਲਾਂ 'ਚ ਆ ਜੰਨੇ ਫਸ ਜੰਨੇ ਆ ਹਾਂਜੀ ਹਨਾ ਤੇ ਇਹ ਇੰਡੀਵਿਜੂਅਲ ਲੈਵਲ ਦੇ ਉੱਤੇ ਆਪਾਂ ਜਿੱਦਾਂ ਜਿੰਨੇ ਬੇਕੂਫ ਜਾਂ ਡੰਬ ਹੋਈ ਜਾਂਦੇ ਆ ਹਨਾ ਜਿੰਨੇ ਆਪਾਂ ਡਿਪੈਂਡੈਂਟ ਹੋਈ ਜਾਂਦੇ ਆ ਉਹਨਾਂ ਆਪਾਂ ਉਤੋਂ ਪਿੱਛੇ ਹੋ ਰਹੇ ਆ ਆਪਾਂ ਆਪਣੇ ਆਪ ਨੂੰ ਸਰੈਂਡਰ ਕਰ ਰਹੇ ਆ ਕਿਉਂਕਿ ਕਹਿ ਲੋ ਦੁਸ਼ਮਣ ਤਾਂ ਡਿਵੈਲਪ ਤਿਆਰ ਤਿਆਰੀ ਕਰ ਰਿਹਾ ਹਥਿਆਰ ਚੰਡੀ ਜਾ ਰਿਹਾ ਹਨਾ ਮੰਨ ਲਓ ਤੇ ਆਪਾਂ ਜੇ ਕਹ ਜੀ ਆਪਾਂ ਹਥਿਆਰ ਉਹਦੀ ਸ਼ੁਰੂਤੇ ਹੋਇਆ ਉਹਨਾਂ ਜੰਗਾਲ ਦੀ ਲੱਗਣਾ ਆਪਾਂ ਸਭ ਕੁ ਪਿੱਛੇ ਜਾਈ ਜਾਣਾ ਹਮਮ ਬੈਟਲ ਕਿਦਾਂ ਕਰਾਂਗੇ ਹਿਊਮਨ ਇਹਦਾ ਵੈਰੀ ਮੱਚ ਪੋਸੀਬਲ ਹੈ ਕਿ ਆਪਾਂ ਫਿਊਚਰ ਦੇ ਵਿੱਚ AI ਨਾਲ ਕੰਪੀਟ ਹੀ ਨਹੀਂ ਕਰ ਸਕਦੇ ਜਦੋਂ ਕੈਲਕੂਲੇਸ਼ਨ ਦੇ ਲੈਵਲ ਦੇ ਉੱਤੇ ਆਪਾਂ ਅੱਜ ਵੀ ਨਹੀਂ ਕਰ ਸਕਦੇ ਹੁਣ ਜਿੰਨਾ ਜਿੰਨੀ ਉਹਨਾਂ ਕੋਲ ਸਪੀਡ ਹੈਗੀ ਆ ਹਾਂਜੀ ਹਾਂਜੀ ਹੈਨਾ ਤੇ ਉਹਦੇ ਲਈ ਪ੍ਰੀਪੇਅਰ ਹੋਣ ਲਈ ਕਹਿ ਲਓ ਹੁਣ ਆਪਣੀ ਜਿਹੜਾ ਕੈਲਕੂਲੇਸ਼ਨ ਆਈ ਆਪਾਂ ਜਨਰਲ ਕਹੀਏ ਕੈਲਕੂਲੇਟਰ ਆਪਾਂ ਕਿੰਨਾ ਡਿਪੈਂਡੈਂਟ ਹੋ ਗਏ ਨਹੀਂ ਤਾਂ ਆਪਾਂ ਆਂਡੀਆਂ ਦੇ ਵਿੱਚ ਜਾਂ ਪੰਜਾਬ ਵਿੱਚ ਸੀਗੇ ਤੇ ਦੋ ਤਿੰਨ ਨੰਬਰ ਤਾਂ ਆਪਾਂ ਨੂੰ ਉਦੋਂ ਯਾਦ ਹੁੰਦੇ ਸੀ ਮੂਝੋ ਨਹੀਂ ਫੋਨ ਨੰਬਰ ਫੋਨ ਨੰਬਰ ਹਣਾ ਇੱਥੇ ਆ ਕੇ ਆਪਾਂ ਨੂੰ ਸਿਰਫ ਆਪਣਾ ਫੋਨ ਨੰਬਰ ਯਾਦ ਹੁੰਦਾ ਕਿਤੇ ਆਪਾਂ ਹੋਰਾਂ ਪਰਾਂ ਫਸ ਜਾਈਏ ਤੇ ਕੱਲਾ 91 ਯਾਦ ਆ ਹੋਰ ਕੋਈ ਨਹੀਂ ਹੋਰ ਕੁਝ ਨਹੀਂ ਯਾਦ ਹਾਂ ਹੈਨਾ ਤੇ ਇਹ ਜੀ ਚੀਜ਼ ਸੋਚਿਆ ਹੀ ਨਹੀਂ ਕਦੇ ਦੇਖੋ ਆਪਾਂ ਹੁਣ ਕਿੰਨਾ ਡਿਪੈਂਡੈਂਟ ਹੋ ਗਏ ਇਹ ਚੀਜ਼ ਆ ਜਾਂਦੀ ਡਿਪੈਂਡੈਂਸੀ ਹੂੰ ਜੋ ਤੁਸੀਂ ਕਿਸੇ ਚੀਜ਼ ਤੇ ਡਿਪੈਂਡੈਂਟ ਹੋਗੇ ਉਹ ਤੁਹਾਨੂੰ ਗੁਲਾਮ ਬਣਾ ਸਕਦੀ ਆ। ਹੂੰ ਤੇ ਜਿਹੜੀਆਂ ਹੁਣ ਇੱਕ ਜਿਵੇਂ ਤੁਸੀਂ ਦੱਸਿਆ ਵੀ ਅੱਬ ਗੱਲ ਕਰ ਰਹੇ ਸੀ ਵੀ ਈਵਲ ਬਣਾਤਾ AI ਨੂੰ ਹਨਾ ਤੇ ਇਹਦੇ ਨਾਲ ਕੀ ਲੱਗਦਾ ਸਾਡੀਆਂ ਜੌਬਸ ਵਗੈਰਾ ਲਾਸ ਹੋਣਗੀਆਂ ਜਿਵੇਂ ਇਹ ਜ਼ਮੀਨ ਮੁੱਦਾ ਦਾ ਲੋਕਾਂ ਦਾ ਇਹੀ ਆ ਵੀ ਇਹਨਾਂ ਜੌਬਸ ਸਾਡੀਆਂ ਖਾ ਲਈਆਂ ਪਹਿਲੇ ਮਸ਼ੀਨਾਂ ਆਈਆਂ ਮਸ਼ੀਨਾਂ ਤੋਂ ਬਾਅਦ ਹੁਣ AI ਆਈ ਸਾਡੀਆਂ ਜੌਬਾਂ ਹੋਰ ਚਲ ਜਾਣੀਆਂ ਕੀ ਲੱਗਦਾ ਜੌਬਸ ਦਾ ਉਹ ਤਾਂ ਚੀਜ਼ ਦੇਖੋ ਇਹ ਰੋਕੀ ਨਹੀਂ ਜਾ ਸਕਦੀ ਹੂੰ ਹਨਾ ਜਾਂ ਤੱਕ ਇਹ ਹੈ ਕਿ ਜਦੋਂ ਹੁਣ ਸੈਲਫ ਡਰਾਈਵਿੰਗ ਕਾਰਸ ਕਿਸੇ ਟਾਈਮ ਤੇ ਕਹਿੰਦੇ ਸੀ ਵੀ ਪੋਸੀਬਲ ਹੀ ਨਹੀਂ ਹੈਗੀਆਂ ਹਨ ਤੇ ਉਹ ਆਉਂਦੀਆਂ ਆਉਂਦੀਆਂ ਹੁਣ ਆਪਣੇ ਰੋਡਾਂ ਦੇ ਉੱਤੇ ਟੈਸਲਾ ਤੁਰਿਆ ਫਿਰਦੀਆਂ ਤੇ ਹੁਣ ਕਈ ਇਹ ਜਿ ਫਿਊਚਰ ਦੇ ਵਿੱਚ ਟਰੱਕ ਨਹੀਂ ਆ ਸਕਦੇ ਤੇ ਆਪਣੀ ਮੂਰਖਤਾ ਹੀ ਆਪਣੀ ਆ ਹਨਾ ਕਿ ਆਪਾਂ ਉਹਨੂੰ ਕਹਤਾ ਕਿ ਨਹੀਂ ਆ ਸਕਦੇ ਕਿਉਂ ਨਹੀਂ ਆ ਸਕਦੇ ਵੱਲੋਂ ਕਿ ਉਹ ਆਲਰੇਡੀ ਡਿਵੈਲਪ ਹੋ ਰਹੀਆਂ ਚੀਜ਼ ਕੰਪਨੀਆਂ ਜਿਨ੍ਹਾਂ ਚੀਜ਼ਾਂ ਵਿੱਚ ਪੈਸਾ ਹੁੰਦਾ ਨਾ ਉਹ ਉਹਨਾਂ ਚੀਜ਼ਾਂ ਵਿੱਚ ਉਹ ਤਾਂ ਉਹ ਬੇਸਰੇ ਹੋਰ ਚੀਜ਼ੀ ਕਰੂਗੇ ਹਨਾ ਹੁਣ ਟਰੱਕਿੰਗ ਇੰਡਸਟਰੀ ਬਹੁਤ ਵੱਡੀ ਆ ਕਿੰਨੇ ਬਿਲੀਅਨ ਡਾਲਰ ਦੀ ਹੂੰ ਤੇ ਉਹ ਸਾਰੇ ਕਹਿ ਲਓ ਆਉਣ ਵਾਲੇ ਦਸਾਂ ਸਾਲਾਂ ਚ ਜਾਂ 20 ਜਿੰਨਾ ਵੀ ਟਾਈਮ ਲੱਗਦਾ ਮੇਬੀ ਜਲਦੀ ਆ ਜਾਵੇ ਹੂੰ ਤੇ ਉਹ ਆਬਵੀਅਸਲੀ ਉਹ ਚੀਜ਼ ਹੋਣ ਵਾਲੀ ਆ ਹਣਾ ਤੁਸੀਂ ਅੱਖਾਂ ਬੰਦ ਕਰ ਲਓ ਬਿੱਲੀ ਅੱਖਾਂ ਬੰਦ ਬੰਦ ਕਰ ਲਵੇ ਜਾਂ ਉਹ ਕਬੂਤਰ ਕਹਿੰਦੇ ਹੁੰਦੇ ਕਬੂਤਰ ਅੱਖਾਂ ਬੰਦ ਕਰ ਲਵੇ ਬਿੱਲੀ ਹੈ ਨਹੀਂਗੀ ਹਾਂ ਹਣਾ ਤੇ ਉਹਨਾਂ ਟਾਈਮ ਹੀ ਜਿੰਨਾ ਜਨਰਲ ਬਿੱਲੀ ਉਹਦੇ ਕੋਲ ਸਿਰ ਤੇ ਆ ਕੇ ਉਹਨੂੰ ਚਪਟਾ ਨਹੀਂ ਮਾਰ ਲੈਂਦੀ ਹੂੰ ਹਣਾ ਇਹ ਆਪਣੀ ਹੁਣ ਹੋਣੀ ਚਾਹੀਦੀ ਆ ਕਿ ਅਸੀਂ ਐਕਸਪਲੋਰ ਕਰੀਏ ਸਾਡੇ ਕੋਲ ਟਾਈਮ ਆ ਹੁਣ ਹਨਾ ਅੱਖਾਂ ਬੰਦ ਕਰਕੇ ਜੇ ਉਹ ਫਿਰ ਆਪਾਂ ਨੂੰ ਹਾਰਟ ਹੁਣ ਆਇਆ ਉਹ ਚੀਜ਼ ਦਾ ਅਸਰ ਪੈਣਾ ਹੀ ਆ ਹਾਂ ਉਹੀ ਨਾ ਐਟ ਦੀ ਐਂਡ ਆਫ ਦਾ ਡੇ ਜੇ ਆਪਾਂ ਚੈਟ ਜੀਪੀਟੀ ਦੀ ਵੀ ਗੱਲ ਕਰ ਲਈਏ ਵੀ ਇਹਨੇ ਰਿਪਲੇਸ ਕਰ ਦੇਣੀਆਂ ਗ੍ਰਾਫਿਕ ਡਿਜ਼ਾਈਨਰ ਔਲਾ ਪਾਈ ਜਾਂਦੇ ਆ ਵੀ ਸਾਡੀਆਂ ਜੌਬਾਂ ਉਹ ਜੜੀਆਂ ਨਾ ਐਟ ਦੀ ਐਂਡ ਆਫ ਦਾ ਡੇ ਬੰਦਾ ਤਾਂ ਉਹਨਾਂ ਨੂੰ ਚਾਹੀਦਾ ਹੀ ਆ ਸਕਿਲਡ ਜਿਹੜਾ ਉਹਨੂੰ ਸਹੀ ਕਮਾਂਡ ਦੇ ਸਕੇ ਹੂੰ ਬਿਲਕੁਲ ਹਨਾ ਹਾਂਜੀ ਤੇ ਆਪਾਂ ਉਹੀ ਸਕਿੱਲ ਸਿੱਖ ਲਈਏ ਹਨ ਕਿਵੇਂ ਚਲਾਉਣੀ ਹੈ ਜੀ AI ਹੁਣ ਇਹਦਾ ਕੋਰਸ ਹੈਗਾ ਇੱਕ ਚੈਟ ਜੀਪੀਟੀ ਵਾਲਿਆਂ ਦਾ ਅਫੀਸ਼ੀਅਲ OpenAI ਮੇਰੇ ਖਿਆਲ ਵੈਬਸਾਈਟ ਦੇ ਉੱਪਰ ਅਵੇਲੇਬਲ ਆ ਉਹਨਾਂ ਨੇ ਬਣਾਇਆ ਪ੍ਰੌਮਪਟ ਇੰਜੀਨੀਅਰਿੰਗ ਕਰਕੇ ਕੋਰਸ ਓਕੇ ਅੱਛਾ ਕੋਈ ਵੀ ਜਾ ਕੇ ਮਤਲਬ ਫ੍ਰੀ ਵਿੱਚ ਸਿੱਖ ਸਕਦਾ ਆ ਹੁਣ ਈਵਨ ਉਦਾਂ ਵੀ ਵੱਖਰੇ ਵੱਖਰੇ ਸਕਿੱਲ ਸ਼ੇਅਰ ਹੋ ਗਿਆ ਜਾਂ YouTube ਦੇ ਉੱਪਰ ਵੀ ਕੋਰਸ ਅਵੇਲੇਬਲ ਹੈ ਗਿਆ ਪ੍ਰੌਮਪਟ ਇੰਜੀਨੀਅਰਿੰਗ ਜਿਹੜੇ ਤੁਸੀਂ ਟਾਈਪ ਕਰੋਗੇ ਓਕੇ ਤੇ ਉਹਦੇ ਵਿੱਚ ਤੁਹਾਨੂੰ ਇਹ ਹੀ ਦੱਸਿਆ ਜਾਂਦਾ ਕਿ ਤੁਸੀਂ ਜਦੋਂ AI ਦੇ ਹੈਗੇ ChatGPT ਆ ਜਾਂ ਇਹਨਾਂ ਨੂੰ ਟੂਲਾਂ ਨੂੰ ਯੂਜ਼ ਕਿਦਾਂ ਕਰਨਾ ਇਹਨਾਂ ਨੂੰ ਕਮਾਂਡ ਬਿਹਤਰੀਨ ਤਰੀਕੇ ਨਾਲ ਕਿਦਾਂ ਦੇਣੀ ਆ ਹਮ ਹੈਨਾ ਉਹ ਤੁਹਾਡੇ ਕੋਲ ਐਕਸੈਸ ਹੈਗਾ ਜਾਂ ਸਾਰਿਆਂ ਕੋਲ ਤੁਸੀਂ ਉਹਨੂੰ ਕਮਾਂਡ ਕਿਦਾਂ ਦਿੰਨੇ ਆ ਉਹ ਉਸ ਹੱਬ ਨਾਲ ਉਹਨੇ ਆਉਟਪੁੱਟ ਕ੍ਰੀਏਟ ਕਰਨੀ ਆ ਹਮ ਹੈਨਾ ਬੈਸਟ ਚੀਜ਼ ਉਹ ਤੋਂ ਕੱਢਣੀ ਆ ਤੁਹਾਨੂੰ ਉਹਦਾ ਤਰੀਕਾ ਉਹਦਾ ਸਿੰਟੈਕਸ ਸਿੰਟੈਕਸ ਹਾਂ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਨੂੰ ਕਿਸ ਤਰੀਕੇ ਨਾਲ ਸਵਾਲ ਪੁੱਛਣਾ ਹੈ ਹਮ ਹੈਨਾ ਇਜੋ ਮੈਂ ਥੋੜੀ ਉਹ ਦੱਸ ਦਿਨਾ ਤੁਹਾਨੂੰ ਮੈਂ ਪੜਿਆ ਸੀਗਾ ਹਾਂਜੀ ਹਾਂਜੀ ਆ ਆਪਾਂ ਜਦੋਂ ਚੈਟ ਜੀਪੀਟੀ ਨੂੰ ਕੁਝ ਕੰਮ ਕਰਾਉਣਾ ਨਾ ਹਾਂਜੀ ਆ ਲੈਟਸ ਸੇ ਐਗਜ਼ਾਮਪਲ ਦੇ ਲਓ ਕਿ ਉਹ ਤੋਂ ਸਕ੍ਰਿਪਟ ਲਿਖਾਣੀ ਆ ਆਪਾਂ ਵੀਡੀਓ ਲਈ ਹੂੰ ਉਹਨੂੰ ਆਪਾਂ ਕਹਿਣਾ ਕਿ ਇਮੇਜਿਨ ਯੂ ਆਰ ਅ ਲਾਈਕ ਅ ਯੂ ਆਰ ਅ ਯੂਟਿਊਬਰ ਵਿਦ 10 ਇਅਰ ਆਫ ਐਕਸਪੀਰੀਅੰਸ ਹੂੰ ਹਨਾ ਐਂਡ ਯੂ ਆਰ ਬੈਸਟ ਲਾਈਕ ਯੂਰ ਵੀਡੀਓਜ਼ ਗੋਸ ਵਾਇਰਲ ਇਦਾਂ ਕਰਕੇ ਉਹਨੂੰ ਥੋੜਾ ਜਿਹਾ ਪਹਿਲਾਂ ਆਇਡੈਂਟੀਫਾਈ ਕਰ ਦੇਣਾ ਕਿ ਤੂੰ ਹੈ ਕੌਣਾ ਹੂੰ ਉਹਨੇ ਫਿਰ ਉਸ ਤਰੀਕੇ ਨਾਲ ਸੋਚਣਾ ਫਿਰ ਉਸ ਤੋਂ ਬਾਅਦ ਉਹਨੂੰ ਦੱਸਣਾ ਕਿ ਤੁਸੀਂ ਆਹਹਾ ਟਾਸਕ ਕਰਨਾ ਹੈ ਕਿ ਯੂ ਹੈਵ ਟੂ ਰਾਈਟ ਅ ਵਾਇਰਲ ਸਕ੍ਰਿਪਟ ਫਾਰ ਇਨੇਮੈਂਟ ਦੀ ਹੋਵੇ ਇਨੇ ਵਰਡ ਹੋਣ ਤੇ ਫਿਰ ਉਹਨੂੰ ਦੱਸਣਾ ਕਿ ਕਨਸਟਰੈਂਟ ਕਿ ਆਪਾਂ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਹੂੰ ਫਿਰ ਉਹਨੂੰ ਦੱਸਣਾ ਕਿ ਲਾਈਕ ਡੂ ਨੋਟ ਯੂਜ਼ ਅ ਬੁਕੀਸ਼ ਲੈਂਗੁਏਜ ਮੇਕ ਇਟ ਅ ਹਿਊਮਨ ਸਾਊਂਡਿਟ ਅ ਹਿਊਮਨ ਲਾਈਕ ਜਦਾਂ ਕਿ ਇਨ ਲੱਗ ਕੇ ਹਮ ਅੰਤ ਨਾਲ ਲਿਖਿਆ ਆਹ ਚੀਜ਼ਾਂ ਯੂਜ਼ ਇਮੋਜੀਸ ਟੂ ਕ੍ਰੀਏਟ ਮੋਰ ਇੰਗੇਜਮੈਂਟ ਹਣਾ ਫਾਲੋ ਦਾ ਲਾਈਕ ਅ ਲੇਟੈਸਟ ਟ੍ਰੈਂਡ ਜਦੋਂ ਸਾਰਾ ਇੱਕਦਮ ਲੋਕ ਇੱਕ ਪੂਰਾ ਪੈਰਾਗ੍ਰਾਫ ਟਾਈਪ ਬਣ ਜਾਣਾ ਤੁਹਾਡੀ ਕਮਾਂਡ ਦਾ ਤੇ ਉਹਦੀ ਆਉਟਪੁੱਟ ਜਿਹੜੀ ਆਊਗੀ ਉਹ ਬਹੁਤ ਸਪੈਸ਼ਲਾਈਜ਼ਡ ਹੋਊਗੀ ਹਣਾ ਹੁਣ ਐਜ਼ ਏ ਉਹਨੇ ਜਿੰਨੇ ਵੀ ਯੂਟਿਊਬਰ ਸੀਗੇ ਜਾਂ ਉਸ ਤਰੀਕੇ ਨਾਲ ਜਿੰਨੀਆਂ ਉਹਨੇ ਕੋਜ ਕੀਤੀ ਸੀਗੀ ਜੀਪੀਟੀ ਨੇ ਉਹ ਸਾਰਾ ਕੁਝ ਅਪਲਾਈ ਕਰਨਾ ਉਹਨੇ ਫਿਲਟਰ ਉਹਨੇ ਲਾ ਕੇ ਉਸ ਤਰੀਕੇ ਨਾਲ ਤੁਹਾਡੀ ਆਉਟਪੁੱਟ ਕ੍ਰੀਏਟ ਕਰਕੇ ਦੇਣੀ ਆ ਇਨਸਟੈਡ ਕਿ ਜੇ ਸਿੱਧੇ ਲਿਖ ਦੋ ਰਾਈਟ ਸਕ੍ਰਿਪਟ ਉਹਨੇ ਕੁਝ ਵੀ ਲਿਖ ਦੇਣਾ ਲਿਖ ਦੇਣਾ ਸੋ ਇਹ ਚੀਜ਼ ਦੀ ਜ਼ਰੂਰਤ ਹੈਗੀ ਆ ਮਤਲਬ ਕਿ ਆਪਾਂ ਨੂੰ ਤਿਆਰ ਹੋਣਾ ਚਾਹੀਦਾ ਆਪਾਂ ਨੂੰ ਹਮੇਸ਼ਾ ਫਲੈਕਸੀਬਲ ਰਹਿਣਾ ਚਾਹੀਦਾ ਕਿਉਂਕਿ ਚੇਂਜ ਬਹੁਤ ਜਲਦੀ ਹੋ ਰਹੀ ਆ ਉਹ ਜਿਹੜੀ ਪਿਛੇ ਦਮ ਤੱਕ ਜੇ ਕਹੋ ਮਸ਼ੀਨ ਤੋਂ ਲੈ ਕੇ ਆਟੋਮੈਟਿਕ ਤੱਕ ਆਟੋਮੈਟਿਕ ਮਸ਼ੀਨਾਂ ਤੱਕ ਆਉਂਦਾ ਸਫ਼ਰ ਜਿਆਦਾ ਵੱਡਾ ਸੀਗਾ ਪਰ ਹੁਣ ਜਿਹੜਾ AI ਦੇ ਵਿੱਚ ਆ ਆਪਾਂ ਨੂੰ ਲੱਗਦਾ ਹੈ ਕਿ ਗ੍ਰਾਫਿਕ ਡਿਜ਼ਾਈਨਿੰਗ ਸਭ ਤੋਂ ਲੇਟ ਆਊਗੀ ਪਰ ਸਭ ਤੋਂ ਪਹਿਲਾਂ ਨਹੀਂ ਜਾ ਕੇ ਹਨਾ ਤੇ ਚੇਂਜ ਬਹੁਤ ਜਲਦੀ ਆਉਂਦੀ ਹੈ ਤੇ ਆਪਾਂ ਨੂੰ ਤਿਆਰੀ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਆਪਾਂ ਨੂੰ ਟੂਲਸ ਯੂਜ਼ ਕਰਨੇ ਆ ਜਾਣ ਹਨਾ ਗ੍ਰਾਫਿਕ ਡਿਜ਼ਾਈਨਰ ਹੁਣ ਅ ਮਿਡਜਾਨੀ ਦੀ ਹੈਲਪ ਲੈ ਕੇ ਐਸ ਅ ਟੂਲ ਉਹਨੂੰ ਯੂਜ਼ ਕਰਕੇ ਹੋਰ ਵੀ ਵਧੀਆ ਕ੍ਰੀਏਟ ਕ੍ਰिएशन ਕਰ ਸਕਦਾ ਹਾਂ ਹਨਾ ਉਹ ਤੋਂ ਟੈਂਪਲੇਟ ਇਦਾਂ ਦਾ ਜਨਰੇਟ ਕਰ ਲਵੇ ਉਸ ਤੋਂ ਬਾਅਦ ਆਪਣਾ ਆਰਟ ਉਹਦੇ ਨਾਲ ਕੰਬਾਈਨ ਕਰਕੇ ਹੂੰ ਕੁਝ ਇੰਨੀ ਜਲਦੀ ਕ੍ਰੀਏਟ ਕਰ ਸਕਦਾ ਜਿਹੜੀ ਉਹਨੇ ਕਦੇ ਸੋਚੀ ਵੀ ਨਹੀਂ ਹੂੰ ਹਨਾ ਜੇ ਉਹਨਾਂ ਫਾਈਟ ਕਰਨ ਲੱਪੇ ਤਾਂ ਉਹ ਤਾਂ ਯੂਜ਼ ਹੋਣੀ ਆ ਉਹ ਤਾਂ ਚੀਜ਼ ਕਹ ਲਓ ਕਿ ਰੁਕਣੀ ਨਹੀਂ ਹੂੰ ਉਹੀ ਆ ਨਾ ਜਿੰਨਾ ਛੇ ਦੀ ਆਪਾਂ ਟੈਕਨੋਲੋਜੀ ਨਾਲ ਹੋਵਾਂਗੇ ਹਨਾ ਪਹਿਲੇ ਜਦੋਂ ਫੋਨ ਆਏ ਸੀਗੇ ਉਦੋਂ ਕਿਨੇ ਡਿਨਾਈਲ ਸੀਗਾ ਲੋਕਾਂ ਦੇ ਵਿੱਚ ਹਨਾ ਟੈਕਨੋਲੋਜੀ ਉਦੋਂ ਸ਼ੁਰੂ-ਸ਼ੁਰੂ ਚ ਆਈ ਸੀਗੀ ਹਨਾ ਹਾਂਜੀ ਇਹ ਇਧਰ ਲਈ ਜੇਬ ਚ ਨਾ ਪਾਓ ਇਧਰ ਲਈ ਜੇ ਨਾ ਪਾਓ ਚਲੋ ਹਨਾ ਉਹਦੇ ਨੁਕਸਾਨ ਲੱਗ ਸੀਗੇ ਪਰ ਉਹ ਹੁਣ ਜੇ ਆਪਾਂ ਜਿੰਨੀ ਛੇ ਦੀ ਸਿੱਖ ਸਕੀਏ ਹਨਾ ਉੰਨੇ ਆਪਾਂ ਬਿਹਤਰ ਰਵਾਂਗੇ ਹਾਂ ਟੈਕਨੋਲੋਜੀ ਦੇ ਨਾਲ-ਨਾਲ ਜੇ ਆਪਣੀਆਂ ਜੌਬਾਂ ਘਟ ਰਹੀਆਂ ਆ ਦੂਜੇ ਪਾਸੇ ਇਹ ਵੀ ਦੇਖੋ ਤਾਂ ਬਣਾ ਵੀ ਰਹੀਆਂ ਆ ਜੌਬਾਂ ਕਹਿੰਦੇ ਜਦੋਂ ਗੈਸ ਦੀ ਖੋਜ ਹੋਈ ਸੀ ਜਾਂ ਫਿਰ ਜਦੋਂ ਬਿਜਲੀ ਦੀ ਖੋਜ ਹੋਈ ਸੀ ਸ਼ੁਰੂ ਵਿੱਚ ਲੋਕਾਂ ਨੇ ਇਹਦੇ ਖਿਲਾਫ ਕੀਤਾ ਸੀਗਾ ਕਿ ਇਹਨਾਂ ਘਰਾਂ ਦੇ ਵਿੱਚ ਬੰਬਲ ਬਲਾਸਟ ਹੋ ਸਕਦੇ ਆ ਹਨਾ ਬਿਜਲੀ ਦੇ ਕਰੰਟ ਨਾਲ ਕੋਈ ਵੀ ਲੱਗ ਕੇ ਹੱਤ ਮਾਰ ਸਕਦਾ ਆ ਹੁਣ ਦੇਖੋ ਤੁਹਾਡੀ ਡੇਲੀ ਲਾਈਫ ਦਾ ਹਿੱਸਾ ਬਣ ਗਿਆ ਹੋਇਆ ਆਪਾਂ ਉਹਨੂੰ ਯੂਜ਼ ਕਰਕੇ ਅੱਗੇ ਵਧੇ ਚੁੱਕੇ ਆ ਇਸੇ ਤਰੀਕੇ ਨਾਲ AI ਦੇ ਜਿਹੜੇ ਟੂਲ ਆਪਾਂ ਐਜ਼ ਅ ਟੂਲ ਉਹਨੂੰ ਟ੍ਰੀਟ ਕਰੀਏ ਤਾਂ ਫੇਰ ਹੀ ਆਪਾਂ ਉਹਨੂੰ ਸਿੱਖ ਸਕਦੇ ਆ ਜਿੰਨਾ ਟਾਈਮ ਆਪਾਂ ਕਿਸੇ ਚੀਜ਼ ਨਾਲ ਹੇਟ ਕਰਦੇ ਨਾ ਆਪਾਂ ਉਹ ਚੀਜ਼ ਨਹੀਂ ਸਿੱਖ ਸਕਦੇ ਪੈਸੇ ਨੂੰ ਜਿੰਨਾ ਟਾਈਮ ਆਪਾਂ ਸੋਚ ਲਿਆ ਵੀ ਨੈਗੇਟਿਵ ਆ ਕਿ ਅਮੀਰ ਤਾਂ ਦੋ ਨੰਬਰ ਦਾ ਕੰਮ ਕਰਕੇ ਹੀ ਪੈਸੇ ਕਮਾਉਂਦੇ ਆ ਤੁਸੀਂ ਕਦੇ ਅਮੀਰ ਬਣ ਨਹੀਂ ਸਕਦੇ ਬਣੇ ਸਕਦੇ ਹਣਾ ਤੁਸੀਂ ਸਹੀ ਤਰੀਕਾ ਵੀ ਨਹੀਂ ਲੱਭਣਾ ਕਿਉਂਕਿ ਤੁਹਾਡੇ ਦਿਮਾਗ 'ਚ ਇਹ ਜੀ ਬਣ ਗਈ ਹੈ ਕਿ ਇਹ ਬਣਦਾ ਹੀ ਦੋ ਨੰਬਰ ਨਾਲ ਤੁਸੀਂ ਸਿੱਧੇ ਰਸਤੇ ਆ ਖੋਜ ਪੁੱਛਣਾ ਹੀ ਨਹੀਂ ਲੱਭਣਾ ਹਣਾ ਜੇ ਸਿੱਧੇ ਰਸਤੇ ਜਾਣ ਦੀ ਉਹ ਹੀ ਨਹੀਂ ਹੁਣੀ ਕਹਣਾ ਜੇ ਉਧਰ ਉਤਰਿਆ ਉਹ ਤਾਂ ਗਸ ਆਸਤਾ ਹੀ ਗਲਤ ਹੈ ਹਾਂ ਇਹ ਚ ਪੈਸੇ ਬਣ ਨਹੀਂ ਤੁਹਾਡੀ ਤੁਹਾਡੀ ਸੋਚ ਨੇ ਹੀ ਲਿਮਟ ਕਰਤਾ ਨਾ ਤੁਸੀਂ ਆਪੇ ਬੈਰੀਅਰ ਲਾ ਲਿਆ ਆਪਣੇ ਆਪ ਤੇ ਕਿ ਆਹ ਰਸਤਾ ਤਾਂ ਅੱਗੇ ਖੂਆ ਹਨਾ ਤੁਸੀਂ ਉਹ ਰਸਤੇ ਵਾਲੂ ਜਾਣਾ ਹੀ ਨਹੀਂ ਹਮ ਇਹ ਮਾਈਂਡ ਸੈਟ ਦੀ ਗੱਲ ਹੁੰਦੀ ਹੈ ਮੈਨੂੰ ਬੜੇ ਹਨਾ ਹੁਣੇ ਹੀ ਮੈਨੂੰ ਥੋੜੇ ਟਾਈਮ ਤੋਂ ਇੰਟਰਸਟ ਹੋਇਆ ਹੈ ਸਾਈਕੋਲੋਜੀ ਪੜ੍ਹਨ ਦਾ ਤੇ ਮੈਂ ਆਹ ਕਿਤਾਬ ਵੀ ਸ਼ੁਰੂ ਕੀਤੀ ਹੈ ਤੇ ਜਾਨੀ ਕਿ ਮਾਈਂਡ ਦੇਖ ਲਓ ਆਪਣਾ ਕਿੰਨਾ ਕੁ ਪਾਵਰਫੁਲ ਹਨਾ ਚੀਜ਼ ਹੈ ਆਪਾਂ ਜੋ ਮਰਜੀ ਮੈਨੀਫੈਸਟ ਕਰ ਲਓ ਹਨ ਉਹ ਆਪਾਂ ਕਰ ਸਕਦੇ ਹਾਂ ਪਰ ਇਹ ਲੋਕਾਂ ਨੂੰ ਆਪਣੇ ਨੂੰ ਕਿੰਨੀ ਸਮਝ ਨਹੀਂ ਹੈਗੀ ਲੋਕ ਉਹ ਸੋਚ ਨਹੀਂ ਯਾਰ ਕਿੱਥੇ ਹੋਣਾ ਹਨਾ ਡਿਨਾਇਲ ਚ ਜੀ ਜਾਂਦੇ ਆ ਉਸ ਲਈ ਜਿਹੜੀ ਆਪਣੀ ਕਮਿਊਨਿਟੀ ਮੋਸਟਲੀ ਕਮਿਊਨਿਟੀ ਆਪਣੀ ਨਹੀਂ ਇਹ ਕਿੱਥੇ ਹੋਣਾ ਨਹੀਂ ਨਹੀਂ ਇਹ ਕੋਈ ਫਾਇਦਾ ਨਹੀਂ ਇਹਦਾ ਕਰ ਇਹਦਾ ਹਨਾ ਮੋਟੀਵੇਟ ਕਰਨ ਦੀ ਜਗਾ ਵੀ ਜਾਨੀ ਨਹੀਂ ਕਰਾਂਗੇ ਕਿ ਖਿੱਚ ਦਵਾਂਗੇ ਕੰਮ ਉਹ ਚੜ੍ਹਦੀ ਕਲਾ ਦਾ ਜਿਹੜਾ ਫਲਸਫਾ ਸੀ ਉਹ ਕਿਤੇ ਨਾ ਕਿਤੇ ਭੁੱਲੀ ਜਾਂਦੇ ਬੰਦੇ ਹਾਂਜੀ ਹਨਾ ਫੇ ਉਹੀ ਡਿਨਾਇਲ ਚ ਜੀ ਜਾਣਾ ਨਾ ਜੇ ਜੇ ਤੁਸੀਂ ਕੋਈ ਚੀਜ਼ ਕਰ ਸਕਦੇ ਆ ਸੋ ਸੋਚੋ ਤਾਂ ਸਹੀ ਪਹਿਲੇ ਹਮ ਹਣਾ ਤਾਂ ਹੀ ਕੁਝ ਕਰੂਗੇ ਉਹੀ ਉਹ ਤੁਸੀਂ ਉਹ ਸੁਣਿਆ ਹੋਣਾ ਜਦਾਂ ਇਤਿਹਾਸ ਦੇ ਵਿੱਚ ਆਉਂਦਾ ਕਿ ਪੰਜ ਸਿੰਘਾਂ ਨੇ ਜਾ ਕੇ ਪੂਰਾ ਕਿਲਾ ਜਿੱਤ ਲਿਆ ਸੀਗਾ ਇੱਕ ਵਾਰੀ ਹਮ 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 ਕਿ ਉਹਨਾਂ ਨੇ ਜਦੋਂ 게ਟ ਤੇ ਗਏ ਉਹਨਾਂ ਜਾ ਕੇ ਜਕਾਰਾ ਲਾਤਾ ਤੇ ਜਿਹੜਾ ਚੌਕੀਦਾਰ ਸੀਗਾ ਉਹਦੇ ਹੱਥੋਂ ਉਹ ਡਿੱਪਿਆ ਹਮ ਯਾ ਤੇ ਉਹ ਬਾਰਸ਼ਾ ਡਿੱਪਿਆ ਫਿਰ ਉਹ ਆ ਕੇ ਪੁੱਛਦਾ ਕਹਿੰਦਾ ਤੁਸੀਂ ਕਹਿੰਦਾ ਇੱਥੇ ਤੁਸੀਂ ਕਹਿੰਦਾ ਸਵਾ ਲੱਖ ਕਹਿੰਦਾ ਫੌਜ ਮੋਹਰਿਓ ਆ ਗਈ ਆ ਸਵਾ ਲੱਖ ਇਧਰੋਂ ਸੱਜੇ ਪਾਸਿਓ ਆ ਰਹੀ ਆ ਤੇ ਸਵਾ ਲੱਖ ਹੀ ਖੱਬੇ ਪਾਸਿਓ ਆ ਰਹੀ ਆ ਤੇ ਉਹ ਜਦੋਂ ਉਹਨੇ ਅੰਦਰ ਜਾ ਕੇ ਗੱਲ ਸੀ ਵੀ ਦਦਾਂ ਉਹ ਕਹਿੰਦੇ ਪਿੱਛੋਂ ਚੋਰ ਚੋਰ ਬੂਏ ਥਣੀ ਪਾਲੋ ਕੇ ਸਾਰੇ ਕਿਲਾ ਛੱਡ ਕੇ ਭੱਜ ਗਏ 1600 ਦੇ ਕਰੀਬ ਸੀਗੇ ਹਾਂ ਤੇ ਉਹ ਕਹਿੰਦੇ ਕਿ ਇੰਨੀ ਫੌਜ ਆ ਗਈ ਆ ਪਰ ਹੁਣ ਸਿੰਗਲ ਬੋਲੇ ਸੀਗੇ ਕਿ ਚੜਦੀ ਕਲਾ ਆਲੇ ਚੜਦੀ ਕਲਾ ਆਲੇ ਹਾਂ ਤੇ ਜੇ ਕੋਈ ਅੱਜ ਕੱਲ ਦਾ ਸਾਇੰਟਿਸਟ ਟਾਈਪ ਦਿਮਾਗ ਵਾਲਾ ਹੋਵੇ ਹਾਂ ਅਸੀਂ ਤਿੰਨੇ ਜਣੇ ਤਿੰਨੇ ਜਣੇ ਜਾਵਾਂਗੇ ਤਿੰਨੇ ਜਣੇ ਜਾ ਕੇ ਕਿੱਦਾਂ ਜਿੱਤ ਲੂਗੇ ਹਨਾ ਕਿ ਉਹਨਾਂ ਨੇ ਹਿੰਮਤ ਹੀ ਨਹੀਂ ਕਰਨੀ ਉਹ ਸੋਚ ਹੀ ਨਹੀਂ ਹੈਗੀ ਹਾਂ ਹਨਾ ਉਹ ਚੜਦੀ ਕਲਾ ਵਾਲੀ ਸੋਚ ਜਾਂ ਫਿਰ ਉਹ ਉਹ ਹੈਗੀ ਸੀਗੀ ਹਨਾ ਉਹ ਸੋਚ ਹੀ ਆ ਮਾਈਂਡ ਸੈਟ ਆ ਹੂੰ ਉਹ ਇਹ ਮਾਈਂਡ ਬਹੁਤ ਪਾਵਰਫੁਲ ਚੀਜ਼ ਹੈ ਆਪਾਂ ਇਹਨੂੰ ਐਕਸਪਲੋਰ ਨਹੀਂ ਕਰਦੇ ਮੇਨ ਪ੍ਰੋਬਲਮ ਵੀ ਇਹੀ ਹੈ ਨਾ ਆਪਾਂ ਕਿੰਨੀ ਐਜੂਕੇਸ਼ਨਲ ਤੇ ਕਿੰਨੀ ਗੱਲ ਕੀਤੀ ਹੈ ਨਾ ਉਹ ਵੀ ਸਾਰੇ ਐਕਸਪਲੋਰ ਕਰਨ ਦੀ ਹੈ ਕਹਾਣੀ ਨਾ ਜਿੰਨਾ ਇਹਨੂੰ ਐਕਸਪਲੋਰ ਕਰੂਗੇ ਮੈਂ ਆਹ ਕਰ ਸਕਦਾ ਆਹ ਕਰ ਸਕਦਾ ਹੈ ਨਾ ਤੇ ਉਨਾ ਹੀ ਜ਼ਿਆਦਾ ਤੁਸੀਂ ਵੱਡੇ ਕੰਮ ਕਰ ਸਕਦੇ ਹੋ ਉਨਾ ਹੀ ਜ਼ਿਆਦਾ ਤੁਸੀਂ ਜ਼ਿੰਦਗੀ ਦੇ ਵਿੱਚ ਡਿਫਰੈਂਟ ਡਿਫਰੈਂਟ ਚੀਜ਼ਾਂ ਦੇ ਵਿੱਚ ਹੱਥ ਪਾ ਕੇ ਹੈ ਨਾ ਉਹਨੂੰ ਕੁਝ ਕਰ ਸਕਦੇ ਹਾਂ ਨਾ ਜੀ ਜੀ ਹਮ ਹੁਣ ਖਾਲਸਾ ਰਾਜ ਦੀ ਵੀ ਜਦੋਂ ਆਪਾਂ ਗੱਲ ਕਰਦੇ ਹੁੰਦੇ ਆ ਕਿ ਉਹ ਉਸ ਟਾਈਮ ਦੇ ਉੱਪਰ ਬਹੁਤ ਸਾਰੀਆਂ ਖੋਜਾਂ ਹੋਈਆਂ ਹਨਾ ਸੂਰਜੀ ਘੜੀ ਵੀ ਉੱਥੇ ਆਪਣੇ ਆਪਣੇ ਦਰਵਾਸਾ ਵਿੱਚ ਆਪਾਂ ਦੇਖੀ ਆ ਹਾਂਜੀ ਤੇ ਉਹ ਸਾਰੀਆਂ ਖੋਜਾਂ ਹੁੰਦੀਆਂ ਸੀਗੀਆਂ ਲੈਂਗੁਏਜ ਦੇ ਵਿੱਚ ਵੀ ਇਨੀ ਮਹਾਰਤ ਸੀਗੀ ਬਾਹਰਲੇ ਲੋਕੀ ਆਉਂਦੇ ਹੁੰਦੇ ਸੀਗੇ ਚੀਜ਼ਾਂ ਸਿੱਖ ਕੇ ਜਾਂਦੇ ਹੁੰਦੇ ਸੀਗੇ ਹੂੰ ਤੇ ਸਮੇਂ ਦੇ ਪਾਬੰਦ ਕਹਿੰਦੇ ਬਹੁਤ ਹੁੰਦੇ ਸੀਗੇ ਸਮੇਂ ਦੇ ਪਾਬੰਦ ਹੋਣਾ ਕੋਰੀਆ ਨੇ ਖਾਸ ਰਾਜ ਦੇ ਟਾਈਮ ਤੋਂ ਉੱਥੋਂ ਸਿੱਖ ਕੇ ਉਹ ਗਏ ਸੀਗੇ ਹੂੰ ਕਿ ਇਦਾਂ ਮੰਨ ਲਓ ਕਿ ਇੰਨਾ ਪੰਚੁਅਲ ਹੁੰਦੇ ਸੀਗੇ ਸਾਰੇ ਤੇ ਉਹ ਸਾਰੀਆਂ ਚੀਜ਼ਾਂ ਡਵੈਲਪ ਜਿਹੜੀਆਂ ਕਰਨੀਆਂ ਉਹ ਤਾਂ ਹੀ ਡਵੈਲਪ ਬੰਦਾ ਉਹੀ ਕਰ ਸਕਦਾ ਜਿਹੜਾ ਆ ਪਾਗਲ ਪਾਗਲਾ ਕਿ ਲੋਕ ਜਿਹਦਾ ਕੁਝ ਵੀ ਸੋਚ ਸਕਦਾ ਹਮ ਹੈਨਾ ਕਿ ਹੁਣ ਇੱਕ ਆ ਜਿਹੜੀ ਜਿੰਨੇ ਖੋਜ ਜੀ ਖੋਜੀ ਹੋਏ ਜਾਂ ਵਿਗਿਆਨਿਕ ਹੋਏ ਜਾਂ ਸਾਇੰਟਿਸਟ ਹੋਏ ਆ ਸਾਰੇ ਪਾਗਲ ਲੋਕ ਸੀਗੇ ਹਮ ਹੈਨਾ ਉਹਨੇ ਸੋਚਿਆ ਇੱਕ ਨੇ ਸੋਚਿਆ ਕਿ ਨੇਰੇ ਦੇ ਵਿੱਚ ਇਦਾਂ ਦੀ ਚੀਜ਼ ਕਰਨੀ ਆ ਕਿ ਉਹਨਾਂ ਲੋ ਹੋਵੇ ਬਲਬ ਦੀ ਖੋਜ ਕਰਨ ਲਈ ਹੂੰ ਜਿਹੜੀ ਚੀਜ਼ ਐਗਜ਼ਿਸਟ ਨਹੀਂ ਕਰਦੀ ਉਹਦੇ ਬਾਰੇ ਸੋਚਣਾ ਪਾਗਲ ਬੰਦਾ ਕਰ ਸਕਦਾ ਹੈ ਪਾਗਲ ਬੰਦਾ ਕਰ ਸਕਦਾ ਹੈ ਹਨਾ ਜਿਹੜਾ ਜਿਹੜਾ ਪ੍ਰੈਕਟੀਕਲ ਬੰਦਾ ਉਹਨੇ ਕਹਿਣਾ ਕਿ ਜੋ ਚੀਜ਼ ਹੈ ਉਹੀ ਆ ਹਨਾ ਨਵੀਂ ਡਿਸਕਵਰੀ ਨਹੀਂ ਹੁੰਦੀ ਹੂੰ ਸਕੂਲਿੰਗ ਸਿਸਟਮ ਵਾਲਾ ਵੀ ਥੋੜਾ ਉਹ ਆਪਾਂ ਨੂੰ ਕਹਿ ਲੋ ਕਿ ਪ੍ਰੈਕਟੀਕਲ ਜ਼ਿਆਦਾ ਕਰਤਾ ਪ੍ਰੈਕਟੀਕਲ ਹਾਂ ਤੇ ਤੁਸੀਂ ਸੁਪਨੇ ਲੈਣੇ ਭੁੱਲ ਗਏ ਹੂੰ ਉਹੀ ਨਾ ਜੇ ਆਪਾਂ ਉਹ ਐਜੂਕੇਸ਼ਨਲ ਸਿਸਟਮ ਦੀ ਹੈ ਇਹ ਸੁਪਨੇ ਲੈਣਾ ਨਹੀਂ ਸਿਖਾਉਂਦੇ ਸਕੂਲਾਂ ਦੇ ਵਿੱਚ ਨਹੀਂ ਹਨਾ ਜੇ ਕੋਈ ਤੁਸੀਂ ਕਹਿ ਵੀ ਦਿੰਦੇ ਆ ਕਲਾਸ ਚ ਸਾਰੇ ਦੰਦੀਆਂ ਕੱਢਦੇ ਆ ਵੀ ਇਹ ਕਿਹੜੀ ਗੱਲ ਕਰਤੀਆਂ ਨੇ ਹਨਾ ਜੱਗੋ ਜਾਂ ਜੇ ਸਾਡਾ ਮਨ ਉੱਥੇ ਤੱਕ ਸੋਚ ਸਕਦੇ ਆ ਹਨਾ ਜੀ ਜੀ ਤੇ ਸਾਰੀ ਕਲਾਸ ਅਸਬੰਧੀ ਆ ਇਹ ਕੀ ਕਰਦਾ ਹਨਾ ਇਹ ਕਿ ਇਹੋ ਜੀ ਗੱਲ ਕਰਤੀ ਪਰ ਨਹੀਂ ਉਹ ਜਿਹੜੇ ਚੇਤਨਮਾਨ ਹੁੰਦੇ ਆ ਹਨਾ ਜਿਨ੍ਹਾਂ ਦੇ ਸਬਕੌਨਸ਼ੀਅਸ ਮਾਈਂਡ ਹੀ ਇੰਨਾ ਸਟਰੋਂਗ ਆ ਪਿੱਛੇ ਉਹਨਾਂ ਦੇ ਹਨਾ ਇੰਨਾ ਕੁਝ ਪਾ ਆ ਹਮ ਤੇ ਉਹ ਇਵੇਂ ਚੱਲਦੇ ਹੁੰਦੇ ਆ ਹਾਂ ਜੀ ਆਹੋ ਜਿਹਾ ਇਵੇਂ ਹੁੰਦੀਆਂ ਹੁੰਦੀਆਂ ਹੁਣ ਬਲੀਵ ਆ ਤੁਸੀਂ ਬੱਚੇ ਨੂੰ ਬਲੀਵ ਕਰਾ ਦਿਓ ਸ਼ੁਰੂ ਤੋਂ ਉਹਨੂੰ ਪ੍ਰੋਗਰਾਮਿੰਗ ਉਦਾਂ ਹੀ ਕਰ ਦਿਓ ਕਿ ਤੂੰ ਜੋ ਵੀ ਜੋ ਮਾਜੀ ਕਰ ਸਕਦਾ ਹਮ ਹਣਾ ਉਹ ਵੱਡਾ ਤੋਂ ਵੱਡਾ ਸੋਚੂਗਾ ਹਮ ਹਣਾ ਆਪਾਂ ਸਕੂਲ ਦੇ ਵਿੱਚ ਅਸੀਂ ਜਦੋਂ ਕਹਿ ਲੋ ਪੰਜਵੀਂ ਛੇਵੀਂ ਚ ਹੁੰਦੇ ਸੀਗੇ ਉਦੋਂ ਅਸੀਂ ਕਹਿੰਦੇ ਸੀ ਸਾਇੰਟਿਸਟ ਬਣਨਾ ਫਿਰ ਜਦਦਾ ਜਦਾਂ ਵੱਡੇ ਹੋਈ ਗਏ ਅਖੇ ਇਹ ਚੀਜ਼ ਤਾਂ ਪ੍ਰੈਕਟੀਕਲ ਹੀ ਨਹੀਂ ਹੈਗੀ ਆਪਣੇ ਕਦੇ ਹੋਇਆ ਕਦੇ ਮਹਿੰਦਰਾ ਸਕੂਲ ਜਾਂ ਸਾਡੇ ਸਕੂਲ ਦੇ ਨਾਮ ਕਿ ਉੱਥੋਂ ਕੋਈ ਸਾਇੰਟਿਸਟ ਨਿਕਲਿਆ ਹਜੇ ਤੀ ਹਣਾ ਜਾਂ ਪੰਜਾਬ ਦੇ ਵਿੱਚ ਕੋਈ ਸਾਇੰਟਿਸਟ ਸੁਣਿਆ ਸਾਰੇ ਤਾਂ ਗੋਰੇ ਸੀਗੇ ਹਮ ਹਣਾ ਵੀ ਉਹੀ ਬਣ ਸਕਦੇ ਆ ਉਹੀ ਕਰ ਸਕਦੇ ਆ ਹਮ ਤੇ ਉਹ ਚੀਜ਼ਾਂ ਆਪਸ਼ਨ ਹੀ ਹੌਲੀ ਹੌਲੀ ਨੈਰੋ ਕਰਤੇ ਆਖੇ ਆਹ ਚੂਜ਼ ਕਰ ਲਾ ਆਹ ਆਹ ਚੂਜ਼ ਕਰ ਲਾ ਹਣਾ ਤੇਰੇ ਕੋ ਆ ਤਿੰਨ ਆਪਸ਼ਨ ਆ ਤੂੰ ਇਹਨਾਂ ਚ ਚੂਜ਼ ਕਰ ਲਾ ਹਾਂ ਕਿ ਤੂੰ ਆਸ਼ਾ ਮਕੈਨਿਕਲ ਕਰ ਲਾ ਤੈਨੂੰ 12000 15000 ਦੀ ਤੈਨੂੰ ਮਿਲ ਜਾਣੀ ਨੌਕਰੀ ਜਾਂ ਬਾਦਰੀ ਕਹਿੰਦੇ ਪੰਚ 50000 ਦੀ ਸਰਕਾਰੀ ਨੌਕਰੀ ਦਾ ਹਿਸਾਬ ਨਾਲ ਕਰ ਲਾ ਉਹ ਉਹ ਤਿਆਰੀ ਕਰ ਹਾਂ ਉਹ ਸੋਚੇ ਉੱਥੇ ਗਿਆ ਜੀ ਉਹੀ ਨਿਆਣੇ ਦੀ ਵੀ ਐਵੇਂ ਕੰਡੀਸ਼ਨ ਹੁੰਦੀ ਆ ਜੇ ਮੰਨ ਲਓ ਹੁਣ ਜਵਾਕ ਡੇਪਿਆ ਸੰਸਾਰਾਂ ਨੇ ਜੇ ਤਾਂ ਉਹਨੂੰ ਕੋਲ ਤੁਸੀਂ ਅਪਰੋਚ ਕਰੋਗੇ ਉਹ ਕੀ ਹੋ ਗਿਆ ਉਹ ਬਤ ਕੀ ਹੋ ਗਿਆ ਹੈ ਨਾ ਹਨਾ ਉਹਨੇ ਤਾਂ ਰੋ ਰੋ ਪਾਣਾ ਹਨਾ ਉਹਨੂੰ ਤਾਂ ਹੋ ਗਿਆ ਵੀ ਮੈਂ ਡੱਪਿਆ ਮੈਨੂੰ ਆਗਾ ਚੱਕਣਾ ਹੈ ਨਾ ਕੰਸੋਲ ਕਰਨਾ ਹੈ ਆਗੇ ਮੈਂ ਤਾਂ 60 ਹਰਟ ਹੋ ਗਿਆ ਜੇ ਉਹ ਡੱਪਿਆ ਉਹਨੂੰ ਪਰੇਗਾ ਮੜਿਆ ਦੇਖ ਕੇ ਪਰੇ ਨੂੰ ਮੂੰਹ ਕਰ ਲਿਓ ਇਹ ਵਰਤਾਈ ਹੋਈ ਮੇਰੀ ਗੱਲ ਆ ਉਹਨੇ ਕੱਪੜੇ ਝਾੜ ਕੇ ਆਲਾਦਵਾਲਾ ਦੇਖ ਕੇ ਉਹਨੇ ਖੇਲਣ ਨਾ ਆਪਣਾ ਹਣਾ ਉਹ ਕੋਈ ਫਰਕ ਨਹੀਂ ਉਹ ਜਾਨੀ ਕਿ ਆਪਾਂ ਜਵਾਕ ਦੇ ਨਾਲ ਉਹਨੂੰ ਪਿੰਪੜੀ ਇੰਨਾ ਕਰ ਦਿੰਦੇ ਆ ਨਾ ਪਾਪਾ ਕੀ ਪਰੀ ਜਿਹੜੀ ਐਂਜਲ ਪ੍ਰੀਆ ਉਹ ਐਵੇਂ ਬਣਦੀਆਂ ਇਹ ਹਣਾ ਪਿੰਪੜ ਚਾਈਲਡ ਹੁੰਦੇ ਆ ਮੈਂ ਉਹ ਇੱਦੇ ਬਣਦੇ ਆ ਇਹ ਹਣਾ ਜਦ ਉਹਨਾਂ ਨੂੰ ਕਰੀ ਜਾਣਾ ਹੋਵੇ ਮੇਰੇ ਪੁੱਤ ਨੂੰ ਕੀ ਹੋ ਗਿਆ ਉਹ ਫਿਰ ਛੋਟੇ ਜਵਾਕ ਦਾ ਹੌਲੀ 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 ਦਿਮਾਗ ਬਿਲਡ ਹੁੰਦਾ 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 ਉਹ ਆਪਣਾ ਕੱਲਾ ਸੋਚੇ ਨਹੀਂ ਸਕਦਾ ਹਣਾ ਉਹਨੂੰ ਕੋਈ ਨਾ ਕੋਈ ਚਾਹੀਦਾ ਐ ਮੰਮੀ ਡੈਡੀ ਚਾਹੀਦੇ ਆ ਕੋਈ ਨਾ ਕੋਈ ਉਹਦੇ ਕੋਲ ਹੋਵੇ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਣ ਲਈ ਉਹਦੀ ਆਪਣੀ ਕੋਈ ਸਪੇਸ ਸੋਚ ਨਹੀਂ ਦਿੰਦੀ ਹਾਂਜੀ ਹੂੰ ਉਹੀ ਫਿਊਚਰ ਜਿਹੜਾ ਅੱਜਕੱਲ ਦਾ ਜਿਹੜਾ ਸਿਸਟਮ ਚੱਲਦਾ ਕਿ ਮਾਸਕੁਲਿਨਿਟੀ ਜਾਂ ਫਿਰ ਉਹ ਕਹਿ ਲਓ ਅ ਜਿਹੜਾ ਮਰਦਾਨਗੀ ਵਾਲਾ ਚੀਜ਼ ਹਾਂ ਮਸਕ ਲੈਣੇ ਫੈਮਿਨਿਜ਼ਮ ਜਿਆਹ ਚੱਲੀ ਜਾਂਦਾ ਹਾਂ ਵੀ ਉਹ ਸਾਰੇ ਇੰਨੇ ਸੌਫਟ ਕਿਉਂ ਆਏ ਨੇ ਬੰਦੇ ਜਿਹੜੇ ਅੱਜ ਕੱਲ ਦੇ ਜੇ ਕਹ ਲਓ ਕੱਲ ਨੂੰ ਜੰਗ ਲੱਗਦੀ ਆ ਤੇ ਜ਼ਿਆਦਾਤਰ ਸਾਰਿਆਂ ਨੇ ਅੰਦਰਾਂ ਚ ਵੜ ਜਾਣਾ ਹਣਾ ਕਿਸੇ ਦੇ ਘਰੇ ਆ ਕੇ ਤੁਸੀਂ ਇੱਕ ਕੋਲ ਬਾਹਰ ਦੇ ਵਿੱਚ ਕੋਈ ਆ ਜਾਂਦਾ ਆ ਕੇ ਲਲਕਾਰਦਾ ਜਾਂ ਕਿਦਾਂ ਕੋੇ ਤੋੜਪਨ ਕਰਦਾ ਤੇ ਜਿਹੜੇ ਅੱਜ ਕੱਲ ਦੇ ਜੈਨਜੀ ਵਾਲੇ ਜਾਂ ਮжоਰਿਟੀ ਵਿੱਚ ਆ ਆਪਾਂ ਪਿਛਲੇ ਅੰਦਰ ਜਾ ਕੇ ਲੁਕ ਜਾਣਾ ਹਨਾ ਉਹਨਾਂ ਨੂੰ ਫੇਸ ਕਰਦੀ ਹੋਣੀ ਹੈ ਪੁਲਿਸ ਨੂੰ ਕਾਲ ਕਰ ਦਿੰਨੇ ਏਦਾਂ ਕਰ ਸਕਦੇ ਹਾਂ ਹਨਾ ਮਿਲਟਰੀ ਆ ਕੇ ਦੇਖੂਗੀ ਹਨਾ ਦਿਓ ਉਹਨਾਂ ਕੋਲ ਉਹ ਹੈ ਨਹੀਂ ਕਰੇ ਜੀ ਨਹੀਂ ਹੈਗੀ ਉਹ ਚੀਜ਼ਾਂ ਦੀ ਉਹਨਾਂ ਨੇ ਉਹ ਚੀਜ਼ਾਂ ਫੇਸ ਨਹੀਂ ਕੀਤੀਆਂ ਬਲੱਡ ਦੇਖ ਕੇ ਉਹਨਾਂ ਨੂੰ ਉਲਟੀਆਂ ਆਉਣ ਲੱਗ ਪੈਣੀਆਂ ਬੁਰਾ ਹਾਲ ਹੋ ਜਾਣਾ ਅਨਕੌਂਸ਼ੀਅਸ ਹੋ ਜਾਣਾ ਉਹਨਾਂ ਦੇ ਇਹ ਚੀਜ਼ਾਂ ਕਿ ਜਿਉਹੀ ਬੱਚੇ ਨੂੰ ਜਿੱਦਾਂ ਕਹ ਲੋ ਉਹਨੂੰ ਉਹ ਪ੍ਰੋਗਰਾਮ ਏਦਾਂ ਕੀਤਾ ਆ ਹਨਾ ਇਹ ਹਮੇਸ਼ਾ ਤੂੰ ਕਿਸੇ ਨੂੰ ਲੱਭ ਹੈਨਾ ਤੈਨੂੰ ਕੋਈ ਸੱਟ ਲੱਗਦੀ ਆ ਕੋਈ ਬੁਲੀ ਕਰਦਾ ਤੂੰ ਟੀਚਰ ਨੂੰ ਦੱਸ ਦਵਾਦਾ ਜਾ ਕੇ ਜਾਂ ਤੂੰ ਇਦਾਂ ਦੱਸ ਹੂੰ ਅ ਤੂੰ ਦਾ ਸਕੂਲ ਦੇਸ এনवायरमेंट ਨਾ ਬਦਿਆ ਪਰ ਬੱਚੇ ਦੀ ਆਪਣੀ ਉਹ ਸਾਇਕੋ ਉਹ ਉਸ ਤਰੀਕੇ ਨਾਲ ਡਿਵੈਲਪ ਹੋਣ ਡਿਵੈਲਪ ਹੋ ਜਾਂਦੀ ਆ ਕਿ ਉਹ ਹਮੇਸ਼ਾ ਕਿਸੇ ਦੀ ਨੀਡ ਲੱਭਦਾ ਆ ਕੋਈ ਮੈਨੂੰ ਆ ਕੇ ਹੈਲਪ ਕਰੇ ਹੈਨਾ ਆਪਣੇ ਆਪ ਲਈ ਆਪਾਂ ਸਟੈਂਡ ਲੈਣਾ ਜਾਂ ਆਪਣੇ ਆਪ ਲਈ ਖੜਨਾ ਹੱਕਾਂ ਦੇ ਲਈ ਲੜਨਾ ਹੈਨਾ ਉਜੀ ਜਾਂ ਉਹ ਕਹ ਲੋ ਦੂਰ ਦੂਰ ਤੱਕ ਫਿਰ ਨਹੀਂ ਰਹਿੰਦੀ ਖੂਨ ਚ ਨਹੀਂ ਰਹਿੰਦੀ ਦਲੇਰੀ ਉਹ ਫਿਰ ਸਕੂਲ ਸਿਖਾਉਂਦਾ ਵੀ ਨਹੀਂ ਨਾ ਸਕੂਲ ਦਾ ਬੇਸਿਕਲੀ ਜੇ ਆਪਾਂ ਖੁੱਲ ਕੇ ਹੈਨਾ ਪ੍ਰਮੇਂਦਰ ਬਾਈ ਦੀ ਗੱਲ ਕਰੀਏ ਉਹ ਬੇਸਿਕਲੀ ਬਾਈ ਇਦਾਂ ਮੈਨੂੰ ਕਹਿ ਗਿਆ ਵੀ ਸਕੂਲ ਵੀ ਹੈਨਾ ਕੁਝ ਨਹੀਂ ਜੋ ਬਈ ਨਾ ਮਾਰ ਦੇ ਜਾਂ ਇੱਕ ਬੰਦੇ ਨੂੰ ਬਣਾ ਦਿੰਦਾ ਹੈ ਹੈਨਾ ਬੰਦੇ ਦੀ ਆਪਣੀ ਸੋਚ ਨਹੀਂ ਰਹਿੰਦੀ ਹਮ ਹੈਨਾ ਸੋਚ ਨੂੰ ਤੁਹਾਡੀ ਨੂੰ ਤੁਹਾਡੇ ਆਜ਼ਾਦੀ ਨੂੰ ਤੁਹਾਡੀ ਨੂੰ ਕਿਤੇ ਨਾ ਕਿਤੇ ਉਹ ਤੁਹਾਡਾ ਸਕੂਲ ਇਹ ਕੰਟਰੋਲ ਕਰ ਦਿੰਦਾ ਜਿਵੇਂ ਹੁਣ ਬਾਈ ਨੇ ਕੀਤੀ ਇੱਕ ਕਹਿੰਦਾ ਜਦੋਂ ਇੰਡਸਟਰੀਅਲ ਰੈਵਿਊਲੂਸ਼ਨ ਆਇਆ ਸੀ ਉਦੋਂ ਤੋਂ ਜਦੋਂ ਸਕੂਲਾਂ ਦਾ ਜ਼ਿਆਦਾ ਸ਼ੁਰੂ ਕਰਨਾ ਪਿਆ ਉਦੋਂ ਉਹ ਨਹੀਂ ਦੇਖਿਆ ਸੀ ਵੀ ਇਹ ਤਾਂ ਅਨੁਸ਼ਾਸਨ ਚ ਨਹੀਂ ਰਹਿੰਦੇ ਹਨਾ ਫਿਰ ਸਕੂਲਾਂ ਹਾਂ ਹਨਾ ਵੀ ਇਹ ਤਾਂ ਗੰਲੀ ਨਹੀਂ ਮੰਨਦੇ ਸਾਡੀ ਫਿਰ ਹੌਲੀ ਹੌਲੀ ਉਹਨਾਂ ਜਵਾਕਾਂ ਦੇ ਉਹਨਾਂ ਦੇ ਜਵਾਕਾਂ ਦੀ ਕੰਡੀਸ਼ਨਿੰਗ ਕਰਨੀ ਸ਼ੁਰੂ ਕੀਤੀ ਵੀ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਦੀ ਕੰਡੀਸ਼ਨਿੰਗ ਕਰੋ ਵੀ ਘੱਟੋ ਘੱਟ ਅਨੁਸ਼ਾਸਨ ਦੇ ਵਿੱਚ ਤਾਂ ਰਹਿਣ ਹਨਾ ਜਿਹੜੇ ਹੁਣ ਲੋਕ ਆਜ਼ਾਦ ਸੋਚ ਵਾਲੇ ਆ ਹਨਾ ਉਹ ਅਨੁਸ਼ਾਸਨ ਨੂੰ ਅਗਲੇ ਅਕਾਲਪੁਰਖ ਦਾ ਮੰਨਦੇ ਆ ਹੋਰ ਕਿਸੇ ਦਾ ਮੰਨਦੇ ਹੀ ਨਹੀਂ ਹਨਾ ਚਲੋ ਬਾਈ ਤੁਸੀਂ ਆਏ ਬਹੁਤ ਬਹੁਤ ਥੈਂਕ ਯੂ ਹੈ ਜੀ ਥੈਂਕ ਯੂ so much ਤੁਸੀਂ ਸੱਦਿਆ ਸਾਨੂੰ ਆਪਣੀ ਪਲੈਟਫਾਰਮ ਤੇ ਹਾਂ ਜੀ ਨੇ ਨੇ ਬਾਈ ਦਾ ਚੈਨਲ ਸਬਸਕ੍ਰਾਈਬ ਕਰ ਲਓ ਸੌਰੀ ਬਾਈ ਦਾ ਇੰਸਟਾਗ੍ਰam ਜਰੂਰ ਫੋਲੋ ਕਰ ਲਿਓ YouTube ਦਾ ਬਾਈ ਦਾ ਰਾਈਜ਼ਿੰਗ ਕਿਹੜਾ ਸੀ YouTube ਜੁਝਾਰੂ ਪੋਡਕਾਸਟ ਹੈ ਨਾ ਉਹ ਵੀ ਪਾ ਦੂੰਗਾ ਬਾਈ ਦੇ ਉੱਦਾਂ ਹੈਗੇ ਤਾਂ ਪੁਰਾਣੇ ਹੈ ਬਾਈ ਨੂੰ ਮੋਟੀਵੇਟ ਕਰਕੇ ਤੋਰਨਾ ਹੋਰ ਪੋਡਕਾਸਟ ਕਰ ਲਈ ਤੇ ਬਾਈ ਦੇ ਪੋਡਕਾਸਟ ਵੀ ਹੋਰ ਆਉਣਗੇ ਬਾਈ ਦਾ ਰਾਈਜ਼ਿੰਗ ਪੰਜਾਬ ਹੈ ਜਿਹੜਾ ਹਾਂਜੀ ਉਹ ਇੰਸਟਾਗ੍ਰam ਵੀ ਜਰੂਰ ਫੋਲੋ ਕਰ ਲਿਓ ਤੇ ਜਦੋਂ ਵੀ ਬਾਈ ਦੀ ਵੈਬ ਐਪ ਆਉਂਦੀ ਆ ਉਹਦਾ ਲਿੰਕ ਆਪਾਂ ਅਪਡੇਟ ਕਰ ਦੇਵਾਂਗੇ ਆਹ ਵਾਲੇ ਪੋਡਕਾਸਟ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਇੱਥੇ ਤੱਕ ਪੋਡਕਾਸਟ ਸੁਣਿਆ ਚੈਨਲ ਨੂੰ ਕਰ ਲਾ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਕਰ ਦਿਓ ਜੇ ਤੁਹਾਡਾ ਕੋਈ ਸੁਝਾਅ ਆ ਮਿਲਦੇ ਆ ਅਗਲੇ ਪੋਡਕਾਸਟ ਦੇ ਵਿੱਚ ਬਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੋਰੀ ਜੀ